ਮਲਟੀਕਲਚਰ ਲਿਖਦੇ ਬਹੁਤ ਨੇ ਬਟ ਉੱਥੇ ਸਾਨੂੰ ਦੇਖਣ ਨੂੰ ਮਲਟੀਕਲਚਰ ਮਿਲਦਾ ਕੁਛ ਨਹੀਂ, ਇੱਕੋ ਕਮਿਊਨਿਟੀ ਹੁੰਦੀ ਆ। ਸਤਿ ਸ਼੍ਰੀ ਅਕਾਲ, ਦੁਆ ਸਲਾਮ ਨਮਸਤੇ ਦੋਸਤੋ, ਮੈਂ ਤੁਹਾਡਾ ਆਪਣਾ ਰੋਬੀ ਬੇਨੀਪਾਲ। ਅੱਜ ਫਿਰ ਇੱਕ ਗੱਲਬਾਤ ਅਸੀਂ ਜਿਹੜੀ ਚਰਚਾ ਕਰਨੀ ਆ ਉਹ ਆ ਦਿਵਾਲੀ ਮੇਲਾ ਦੇ ਬਾਰੇ 'ਚ। ਦਿਵਾਲੀ ਮੇਲੇ ਸਾਡੇ ਲਈ, ਭਾਰਤੀਆਂ ਲਈ, ਵਿਦੇਸ਼ ਦੀ ਧਰਤੀ 'ਤੇ ਰਹਿੰਦੇ ਹਾਂ, ਦਿਵਾਲੀ ਮੇਲਾ ਹੋਇਆ, ਵਿਸਾਖੀ ਮੇਲਾ ਹੋਇਆ, ਹੋਰ ਜਿੰਨੇ ਵੀ ਮੇਲੇ ਨੇਗੇ ਉਹ ਸਾਡੇ ਲਈ ਕਾਫੀ ਅਹਿਮੀਅਤ ਰੱਖਦੇ ਨੇ। ਮੇਰੇ ਨਾਲ ਦੋ ਸ਼ਖਸ ਬੈਠੇ ਨੇ, ਤਿੰਨ ਜਣਿਆਂ ਦੀ ਟੀਮ ਹੈ ਇਹ, ਤਿੱਕੜੀ ਹੈਗੀ, ਚੌਥੇ ਸਾਡੇ ਜਗਦੀਪ ਸਿੰਘ ਹੋ ਗਈ, ਉਹ ਨਹੀਂ ਸਾਡੇ ਨਾਲ ਨਹੀਂ ਆ, ਉਹ ਨਹੀਂ ਅਟੈਂਡ ਕਰ ਸਕੇ ਇਸ ਮੀਟਿੰਗ ਨੂੰ, ਪਰ ਮੇਰੇ ਨਾਲ ਕਰਮਜੀਤ ਚਾਲ ਉਰੀ ਨੇ ਅਤੇ ਨਾਲ ਮੇਰੇ ਬਲਜੀਤ ਉਰੀ ਨੇ। ਸੋ ਇਹ ਦੋਨੋਂ ਸਾਨੂੰ ਇਨਫੋਰਮੇਸ਼ਨ ਦੇਣਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਕਤੂਬਰ ਦੇ ਵਿੱਚ ਦਿਵਾਲੀ ਮੇਲਾ ਕਰਵਾਇਆ ਜਾ ਰਿਹਾ ਐਡੀਲੈਂਡ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਉਹਦੀ ਰੂਪਰੇਖਾ ਕੀ ਆ, ਜੇ ਤੁਸੀਂ ਉਸ ਦਿਵਾਲੀ ਮੇਲਾ ਦਾ ਹਿੱਸਾ ਬਣਨਾ ਚਾਹੁੰਦੇ ਹੋ ਐਜ਼ ਏ ਦਰਸ਼ਕ, ਵਿਜ਼ਟਰ ਜਾਂ ਫਿਰ ਤੁਸੀਂ ਪਰਫਾਰਮਰ, ਕਿਸੇ ਵੀ ਤਰ੍ਹਾਂ ਦੇ ਨਾਲ ਤੁਸੀਂ ਯੋਗਦਾਨ ਪਾਉਣਾ ਚਾਹੁੰਦੇ ਹੋ, ਵਲੰਟੀਅਰ, ਤਾਂ ਉਹਦੇ ਵਾਸਤੇ ਕੀ ਇਹਨਾਂ ਦੀ ਰੂਪਰੇਖਾ ਲਿਖੀ ਹੋਈ ਆ। ਕਰਮਜੀਤ ਜੀ, ਤੁਹਾਡੇ ਤੋਂ ਕਰਦੇ ਹਾਂ ਸ਼ੁਰੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਐਡੀਲੈਂਡ ਵਾਸੀਆਂ ਨੂੰ ਜੀ, ਅਤੇ ਰੋਬੀ ਬੇਨੀਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਜੀ ਇੰਟਰਵਿਊ ਕਰਨ ਲਈ, ਸਾਡੀ ਟੀਮ ਦੇ ਕੋਲ ਪਹੁੰਚੇ ਹੋ। ਸਾਡਾ ਫਰਜ਼ ਬਣਦਾ ਜੀ ਸਰ, ਇਹ ਸਾਡੇ ਸ਼ਹਿਰ ਦਾ, ਸਾਡੇ ਪਿੰਡ ਦਾ ਇੱਕ ਕਰਮ ਹੈਗਾ, ਜਿਹੜਾ ਕਾਰਜ ਹੈਗਾ ਜਿਹਦੇ ਵਿੱਚ ਅਸੀਂ ਸਾਰੇ ਇਕੱਠੇ ਹੁੰਦੇ ਹਾਂ। ਸੋ ਮੈਨੂੰ ਜਾਂ ਸਾਡੇ ਜਿਹੜੇ ਦਰਸ਼ਕ ਨੇਗੇ ਉਹ ਇਸ ਲਈ ਜ਼ਰੂਰ ਵਿਆਕਲ ਹੋਣਗੇ ਕਿ ਮੇਲਾ ਹੋ ਕਦੋਂ ਰਿਹਾ, ਸਭ ਤੋਂ ਪਹਿਲਾਂ ਤਾਂ ਇਹ ਜਾਣਨ ਦੀ ਕੋਸ਼ਿਸ਼ ਹੋਊਗੀ ਕਦੋਂ ਅਤੇ ਕਿੱਥੇ ਹੋ ਰਿਹਾ ਇਹ ਮੇਲਾ। ਜੀ, ਮਲਟੀਕਲਚਰ ਦਿਵਾਲੀ ਮੇਲਾ ਬੁੱਡਵਿਲ ਹਾਕੀ ਕਲੱਬ ਦੇ ਓਪਨ ਗਰਾਊਂਡ 'ਚ ਹੋ ਰਿਹਾ। ਅੱਛਾ ਜੀ, ਠੀਕ ਹੈ ਜੀ। ਇਹ 12 ਅਕਤੂਬਰ ਨੂੰ 2024 ਨੂੰ ਕੀਤਾ ਜਾ ਰਿਹਾ। ਬੁੱਡਵਿਲ ਹਾਕੀ ਕਲੱਬ ਜਿਹੜਾ ਕਾਫੀ ਮਸ਼ਹੂਰ ਆ, ਜਿਹੜੀ ਸਾਡੀ ਹਾਕੀ ਦੀ ਟੀਮ ਹੈਗੀ, ਇੱਥੋਂ ਹਾਕੀ ਵਾਲੇ ਜਿਹੜੇ ਮੁੰਡੇ ਨੇਗੇ ਉੱਥੇ ਬਹੁਤ ਖੇਡਦੇ ਨੇ, ਪਨੀਰੀ ਤਿਆਰ ਕੀਤੀ ਜਾ ਰਹੀ ਹੈ ਸਾਡੇ ਬੱਚਿਆਂ ਦੀ। ਇੱਕ ਪਾਸੇ ਹਾਕੀ ਦਾ ਗਰਾਊਂਡ ਆ ਅਤੇ ਉਹਦੇ ਓਪੋਜਿਟ ਸਾਈਡ ਕਲੱਬ ਦੇ ਜਿਹੜਾ ਇਹ ਗਰਾਊਂਡ ਆ ਜਿਸ ਦੇ ਵਿੱਚ ਆਪਾਂ ਮੇਲਾ ਖੇਡਦੇ ਆ। ਇਹ ਕ੍ਰਿਕਟ ਦਾ ਵੱਡਾ ਗਰਾਊਂਡ ਆ ਜੀ, ਕ੍ਰਿਕਟ ਦਾ ਵੱਡਾ ਗਰਾਊਂਡ, ਕਾਫੀ ਖੁੱਲ੍ਹਾ ਏਰੀਆ, ਕਾਫੀ ਖੁੱਲ੍ਹਾ ਏਰੀਆ ਜੀ ਬਹੁਤ। ਅਤੇ ਪਾਰਕਿੰਗ ਦਾ ਕੀ ਰਹੂਗਾ? ਪਾਰਕਿੰਗ ਫ੍ਰੀ ਪਾਰਕਿੰਗ ਹੈ ਜੀ, ਆਫਿਸ ਸਟਰੀਟ ਪਾਰਕਿੰਗ ਆ ਜੀ, ਆਲੇ ਉਹਦੇ ਨਾਲ ਸਾਰਾ ਇੰਡਸਟਰੀ ਏਰੀਆ, ਉਹ ਜਿਹੜੀ ਇੰਡਸਟਰੀ ਆ ਉਹ, ਕਿਉਂਕਿ ਇਹ ਮੇਲਾ ਆਪਾਂ ਇਸੇ ਕਰਕੇ ਸੈਟਰਡੇ ਨੂੰ ਰੱਖਦੇ ਹਾਂ, ਉਸ ਦਿਨ ਉਹ ਸਾਰੀ ਇੰਡਸਟਰੀ ਬੰਦ ਹੁੰਦੀ ਆ, ਜਿੰਨੀ ਉਹਨਾਂ ਦੀ ਪਾਰਕਿੰਗ ਆ ਉਹ ਆਪਾਂ ਸਾਰੀ ਯੂਜ ਕਰਦੇ ਹਾਂ, ਉਹਨਾਂ ਨੂੰ ਸਾਰਿਆਂ ਨਾਲ ਗੱਲ ਹੋਈ ਹੁੰਦੀ ਆ ਪਹਿਲਾਂ ਹੀ, ਫ੍ਰੀ ਪਾਰਕਿੰਗ ਆ ਜੀ ਆਲੇ ਦੁਆਲੇ ਉਹਦੇ ਬਿਲਕੁਲ। ਪਰ ਫਿਰ ਵੀ ਜੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੀਏ ਕਿ ਪਾਰਕਿੰਗ ਦੇ ਮਾਮਲੇ ਦੇ ਵਿੱਚ ਕਿਹੜੀ ਕੋਈ ਜ਼ੋਨ ਤੁਹਾਡੇ ਤੁਸੀਂ ਆਈਡੈਂਟੀਫਾਈ ਕੀਤੀ ਹੋਵੇ ਜਿਹਦੇ ਵਿੱਚ ਚਲਾਨ ਜਾਂ ਟਿਕਟ ਵਗੈਰਾ ਮਿਲ ਸਕਦੀ ਆ, ਤਾਂ ਕੀ ਅਹਿਤਿਆਤ ਰੱਖਣ ਕੁਛ ਹੈ ਦਿਮਾਗ ਦੇ ਵਿੱਚ? ਹਾਂ, ਇਹਦੇ ਵਿੱਚ ਇਹੀ ਹੈਗਾ ਵੀ ਇੱਕ ਤਾਂ ਲਾਸਟ ਈਅਰ ਸਾਨੂੰ ਇਹ ਪ੍ਰੋਬਲਮ ਆਈ ਸੀਗੀ, ਉਸ ਤੋਂ ਬਾਅਦ ਕਲੱਬ ਵਾਲਿਆਂ ਨੇ ਸਾਨੂੰ ਕੰਪਲੇਂਟ ਦਿੱਤੀ, ਆਪਣੇ ਜਿਹੜੇ ਸ਼ਖਸ ਆਉਂਦੇ ਨੇ ਮੇਲਾ ਦੇਖਣ ਉਹ ਕਿਸੇ ਦਾ ਡਰਾਈਵਵੇ ਬਲੌਕ ਕਰਿਆ ਆਉਂਦੇ ਨੇ। ਅੱਛਾ, ਮਤਲਬ ਕਿਸੇ ਦੇ ਡਰਾਈਵਵੇ ਦੇ ਮੂਹਰੇ ਗੱਡੀ ਲਾਇਆ ਆਉਂਦੇ ਨੇ, ਉਹ ਬਾਅਦ ਦੇ ਵਿੱਚ ਅਗਲਾ ਕੰਪਲੇਂਟਸ ਕਰਦਾ। ਇਸ ਕਰਕੇ ਇਸ ਵਾਰ ਅਸੀਂ ਇਹੀ ਰੱਖਿਆ ਗਿਆ ਵੀ ਜਿਹੜੀ ਪਾਰਕ ਐਵੀਨਿਊ ਆ ਇਹ ਬਿਲਕੁਲ ਗਰਾਊਂਡ ਦੇ ਨਾਲ ਆ, ਉੱਥੇ ਡਰੋਪ ਆਫ ਅਤੇ ਪਿਕਅਪ ਏਰੀਆ ਬਣਾਇਆ ਜਾਊਗਾ, ਉੱਥੇ ਆਪਣੀ ਫੈਮਿਲੀ ਨੂੰ ਡਰੋਪ ਕਰੋ। ਜਿਵੇਂ ਮੋਸਟਲੀ ਤਾਂ ਜਿੱਥੇ ਮਰਜ਼ੀ ਪਾਰਕ ਕਰਕੇ ਆਪਾਂ ਤੁਰ ਕੇ ਆ ਸਕਦੇ ਹਾਂ, ਬਟ ਆਪਣੇ ਵਿੱਚ ਬੱਚੇ ਹੁੰਦੇ ਆ ਆਪਣੇ ਕੋਲ ਜਾਂ ਪੇਰੈਂਟਸ ਓਲਡ ਨੇਗੇ, ਉਹਨਾਂ ਤੋਂ ਲੰਬਾ ਨਹੀਂ ਤੁਰਿਆ ਜਾਂਦਾ ਜ਼ਿਆਦਾਤਰ, ਉਹ ਉੱਥੇ ਡਰੋਪ ਕਰਕੇ ਡਰੋਪ ਆਫ ਏਰੀਏ 'ਤੇ, ਉਸ ਤੋਂ ਬਾਅਦ ਇੱਕ ਡਰਾਈਵਰ ਆ ਜਿਹੜਾ ਉਹ ਜਾ ਕੇ ਆਪਣੀ ਗੱਡੀ ਕਿਤੇ ਵੀ ਪਾਰਕ ਕਰਕੇ
ਆ ਸਕਦਾ। ਇਹ ਬੜਾ ਵਧੀਆ ਤੁਸੀਂ ਕੀਤਾ ਕਿ ਪਿਕਅਪ ਡਰੋਪ ਜਿਹੜਾ ਪੁਆਇੰਟ ਬਣਾ ਲਿਆ। ਕਈ ਵਾਰੀ ਸਾਡੇ ਨਵੇਂ ਜਿਹੜੇ ਨੌਜਵਾਨ ਆਏ ਨੇ ਇੱਥੇ ਜਾਂ ਪੁਰਾਣੇ ਵੀ, ਕਈ ਵਾਰੀ ਸਾਨੂੰ ਸ਼ੌਕ ਹੁੰਦਾ ਜਾਂ ਅਸੀਂ ਸਰਵਿਸ ਪ੍ਰੋਵਾਈਡ ਕਰਾਉਣਾ ਚਾਹੁੰਦੇ ਹਾਂ ਵਲੰਟੀਅਰ ਲਈ ਕਿ ਟ੍ਰੈਫਿਕ ਮੈਨੇਜਮੈਂਟ ਦੇ ਵਿੱਚ, ਸੋ ਤੁਸੀਂ ਉਹਨਾਂ ਨੂੰ ਜੇ ਕੋਈ ਆਉਂਦਾ ਗਾ ਇਸ ਤਰ੍ਹਾਂ ਦੀ ਅਪਰੋਚ ਕਰਦਾ ਤੁਹਾਨੂੰ, ਤਾਂ ਅਪਰੋਚ ਤੁਹਾਨੂੰ ਕਿੱਦਾਂ ਕਰਨ, ਕਿਹੜੇ ਨੰਬਰ 'ਤੇ ਫੋਨ ਕਰਨ, ਕੀ ਤੁਸੀਂ ਉਹਨਾਂ ਨੂੰ ਉਹ ਵਿਜੀਬਿਲਿਟੀ ਵਾਲੀਆਂ ਜਿਹੜੀਆਂ ਜੈਕਟਸ ਵਗੈਰਾ ਪ੍ਰੋਵਾਈਡ ਕਰਵਾਓਗੇ ਟ੍ਰੈਫਿਕ ਦੀਆਂ, ਜਾਂ ਉਹਦੇ ਵਾਸਤੇ ਕੋਈ ਲਾਅ ਹੁੰਦਾ ਗਾ ਉਹ ਤੁਹਾਨੂੰ ਰੋਕ ਰਿਹਾ ਕੁਛ, ਕਿੱਥੇ ਕੁ ਤੱਕ ਇਸ ਦੇ ਵਿੱਚ ਕਿੱਥੇ ਕੁ ਤੱਕ ਤੁਹਾਡੀ ਜਿਹੜੀ ਕਮੇਟੀ ਓਪਨ ਆ ਜੇ ਕੋਈ ਆ ਕੇ ਸਰਵਿਸ ਹੈਲਪ ਕਰਨੀ ਚਾਹੁੰਦਾ ਤੁਹਾਨੂੰ? ਦੇਖੋ ਜੀ, ਜਿਹੜਾ ਵੀ ਕੋਈ ਸ਼ਖਸ ਸਾਡੇ ਨਾਲ ਜੁੜਨਾ ਚਾਹੁੰਦਾ ਹੈਗਾ ਐਜ ਏ ਵਲੰਟੀਅਰ, ਅਸੀਂ ਵੀ ਵਲੰਟੀਅਰ ਕੰਮ ਕਰ ਰਹੇ ਹਾਂ ਜੀ, ਬਿਲਕੁਲ, ਅਸੀਂ ਜਿਹੜੀ ਸਾਡੀ ਟੀਮ ਆ ਉਹ ਵੀ ਵਲੰਟੀਅਰ ਕੰਮ ਕਰ ਰਹੀ ਆ। ਹਾਂਜੀ ਹਾਂਜੀ। ਇਸੇ ਤਰ੍ਹਾਂ ਹੀ ਕੋਈ ਵੀ ਕਮੇਟੀ ਦਾ ਮੈਂਬਰ ਵਲੰਟੀਅਰ ਸਾਡੇ ਨਾਲ ਉੱਥੇ ਹੈਲਪ ਕਰਨੀ ਚਾਹੁੰਦਾ ਐਜ ਏ ਟ੍ਰੈਫਿਕ ਰੂਲ ਦੇ ਵਿੱਚ ਵੀ, ਐਜ ਏ ਮੇਲੇ ਦੇ ਵਿੱਚ ਵੀ, ਮੇਲੇ ਦੇ ਵਿੱਚ ਵੀ ਦੇਖੋ ਐਡਾ ਵੱਡਾ ਪ੍ਰੋਗਰਾਮ ਆ, ਕੋਈ 5-7 ਬੰਦੇ ਤਾਂ ਕਰ ਨਹੀਂ ਸਕਦੇ, ਵਲੰਟੀਅਰ ਟੀਮ ਬਹੁਤ ਵੱਡੀ ਚਾਹੀਦੀ ਹੈ ਜੀ। ਠੀਕ ਹੈ, ਉਹਨਾਂ ਨੇ ਸਾਰਾ ਧਿਆਨ ਰੱਖਣਾ ਹੈਗਾ ਵੀ ਕਿੱਥੇ ਕੀ ਹੋ ਰਿਹਾ, ਕੋਈ ਗਲਤ ਸਾਖਸ਼ ਤਾਂ ਨਹੀਂ ਹੈਗਾ ਅੰਦਰ, ਜਾਂ ਕਿਤੇ ਕਿਸੇ ਦਾ ਬੱਚਾ ਕੋਈ ਗੁੰਮ ਤਾਂ ਨਹੀਂ ਹੋ ਰਿਹਾ, ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ, ਸਾਡੇ ਵਲੰਟੀਅਰ ਸਾਰੇ ਸਮੇਂ 'ਤੇ ਘੁੰਮਦੇ ਰਹਿੰਦੇ ਆ ਜੀ। ਉਸੇ ਕਰਕੇ ਜਿਸ ਬੰਦੇ ਨੇ, ਜਿਸ ਵੀ ਸ਼ਖਸ ਨੇ ਆ ਕੇ, ਚਾਹੇ ਉਹ ਭੈਣ ਆ ਚਾਹੇ ਕੋਈ ਭਰਾ, ਜਿਹਨੇ ਵੀ ਆ ਕੇ ਸਾਡੇ ਨਾਲ ਵਲੰਟੀਅਰ ਹੈਲਪ ਕਰਨੀ ਚਾਹੁੰਦਾ, ਉਹ ਸਾਡੇ ਪੋਸਟਰਾਂ 'ਤੇ ਵੀ ਨੰਬਰ ਦਿੱਤੇ ਹੋਏ ਨੇ ਜੀ, ਉਹਨਾਂ ਤੋਂ ਪੋਸਟਰ ਤੋਂ ਕਿਸੇ ਵੀ ਤਰ੍ਹਾਂ ਕਾਲ ਕਰਨ, ਸਾਨੂੰ ਸਾਡੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਕਾਲ ਕਰ ਲੈਣ ਜੀ, ਅਸੀਂ ਉਹਨਾਂ ਨੂੰ ਨਾਲ ਆਪਣੇ ਰਜਿਸਟਰਡ ਕਰਾਂਗੇ ਆਪਣੀ ਟੀਮ ਦੇ ਵਿੱਚ, ਰਜਿਸਟਰਡ ਕਰਕੇ ਉਸ ਦਿਨ ਉਹਨਾਂ ਨੂੰ ਜਾਕਟ ਵੀ ਦੇ ਸਕਦੇ ਹਾਂ, ਅਦਰਵਾਈਜ਼ ਨਹੀਂ ਅਸੀਂ ਗਲ ਦੇ ਵਿੱਚ ਪਾਉਣ ਵਾਸਤੇ, ਤਾਂ ਕਿ ਉਹਨਾਂ ਨੂੰ ਹਰ ਇੱਕ ਦੂਸਰੇ ਬੰਦੇ ਨੂੰ ਪਤਾ ਲੱਗ ਜਾਵੇ ਵੀ ਇਹ ਟੀਮ ਦਾ ਮੈਂਬਰ ਆ, ਉਹਨਾਂ ਨੂੰ ਗਲ ਦੇ ਵਿੱਚ ਪਾਉਣ ਵਾਸਤੇ ਇੱਕ ਕਾਰਡ ਆ, ਉਹ ਵੀ ਆਈਡੀ ਪ੍ਰੋਵਾਈਡ ਕਰਾਵਾਂਗੇ। ਉਸ ਤੋਂ ਬਾਅਦ ਉਸ ਬੰਦੇ ਦੀਆਂ ਡਿਊਟੀਆਂ ਉਹਨੂੰ ਦੱਸ ਦਿਆਂਗੇ ਵੀ ਤੁਹਾਡੀਆਂ ਆਹ ਆਹ ਡਿਊਟੀਆਂ ਨੇ, ਤੁਸੀਂ ਇੱਧਰਲੇ ਪਾਸੇ ਕੰਮ ਕਰਨਾ ਹੈ। ਸੋ ਬਲਜੀਤ ਜੀ, ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜਾ ਸਟੇਜ ਦਾ ਏਰੀਆ ਜੀ, ਜਿਹੜਾ ਦਰਸ਼ਕਾਂ ਨੇ ਸਟੇਜ ਨੂੰ ਦੇਖਣਾ ਜਦੋਂ, ਉੱਥੇ ਕੀ ਸਾਨੂੰ ਦੇਖਣ ਨੂੰ ਮਿਲੂਗਾ, ਕੀ ਕਿਉਂ ਆਉਣ ਲੋਕ ਉੱਥੇ ਉਸ ਪ੍ਰੋਗਰਾਮ ਦੇ ਵਿੱਚ ਜਿਹੜੇ ਸਟੇਜ ਨੂੰ ਦੇਖਣ ਆ ਰਹੇ ਨੇ? ਆਪਾਂ ਗੱਲ ਕਰੀਏ ਮਲਟੀਕਲਚਰ ਤੋਂ ਸਟਾਰਟ ਕਰਦੇ ਹਾਂ, ਜਿਵੇਂ ਇਹ ਜੋ ਇਹ ਇਵੈਂਟ ਹੈ ਜੋ ਨਾਂ ਹੈਗਾ ਐਡੀਲੇਟ ਦਿਵਾਲੀ ਮੇਲਾ, ਹਾਂਜੀ, ਅਤੇ ਇਹ ਇਹਦੇ ਨਾਲ ਹੀ ਇੱਕ ਇਵੈਂਟ ਹੋਰ ਵੀ ਹੈਗਾ, ਕਿਉਂਕਿ 12 ਅਕਤੂਬਰ 2024 ਨੂੰ ਇਹ ਦੁਸਹਿਰਾ ਵੀ ਹੈਗਾ, ਜੋ ਕਿ ਦੁਸਹਿਰੇ ਤੋਂ ਹੀ ਦੀਵਾਲੀ ਦਾ ਜੋ ਸਟਾਰਟ ਹੁੰਦਾ ਹੈ। ਸੋ ਮਤਲਬ ਤੁਸੀਂ ਦੁਸਹਿਰੇ ਵਾਲਾ ਇਵੈਂਟ ਵੀ ਵਿੱਚ ਹੀ ਰੱਖਿਆ ਜੀ, ਅਤੇ ਦੀਵਾਲੀ ਦਾ ਵਿੱਚ ਹੀ ਰੱਖਿਆ, ਮਤਲਬ ਇਹ ਇੱਕੇ ਗਰਾਊਂਡ ਦੇ ਵਿੱਚ, ਜੇ ਤੁਸੀਂ ਦੁਸਹਿਰੇ ਦਾ ਜਿਹੜੀ ਉਹ ਆ ਫੀਲਿੰਗ ਆ ਗਈ ਜੀ, ਜਾਂ ਰਾਵਣ ਨੂੰ ਫੂਕਣ ਦਾ ਜਿਹੜਾ ਪੂਰਾ ਇਵੈਂਟ ਹੈਗਾ, ਉਹ ਵੀ ਤੁਸੀਂ ਉੱਥੇ ਆਰਗੇਨਾਈਜ਼ ਕੀਤਾ ਨਾਲ? ਬਿਲਕੁਲ ਜੀ, ਪੂਰੇ ਗਰਾਊਂਡ ਉਸੇ ਦਿਨ, ਹਾਂਜੀ ਉਸੇ ਦਿਨ ਹੀ ਦੀਵਾਲੀ ਨੂੰ ਵੀ ਦੀਵਾਲੀ ਨੂੰ ਜੀ ਸੈਲੀਬ੍ਰੇਟ ਕਰ। ਪਰ ਦੀਵਾਲੀ ਅਸਲ ਦੇ ਵਿੱਚ ਤਾਂ ਉਹਦੀ ਡੇਟ ਅੱਗੇ ਆ ਗਈ ਮੇਰੇ। ਹਾਂਜੀ 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 ਹਾਂਜੀ, ਦੀਵਾਲੀ ਅੱਗੇ ਜਾ ਕੇ ਹੈ 20 ਆਫਟਰ 20 ਡੇਜ਼। ਹਾਂਜੀ ਹਾਂਜੀ, ਅਤੇ ਦੁਸਹਿਰਾ ਉਸੇ ਦਿਨ ਬਣ, ਉਸੇ ਦਿਨ ਦੁਸਹਿਰਾ ਹੈਗਾ ਜੀ। ਅੱਛਾ ਅੱਛਾ, ਤਾਂ ਕਰਕੇ ਹਾਂਜੀ। ਅਤੇ ਸੋ ਜਿਹੜਾ ਜੇ ਦੁਸਹਿਰੇ ਵਾਲਾ ਜਿਹੜਾ ਇਵੈਂਟ ਹੈਗਾ ਜਿਹਦੇ ਵਿੱਚ ਰਾਵਣ ਨੂੰ ਉਹ ਕੀਤਾ ਜਾਊਗਾ ਜੀ, ਤਾਂ ਉਹਦੇ ਵਾਸਤੇ ਕੋਈ ਪ੍ਰਿਕੋਸ਼ਨਸ ਜਾਂ ਕੁਛ ਕਿੱਦਾਂ ਦਾ ਹੋਊਗਾ, ਉਹਦੇ ਵਾਸਤੇ ਅਲੱਗ ਤੋਂ ਤੁਸੀਂ ਗਰਾਊਂਡ ਤਿਆਰ ਕੀਤਾ ਹੋਇਆ? ਬਿਕੋਜ਼ ਉੱਥੇ ਫਾਇਰ ਹੋਊਗਾ, ਇਹਨਾਂ ਮੁਲਕਾਂ ਦੇ ਵਿੱਚ ਫਾਇਰ ਬੜਾ ਰਿਸਟ੍ਰਿਕਟਡ ਚੀਜ਼ਾਂ ਨੇ, ਫਾਇਰ ਦਾ ਬਹੁਤ ਔਖਾ ਹੈ ਇਹਨਾਂ ਕੰਟਰੀਆਂ 'ਚ, ਪਰ ਫਿਰ ਵੀ ਕੰਡੀਸ਼ਨਲ ਪਰਮਿਸ਼ਨ ਹੈਗੀਆਂ ਨੇ, ਜਿਵੇਂ ਉਹਦੇ ਮੁਤਾਬਕ ਆਪਾਂ ਉਹਨੂੰ ਆਲਰੇਡੀ ਪਹਿਲਾਂ ਹੀ ਸੇਫਟੀ ਦਾ ਦੇਖ ਕੇ ਅੱਗੇ ਕੇਜ ਜ਼ੋਨ ਬਣਾਇਆ ਜਾਊਗਾ, ਕੇਜ ਲੱਗੂਗੀ ਅਤੇ ਫਿਰ ਉਸਨੂੰ ਅੱਗੇ ਉਹਦਾ ਜੋ ਆਪਣਾ ਰਿਚੁਅਲ ਜੋ ਆਪਾਂ ਕਰਨੇ ਨੇ ਉਹ ਫਿਰ ਕੀਤੇ ਜਾਣਗੇ। ਡੋਂਟ ਬੀ ਅਫੈਂਸਿਵ, ਬਟ ਇੱਕ ਥੋੜ੍ਹਾ ਜਿਹਾ ਕੁਐਸਚਨ ਮੇਰੇ ਦਿਮਾਗ 'ਚ ਆ ਰਿਹਾ, ਪੁੱਛ ਹੀ ਲੈਣਾ ਜੀ, ਰਾਵਣ 10 ਸਿਰਾਂ ਵਾਲਾ ਲਾਓਗੇ ਜਾਂ 1 ਸਿਰਾਂ ਵਾਲਾ? 10 ਸਿਰਾਂ ਵਾਲਾ ਹੀ ਹੁੰਦਾ ਹੈ ਜੀ, ਦੇਖੋ ਜੋ ਇਮੇਜ ਸਾਰਿਆਂ ਦੇ ਦਿਮਾਗ 'ਚ ਬਣੀ ਹੁੰਦੀ ਆ, ਹਾਂਜੀ, ਅਤੇ
ਉਸੇ ਤਰੀਕੇ ਹੀ ਲਿਆ ਜਾਊਗਾ। ਅੱਛਾ ਅੱਛਾ ਜੀ, ਮਤਲਬ ਬਾਹਰਲੇ ਮੁਲਕ ਚ ਆ ਜਾਂਦਾ ਹੈ, ਇੱਥੇ ਜਾ ਕੇ ਮਤਲਬ ਉਹੀ ਉਸੇ ਤਰ੍ਹਾਂ ਦੇ ਹੋ ਮੁੱਛਾਂ? ਬਿਲਕੁਲ ਮੁੱਛਾਂ ਵਾਲਾ ਹੋ। ਹਾਂਜੀ ਜੀ ਜੀ, ਉਹ ਕਹਿਣ ਦਾ ਹਾਂਜੀ ਹਾਂਜੀ ਉਹੀ ਚੀਜ਼ ਹੋ ਗਈ ਜੀ। ਠੀਕ ਹੈ। ਅੱਛਾ, ਫਾਈਨੈਂਸਿਸ, ਕੋਈ ਵੀ ਪ੍ਰੋਗਰਾਮ ਆ ਜਿਹੜਾ ਫ੍ਰੀ ਐਂਟਰੀ ਆ, ਅਫਕੋਰਸ ਇਹ ਜਿਹੜਾ ਇਵੈਂਟ ਹੈਗਾ ਫ੍ਰੀ ਹੈਗਾ ਲੋਕਾਂ ਵਾਸਤੇ, ਪਬਲਿਕ ਵਾਸਤੇ, ਪਰ ਖਰਚਾ ਤਾਂ ਮਤਲਬ ਤੁਸੀਂ ਫ੍ਰੀ ਕਰਤਾ ਪਬਲਿਕ ਵਾਸਤੇ, ਤਾਂ ਤੁਹਾਨੂੰ ਤਾਂ ਪੈਸਾ ਚਾਹੀਦਾ ਨਾ। ਤੁਸੀਂ ਜਿਹੜਾ ਉਹ ਬੁੱਕ ਕੀਤਾ, ਵੈਨਿਊ ਬੁੱਕ ਕੀਤਾ, ਉਦੋਂ ਬਾਅਦ ਉੱਥੇ ਡੀਜੇ ਵਾਲਾ ਔਰ ਕਿੰਨਾ ਕੁਛ ਹੈਗਾ ਜਿਹੜਾ ਖਰਚੇ ਤੁਹਾਡੇ ਹੁੰਦੇ ਨੇ, ਉਹਨਾਂ ਨੂੰ ਕਵਰ ਕਰਨ ਵਾਸਤੇ ਕਿੱਥੋਂ ਸਪੋਰਟ ਮਿਲ ਰਹੀ ਆ, ਔਰ ਕਿਸੇ ਨੂੰ ਮੈਂਸ਼ਨ ਕਰਨਾ ਚਾਹੁੰਦੇ ਹੋ ਕਿੱਦਾਂ ਦਾ, ਕਿੱਥੇ ਸਟੈਂਡ ਕਰ ਰਹੇ ਹੋ ਫਾਈਨੈਂਸ਼ਲੀ ਐਜ਼ ਏ ਆਰਗੇਨਾਈਜੇਸ਼ਨ? ਹਾਂਜੀ ਹਾਂਜੀ, ਇਹ ਐਡੀਲੇਟ ਹੈ ਤਾਂ ਬਹੁਤ ਛੋਟਾ, ਇੱਕ ਛੋਟਾ ਕਹਿ ਸਕਦੇ ਹਾਂ ਪਿੰਡ ਵਰਗਾ ਸ਼ਹਿਰ ਆ, ਬਹੁਤ ਹੀ ਬਿਊਟੀਫੁਲ, ਅਤੇ ਇਹਦੇ 'ਚ ਆਪਣੀ ਜੋ ਕਮਿਊਨਿਟੀ ਆ ਉਹ ਬਹੁਤ ਦਲੇਰ ਆ, ਬਹੁਤ ਦਲੇਰ ਕਮਿਊਨਿਟੀ ਆ, ਅਤੇ ਉਹ ਨਾਲ ਹੀ ਕਿਸੇ ਕੋਲ ਵੀ ਜਾਂਦੇ ਆ, ਕਿਤੇ ਵੱਡੇ ਬਿਜ਼ਨਸ ਨੇ, ਕਿਸੇ ਦਾ ਛੋਟਾ ਸਮਾਲ ਬਿਜ਼ਨਸ ਆ, ਅਤੇ ਉਹਨਾਂ ਨੂੰ ਅਪਰੋਚ ਕਰਦੀ ਆ ਸਾਡੀ ਟੀਮ, ਅਤੇ ਜਾ ਕੇ ਕੀਤੀ ਆ, ਅਤੇ ਉਹ ਨਾਲ ਖੜ੍ਹੇ ਨੇ, ਉਹ ਪਿੱਛੇ ਸਾਡੇ ਨਾਲ ਬੈਕਬੋਨ ਬਣ ਕੇ ਖੜ੍ਹੀ ਆ ਸਾਰੀ ਟੀਮ, ਜੋ ਵੀ ਆਪਣੇ ਬਿਜ਼ਨਸ ਨੇ, ਹੋਰ ਨੇ, ਹੋਰ ਪਤਵੰਤੇ ਨੇ ਜਿਹੜੇ ਨਾਲ ਬੈਕ 'ਚ ਕੋਈ ਆਪਣਾ ਨਾਮ ਵੀ ਨਹੀਂ ਲੈ ਕੇ ਆਉਣਾ ਚਾਹੁੰਦੇ ਨੇ, ਅਤੇ ਉਹ ਵੀ ਸਟਿਲ ਸਪੋਰਟ ਕਰ, ਹਾਂਜੀ ਹਾਂਜੀ ਸਟਿਲ ਸਪੋਰਟ ਕਰ ਰਹੇ ਨੇ। ਹਾਂਜੀ, ਫੂਡ ਸਟਾਲ ਕਿੰਨੇ ਕੁ ਹੋਣਗੇ ਜਿਹੜੇ ਫੂਡੀ ਨੇਗੇ, ਉਹ ਓਬਵੀਅਸਲੀ ਉਹਨਾਂ ਦਾ ਹੁੰਦਾ ਹੈ ਕਿ ਯਾਰ ਕਿੱਦਾਂ? ਜੀ, ਉਹ ਇਨਫ ਹੋਊਗਾ ਜੀ, ਬਹੁਤ ਡਿਫਰੈਂਟ ਤਰ੍ਹਾਂ ਦੇ, ਹਾਂਜੀ ਹਾਂਜੀ ਡਿਫਰੈਂਟ ਤਰ੍ਹਾਂ ਦੇ ਪੰਜਾਬੀ ਫੂਡ ਅਤੇ ਹੋਰ ਆਪਣੇ ਇੰਡੀਅਨ ਸਟਾਈਲ ਦੇ ਡਿਫਰੈਂਟ ਫੂਡ ਹੋਣਗੇ ਸਰ। ਕਰਮਜੀਤ ਜੀ, ਮੈਨੂੰ ਇਹ ਦੱਸੋ ਕਿ ਤੁਸੀਂ ਇੱਕ ਮਲਟੀਕਲਚਰ ਵਰਡ ਯੂਜ਼ ਕੀਤਾ ਦੀਵਾਲੀ ਮੇਲਾ। ਹਾਂਜੀ, ਮਲਟੀਕਲਚਰ ਮਤਲਬ ਉਹ ਤਾਂ ਸਾਡੇ ਕਲਚਰ ਦਾ ਹਿੱਸਾ, ਇੰਡੀਅਨ ਜਾਂ ਹਿੰਦੂ ਜਾਂ ਇੰਡੀਆ ਦੇ ਖਿੱਤੇ ਦਾ ਹਿੱਸਾ, ਤਾਂ ਹੁਣ ਮਲਟੀਕਲਚਰ ਨੂੰ ਕਿੱਦਾਂ ਤੁਸੀਂ ਜਸਟੀਫਾਈ ਕਰੋਗੇ ਪੂਰੇ ਮੇਲੇ ਦੇ ਵਿੱਚ? ਦੇਖੋ ਜੀ, ਮਲਟੀਕਲਚਰ ਅਸੀਂ ਇਸ ਕਰਕੇ ਵਰਲਡ ਯੂਜ ਕੀਤਾ, ਮੈਂ ਜਿੰਨੇ ਹੁਣ ਤੱਕ ਇੱਥੇ ਮੇਲੇ ਜਾਂ ਕੋਈ ਪ੍ਰੋਗਰਾਮ ਦੇਖਦੇ ਨਾ, ਤੁਸੀਂ ਵੀ ਦੇਖੇ ਹੋਣਗੇ, ਸਾਡੇ ਤੋਂ ਪਹਿਲਾਂ ਦੇ ਆਏ ਹੋਏ ਹੋ, ਮਲਟੀਕਲਚਰ ਲਿਖਦੇ ਬਹੁਤ ਨੇ, ਬਟ ਉੱਥੇ ਸਾਨੂੰ ਦੇਖਣ ਨੂੰ ਮਲਟੀਕਲਚਰ ਮਿਲਦਾ ਕੁਛ ਨਹੀਂ, ਇੱਕੋ ਕਮਿਊਨਿਟੀ ਹੁੰਦੀ ਆ। ਪਰ ਇਹ ਜਿਹੜਾ ਦੀਵਾਲੀ ਮੇਲਾ ਅਸੀਂ ਕਰਾ ਰਹੇ ਹਾਂ ਸਾਰੇ ਸਪੋਂਸਰਾਂ ਦੀ ਸਪੋਰਟ ਦੇ ਨਾਲ, ਇਹਦੇ ਵਿੱਚ ਜੋ ਪਰਫੋਰਮੈਂਸ ਆ ਬੱਚੇ ਕਰ ਰਹੇ ਨੇ ਸਟੇਜ 'ਤੇ, ਤੁਸੀਂ ਪਹਿਲਾਂ ਬਲਜੀਤ ਜੀ ਤੋਂ ਸਟੇਜ ਬਾਰੇ ਪੁੱਛਿਆ ਸੀਗਾ, ਬਟ ਅਸੀਂ ਇਹਦੇ ਵਿੱਚ ਮੈਂ ਤੁਹਾਨੂੰ ਕਨਫਰਮ ਕਰੂੰਗਾ ਜੀ, ਜਿਹੜੇ ਆ ਪਰਫੋਰਮੈਂਸ ਆ ਬੱਚੇ ਕਰ ਰਹੇ ਨੇ ਉਹ ਮਲਟੀਕਲਚਰ ਕਮਿਊਨਿਟੀ ਤੋਂ ਨੇ, ਕੋਈ ਹਿੰਦੂ ਕਮਿਊਨਿਟੀ ਦੀ ਪਰਫੋਰਮੈਂਸ ਆ, ਕੋਈ ਆਪਣੀ ਪੰਜਾਬੀ ਕਮਿਊਨਿਟੀ ਦੀ ਆ, ਕੋਈ ਮੁਸਲਿਮ ਕਮਿਊਨਿਟੀ ਦੀ ਆ, ਕੁਛ ਹੋਰ ਕਮਿਊਨਿਟੀਆਂ ਵੀ ਹੈਗੀਆਂ ਨੇ, ਉਹ ਜਾਣੀ ਸਾਰੀਆਂ ਕਮਿਊਨਿਟੀਆਂ ਕਾਫੀ ਨੇਗੀਆਂ ਜਿਹੜੀਆਂ ਪਰਫੋਰਮ ਕਰ ਰਹੀਆਂ ਨੇ, ਉਹ ਜਿਹੜੇ ਸਾਡੇ ਕੁੜੀਆਂ ਦੇਖ ਰਹੀਆਂ ਨੇ ਟੀਮਾਂ ਨੂੰ, ਉਹਨਾਂ ਨੂੰ ਸਾਰੀਆਂ ਉਹਨਾਂ ਕੋਲ ਲਿਸਟ ਬਣੀ ਹੋਈ ਆ, ਬਟ ਉਹਨਾਂ ਨੇ ਮੈਨੂੰ ਇਨਫੋਰਮ ਕਰਤਾ ਵੀ ਇੰਨੀਆਂ ਕਮਿਊਨਿਟੀਆਂ ਆਪਣੇ ਕੋਲ ਡਿਫਰੈਂਟ ਪਰਫੋਰਮੈਂਸ ਕਰ ਰਹੀਆਂ ਨੇ। ਨੰਬਰ 2 'ਤੇ ਜਿਹੜੇ ਸਾਡੇ, ਤੁਸੀਂ ਪਹਿਲੇ ਫਾਈਨਾਂਸ ਦੀ ਗੱਲ ਕੀਤੀ, ਜਿਹੜੇ ਸਾਡੇ ਫਾਈਨੈਂਸਰ ਨੇ, ਸਪੋਂਸਰ ਨੇ, ਉਹ ਵੀ ਇਹ ਨਹੀਂ ਹੈਗਾ ਵੀ ਇਕੱਲੇ ਪੰਜਾਬੀ ਨੇ, ਉਹ ਵੀ ਸਾਰੀਆਂ ਕਮਿਊਨਿਟੀਆਂ ਦੇ ਹੀ ਬੰਦੇ ਨੇ ਜਿਹੜੇ ਸਾਨੂੰ ਸਪੋਰਟ ਕਰ ਰਹੇ ਨੇ। ਇਸੇ ਕਰਕੇ ਇਹਨੂੰ ਮਲਟੀਕਲਚਰ ਅਸੀਂ ਇਕੱਲੇ ਵਰਲਡ ਨਹੀਂ ਯੂਜ ਕੀਤੇ, ਇਸ ਮੇਲੇ ਨੂੰ ਮਲਟੀਕਲਚਰ ਬਣਾਇਆ ਗਿਆ। ਹਾਂ, ਬਣਾਓਗੇ ਤਾਂ ਅਸੀਂ ਮਲਟੀਕਲਚਰ, ਪਹਿਲੇ ਇਹ ਸਾਰਾ ਪ੍ਰਬੰਧ ਕੀਤਾ ਮਲਟੀਕਲਚਰ ਦਾ, ਸਾਰੀਆਂ ਸਪੋਂਸਰਾਂ, ਸਾਰੇ ਪਰਫੋਰਮੈਂਸ ਵਾਲੇ ਬੱਚੇ, ਉਹਨਾਂ ਨੂੰ ਤਿਆਰ ਕਰਕੇ ਫਿਰ ਅਸੀਂ ਇਹਦਾ ਨਾਮ ਮਲਟੀਕਲਚਰ ਰੱਖਿਆ। ਅਸੀਂ ਇੱਦਾਂ ਨਹੀਂ ਹੈਗਾ ਸੀਗਾ ਵੀ ਉਵੇਂ ਮਲਟੀਕਲਚਰ ਰੱਖਤਾ, ਮੈਂ ਤਾਂ ਇਹ ਸੋਚਦਾ ਸੀ ਵੀ ਮਲਟੀਕਲਚਰ ਜਿਹੜਾ ਸ਼ਬਦ ਹੈਗਾ ਉਹ ਫੰਡਿੰਗ ਵਗੈਰਾ ਚ ਹੈਲਪ ਕਰਦਾ, ਮਤਲਬ ਇੱਦਾਂ ਦਾ ਵੀ ਕੁਛ ਬੈਨੀਫਿਟ ਹੁੰਦਾ ਹੈਗਾ ਜੇ ਮਲਟੀਕਲਚਰ ਵਰਡ ਯੂਜ਼ ਕਰ ਲਏ, ਬਿਕੋਜ਼ ਮੈਂ ਦੇਖਿਆ ਹੈਗਾ ਕਿ ਜਿੰਨੇ ਵੀ ਮੇਲੇ ਹੁੰਦੇ ਨੇ ਉਹਦੇ ਵਿੱਚ ਮਲਟੀਕਲਚਰ ਕਾਇੰਡ ਆਫ ਵਰਡ ਯੂਜ਼ ਹੁੰਦੇ ਨੇ,
ਫੰਡਿੰਗ ਸਪੋਰਟ ਹੁੰਦੀ ਹੈ ਜੇ ਇਸ ਨੂੰ ਉਸ ਲੈਵਲ ਤੇ ਸੋਚਿਆ ਜਾਵੇ ਤਾਂ? ਦੇਖੋ ਜੀ, ਇਹਦੇ ਵਿੱਚ ਮਲਟੀਕਲਚਰ ਲਿਖਣ ਨਾਲ ਪਤਾ ਨਹੀਂ ਦੂਸਰੇ ਮਿਲਣ ਵਾਲੇ ਫੰਡਿੰਗ ਦੇ ਵਿੱਚ ਯੂਜ ਕਰਦੇ ਹੋਣ, ਬਟ ਅਸੀਂ ਜਿਹੜਾ ਮਲਟੀਕਲਚਰ ਪਾਇਆ ਉਹ ਮਲਟੀਕਲਚਰ ਕਰਕੇ ਦਿਖਾ ਰਹੇ ਹਾਂ, ਉਹਨੂੰ ਮਲਟੀਕਲਚਰ ਦੇ ਵਿੱਚ ਲੈ ਕੇ ਆਏ ਹਾਂ। ਫੰਡ 'ਚ ਤਾਂ ਸਾਨੂੰ ਮਲਟੀਕਲਚਰ, ਅਸੀਂ ਇਹ ਕਹਿ ਸਕਦੇ ਹਾਂ ਵੀ ਮਲਟੀਕਲਚਰ ਲਿਖਣ ਨਾਲ ਅਤੇ ਮਲਟੀਕਲਚਰ ਦਿਖਾਉਣ ਨਾਲ ਸਾਨੂੰ ਆਪਣੀ ਕਮਿਊਨਿਟੀ ਦੇ ਵਿੱਚੋਂ ਤਾਂ ਫੰਡ 'ਚ ਮਿਲ ਰਹੇ ਨੇ। ਜਦੋਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਜਾ ਕੇ ਸਪੋਂਸਰਾਂ ਨੂੰ, ਜਿਹੜੇ ਬਿਜ਼ਨਸ ਵਾਲੇ ਨੇ, ਵੀ ਇਹ ਮਲਟੀਕਲਚਰ ਆ ਜੀ, ਫਲਾਣੀ ਫਲਾਣੀ ਕਮਿਊਨਿਟੀਆਂ ਦੇ ਬੱਚੇ ਇੱਥੇ ਪਰਫੋਰਮ ਕਰ ਰਹੇ ਨੇ, ਉਹ ਸਾਡੇ ਨਾਲ ਪੂਰੇ ਹੈਪੀ ਹੋ ਕੇ ਪੂਰੀ ਸਪੋਰਟ ਕਰ ਰਹੇ ਨੇ। ਪਰ ਜੇ ਅਸੀਂ ਕਹੀਏ ਮਲਟੀਕਲਚਰ ਲਿਖ ਕੇ ਵੀ ਸਾਨੂੰ ਕੋਈ ਗੌਰਮੈਂਟ ਫੰਡ ਆ, ਉਹ ਸਾਡੇ ਕੋਲ ਕੁਛ ਨਹੀਂ ਹੈਗਾ, ਨਾ ਅਸੀਂ ਉਹਦੇ ਲਈ ਸੋਚ ਕੇ ਚੱਲੇ ਹਾਂ। ਕਿਉਂਕਿ ਤੁਸੀਂ ਕਦੇ ਅਪਰੋਚ ਵੀ ਨਹੀਂ ਕੀਤੀ ਤੁਸੀਂ ਕਦੇ? ਅਪਰੋਚ ਦੇਖੋ ਜੀ, ਸੱਤ ਅਸਲ ਮੈਂ ਤਾਂ ਆਪਣੀ ਕਮਿਊਨਿਟੀ ਦੇ ਜੋ ਬਿਜ਼ਨਸਮੈਨ ਨੇ ਉਹਦੇ ਚੜ੍ਹਦੀ, ਇਹੀ ਇਹਨਾਂ ਦੀ ਚੜ੍ਹਦੀ ਕਲਾ ਬਹੁਤ ਹੈ, ਇਹੀ ਨਹੀਂ ਪਿੱਛੇ ਰਹਿਣ ਦਿੰਦੇ। ਕਹਿੰਦੇ ਨੇ ਸਾਰੇ ਪ੍ਰੋਗਰਾਮ ਇਦਾਂ ਦੇ ਹੁੰਦੇ ਨੇ ਜਿਹੜੇ ਫੋਕਸੀ ਗਵਰਨਮੈਂਟ ਫੰਡਿੰਗ ਵਾਸਤੇ ਹੁੰਦੇ ਨੇ। ਦੇਖੋ ਜੀ, ਜੇ ਤਾਂ ਹੁਣ ਸਾਡੀ ਟੀਮ ਆ, ਜੇ ਅਸੀਂ ਕਹੀਏ ਵੀ ਅਸੀਂ ਇਹਦੇ ਵਿੱਚੋਂ ਪੈਸੇ ਬਚਾਉਣੇ ਨੇ, ਜੇਬ 'ਚ ਪਾਉਣੇ ਨੇ, ਸਾਨੂੰ ਪੈਸੇ ਬਚਣ, ਅਸੀਂ ਤਾਂ ਕਰੀਏ, ਫਿਰ ਤਾਂ ਅਸੀਂ ਫੰਡਸ ਬਾਰੇ ਵੀ ਜਾਈਏ, ਠੀਕ ਆ, ਸਾਰਾ ਅਪਰੋਚ ਕਰੀਏ। ਬਟ ਅਸੀਂ ਇਹਦੇ ਵਿੱਚ ਸਾਡਾ ਹੁਣ ਪਹਿਲਾਂ ਹੀ ਸਾਰਾ ਪ੍ਰੋਗਰਾਮ ਲਿਖਿਆ ਹੋਇਆ ਵੀ ਕਿੰਨਾ ਖਰਚਾ ਹੋਣਾ ਇਹਦੇ 'ਤੇ। ਅੱਛਾ, ਸਾਡੇ ਕੋਲ ਅਸੀਂ ਓਨਾ ਹੀ ਖਰਚਾ ਇਕੱਠਾ ਕਰਦੇ ਹਾਂ। ਅੱਛਾ, ਜਿਹੜਾ ਜਦੋਂ ਗਵਰਨਮੈਂਟ ਫੰਡਿੰਗ ਇਨਵੋਲਵ ਹੋ ਜਾਂਦੀ ਹੈ ਕਿਸੇ ਵੀ ਚੀਜ਼ ਦੇ ਵਿੱਚ, ਤਾਂ ਮੇਰੇ ਖਿਆਲ ਦੇ ਵਿੱਚ ਉਹ ਔਰਗਨਾਈਜੇਸ਼ਨ ਕੋਈ ਵੀ ਆ ਜੋ ਪ੍ਰੋਗਰਾਮ ਕਰਾਉਂਦੀ ਆ, ਉਹ ਪਬਲਿਕ, ਬਿਕੋਜ਼ ਪਬਲਿਕ ਦਾ ਟੈਕਸਪੇਅਰ ਦੀ ਮਨੀ ਆਉਂਦੀ ਆ, ਤਾਂ ਉਹ ਪਬਲਿਕ ਨੂੰ ਅਨਸਰੇਬਲ ਨੇ, ਲੋਕਾਂ ਨੂੰ ਅਨਸਰੇਬਲ ਨੇ, ਆਪਣੀ ਕਮਿਊਨਿਟੀਜ਼ ਦੇ ਲੋਕਾਂ ਨੂੰ ਅਨਸਰੇਬਲ ਨੇ ਕਿ ਤੁਸੀਂ ਭਾਈ ਅਸੀਂ ਇੰਨਾ ਖਰਚਾ ਕੀਤਾ ਅਤੇ ਇੰਨਾ ਖਰਚਾ ਹੁਣ ਅਸੀਂ ਇੱਥੇ ਇੱਥੇ ਲਾਇਆ ਅਤੇ ਇੰਨੇ ਸਾਡੇ ਕੋਲ ਬਚ ਗਿਆ, ਹਿਸਾਬ ਕਿਤਾਬ ਦੇਣਾ। ਤੁਸੀਂ ਜਦੋਂ ਗੌਰਮੈਂਟ ਤੋਂ ਕੋਈ ਫੰਡਿੰਗ ਨਹੀਂ ਲੈ ਰਹੇ, ਸਿਰਫ ਸਪੋਂਸਰਸ ਤੋਂ ਤੁਸੀਂ ਪੈਸਾ ਲੈ ਰਹੇ ਹੋ ਜਾਂ ਆਪਣੀ ਪੋਕਿਟ ਦੇ ਵਿੱਚੋਂ ਪਾ ਰਹੇ ਹੋ, ਡੂ ਯੂ ਥਿੰਕ ਕਿ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਅਨਸਰੇਬਲ ਹੋ ਪਬਲਿਕ ਨੂੰ ਜਾਂ ਸਿਰਫ ਸਪੋਂਸਰਸ ਨੂੰ ਅਨਸਰੇਬਲ ਹੋ? ਤੁਸੀਂ ਕਿੱਥੇ ਅਕਾਊਂਟ ਕਰਦੇ ਹੋ, ਤੁਸੀਂ ਕੁਛ ਇੱਦਾਂ ਦਾ ਸੋਚਿਆ? ਹਾਂਜੀ, ਅਸੀਂ ਸੋਚਿਆ ਹੋਇਆ ਹੈਗਾ, ਜਿੰਨੇ ਸਾਡੇ ਸਪੋਂਸਰ ਨੇ ਉਹ ਜੇ ਐਂਡ 'ਤੇ ਜਾ ਕੇ, ਸਾਡੇ ਨਾਲ ਕੁਛ ਸਪੋਂਸਰ ਤਾਂ ਇਹੋ ਜਿਹੇ ਵੀ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਇੰਨੀ ਸਪੋਰਟ ਤਾਂ ਤੁਹਾਡੀ ਹੁਣ ਕਰ ਰਹੇ ਹਾਂ, ਜੇ ਤੁਹਾਡੇ ਕੁਛ ਘਟੂਗਾ ਸਾਨੂੰ ਦੱਸ ਦਿਓ, ਅਸੀਂ ਹੋਰ ਵੀ ਤੁਹਾਡੀ ਹੈਲਪ ਕਰਾਂਗੇ। ਜਿਹੜੇ ਹੁਣ ਸਪੋਂਸਰ ਸਾਡੇ ਨਾਲ ਸਪੋਰਟ ਕਰ ਰਹੇ ਨੇ ਐਂਡ ਆਫ ਮੇਲੇ ਤੋਂ ਬਾਅਦ, ਜੇ ਉਹਨਾਂ ਨੇ ਕਿਸੇ ਨੂੰ ਲੱਗਦਾ ਵੀ ਅਸੀਂ ਕਿਤੇ ਗਲਤ ਯੂਜ ਕੀਤੇ ਨੇ ਪੈਸੇ ਜਾਂ ਸਾਡੇ ਕੋਲ ਉਹ ਨੇਗੇ, ਜਦੋਂ ਮਰਜ਼ੀ ਸਾਡੇ ਕੋਲ। ਸਾਡਾ ਨਾ ਇੰਡੀਅਨ ਕਮਿਊਨਿਟੀ ਦਾ ਇੱਕ ਚੀਜ਼ ਬੜੀ ਉਹ ਆ, ਮੈਂ ਥੋੜ੍ਹਾ ਸਬਜੈਕਟ ਨੂੰ ਹੋਰ ਪਾਸੇ ਲੈ ਗਿਆ, ਪਰ ਮੈਨੂੰ ਉਹ ਸਵਾਲ ਵੀ ਵਿੱਚ ਐਡ ਕਰਨ ਦੀ ਮਨ ਕਰ ਰਿਹਾ ਕਿ ਅਸੀਂ ਨਾ ਆਪਣਾ ਟਾਈਮ ਨਹੀਂ ਕਾਊਂਟ ਕਰਦੇ। ਇਹੀ ਪ੍ਰੋਗਰਾਮ ਜਦੋਂ ਗੁਜਰਾਤੀ ਜਾਂ ਕੋਈ ਹੋਰ ਕਮਿਊਨਿਟੀ ਦੇ ਲੋਕ ਕਰਾਉਂਦੇ ਨੇਗੇ ਜਾਂ ਔਜ਼ੀਜ਼ ਕਰਾਉਂਦੇ ਨੇਗੇ, ਤਾਂ ਉਹ ਆਪਣਾ ਜਿੰਨੇ ਘੰਟੇ ਉਹਨਾਂ ਨੇ ਆਪਣੇ ਲਾਏ ਹੁੰਦੇ ਆ, ਉਹਨਾਂ ਨੂੰ ਇੱਕ ਨੋਰਮਲ ਜੋ ਪੇ ਰੇਟ ਆ ਉਹਦੇ ਹਿਸਾਬ ਨਾਲ ਕੈਲਕੂਲੇਟ ਕਰਕੇ ਉਹਨੂੰ ਵੀ ਐਜ਼ ਐਕਸਪੈਂਸਿਸ ਜਾਂ ਖਰਚੇ ਦੇ ਤੌਰ 'ਤੇ ਕਾਊਂਟ ਕਰਦੇ ਨੇ, ਅਤੇ ਆਪਾਂ ਨਹੀਂ ਕਰਦੇ। ਇੱਦਾਂ ਕਿਉਂ ਨਹੀਂ ਸੋਚਦੇ ਆਪਾਂ, ਮਤਲਬ ਤੁਸੀਂ ਸੋਚਿਆ ਕਦੇ ਇਸ ਚੀਜ਼ ਬਾਰੇ? ਨਹੀਂ, ਦੇਖੋ ਜੇ ਹੁਣ ਆਪਾਂ ਸੋਚਣ ਲੱਗ ਗਏ, ਦੇਖੋ ਇਹ ਕੋਈ ਛੋਟੀ ਟੀਮ ਨਹੀਂ ਹੈਗੀ ਆਪਣੀ, ਹੁਣ ਇਸ ਟਾਈਮ ਦੇਸੀ ਸਵੈਗ ਐਸੋਸੀਏਸ਼ਨ ਦੇ ਵਿੱਚ ਮਤਲਬ 35 ਜਣੇ ਕੰਮ ਕਰ ਰਹੇ ਆ। ਜੇ ਹੁਣ 35 ਜਣੇ ਦੇ ਆਪਾਂ ਘੰਟੇ ਕਾਊਂਟ ਕਰਨ ਲੱਗ ਗਏ, ਆਪਾਂ ਨੂੰ ਪੈਸੇ ਗੌਰਮੈਂਟ ਵੱਲੋਂ ਤਾਂ ਆਉਣੇ ਨਹੀਂ, ਸਾਡੀ ਕੋਈ ਪੇ ਆ, ਠੀਕ ਹੈ ਜੀ। ਜੇ ਹੁਣ ਅਸੀਂ ਆਪਣੇ ਘੰਟੇ ਕਾਊਂਟ ਕਰ ਦਿਆਂਗੇ, ਉਸ ਤੋਂ ਬਾਅਦ ਸਾਡੇ ਸਪੋਂਸਰ ਵੀ ਕਹਿਣਗੇ ਵੀ ਯਾਰ ਨਹੀਂ, ਅਸੀਂ ਤੁਹਾਡੀ ਸਪੋਰਟ ਕਰ ਰਹੇ ਹਾਂ, ਨਾ ਕਿ ਤੁਹਾਨੂੰ ਪੇ ਕਰ ਰਹੇ ਹਾਂ ਅਸੀਂ। ਮੈਂ ਪੁਆਇੰਟ ਇਸ ਲਈ ਲੈ ਕੇ ਆਇਆ ਹਾਂ ਦਰਸ਼ਕੋ, ਕਿ ਨਥਿੰਗ ਅਫੈਂਸਿਵ, ਕਿ ਜੇ ਇਸ ਦੀ ਜੈਨੂਇਨ ਤਰੀਕੇ ਨਾਲ ਕੋਸਟ ਕਵਰ ਕੀਤੀ ਜਾਵੇ ਜਾਂ ਐਫਰਟਸ ਕਵਰ ਕੀਤੇ ਜਾਣ, ਉਹ ਵਰਥ ਮੋਰ ਦੈਨ $100,000, $1,00,000 ਤੋਂ ਜ਼ਿਆਦਾ ਵਰਥ ਕਰਦਾ। ਅਤੇ ਕਈ ਵਾਰੀ ਹੁੰਦਾ ਕਿ ਆਪਾਂ ਟੀ ਵੀ 'ਤੇ ਕੋਈ ਪ੍ਰੋਗਰਾਮ ਦੇਖ ਰਹੇ ਹੁੰਦੇ ਹਾਂ ਜਾਂ ਕੋਈ ਸਾਡੀ ਹੋਰ ਛੋਟੀ ਮੋਟੀ ਕਮਿਟਮੈਂਟ ਹੁੰਦੀ ਆ, ਔਰ
ਉਹ ਤਾਂ ਚਲੋ ਮੰਨੀ ਹੈ, ਕਈ ਵਾਰੀ ਸਾਡੀ ਪਰਸਨਲ ਕਮਿਟਮੈਂਟ ਹੁੰਦੀ ਹੈ, ਕਈ ਵਾਰੀ ਅਸੀਂ ਵਿਹਲੇ ਵੀ ਹੁੰਦੇ ਹਾਂ ਫਿਰ ਵੀ ਅਸੀਂ ਕਾਲ ਕਰ ਜਾਂਦੇ ਹਾਂ ਕਿ ਕੀ ਜਾਣਾ ਯਾਰ। ਤਾਂ ਮੈਨੂੰ ਲੱਗਦਾ ਵੀ ਐਫਰਟਸ ਜਿਹੜੇ ਕੀਤੇ ਜਾਂਦੇ ਨੇ ਕਿਸੇ ਵੱਲੋਂ ਵੀ ਕੀਤੇ ਜਾਂਦੇ ਨੇ, ਉਹ ਸਾਡੇ ਲਈ ਕੀਤੇ ਜਾਂਦੇ ਨੇ, ਤੁਹਾਡੇ ਲਈ ਕੀਤੇ ਜਾਂਦੇ ਨੇ। ਜਿਹੜੇ ਤੁਸੀਂ ਘਰਾਂ ਦੇ ਵਿੱਚ ਬੈਠੇ ਕਈ ਵਾਰੀ ਲੇਜ਼ੀਨੈਸ ਦਿਖਾ ਦਿੰਦੇ ਹਾਂ ਅਸੀਂ, ਤਾਂ ਮਸਤ ਸਾਨੂੰ ਪਹੁੰਚਣਾ ਚਾਹੀਦਾ, ਬਿਕੋਜ਼ ਉਹ ਗੈਦਰਿੰਗ ਆ ਨਾ ਜਿਹੜੀ ਮੇਲੇ ਦੀ, ਕਰਮਜੀਤ ਜੀ, ਉਹ ਗੈਦਰਿੰਗ ਹੈ ਐਕਚੁਅਲੀ ਸਾਡੀ ਕਮਿਊਨਿਟੀ ਨੂੰ ਰੈਪ੍ਰੈਜੈਂਟ ਕਰਦੀ ਆ। ਉਹ ਗੈਦਰਿੰਗ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਤੁਸੀਂ ਓਨਾ ਇੰਜੋਏ ਕਰੋ, ਬਿਕੋਜ਼ ਉਸ ਨੰਬਰਸ ਨੂੰ ਇੱਥੋਂ ਦਾ ਜਿਹੜੇ ਲੋਕਲ ਪੋਲੀਟੀਸ਼ੀਅਨਸ ਨੇ ਜਾਂ ਲੋਕਲ ਸਿਸਟਮ ਆ, ਉਹ ਕਾਊਂਟ ਕਰਦਾ ਕਿ ਕਿੰਨੇ ਕੁ ਜੁਆਇੰਟ ਨੇ ਔਰ ਕਿੰਨੇ ਕੁ ਇਕੱਠੇ ਨੇ। ਹਾਂਜੀ, ਜਿੰਨੇ ਜ਼ਿਆਦਾ ਮੇਲੇ ਹੋਣਗੇ, ਚਾਹੇ ਉਹ ਈਵੈਂਟਸ ਦੂਸਰੇ ਨੇਗੇ, ਕਈ ਵਾਰੀ ਅਸੀਂ ਇਹ ਸੋਚ ਲੈਂਦੇ ਹਾਂ ਕਿ ਯਾਰ ਇਵੈਂਟਸ 'ਤੇ ਅਸੀਂ ਪੈਸਾ ਵੇਸਟ ਕਰ ਰਹੇ ਹਾਂ। ਮੈਂ ਨਹੀਂ ਸੋਚਦਾ ਇਸ ਤਰ੍ਹਾਂ ਕਿ ਅਸੀਂ ਪੈਸਾ ਵੇਸਟ ਕਰ ਰਹੇ ਹਾਂ, ਮੈਂ ਸੋਚਦਾ ਉਹ ਵੀ ਇੱਕ ਵਰਥ ਆ, ਬਿਕੋਜ਼ ਉਹ ਸਾਡੀ ਆਈਡੈਂਟੀ ਨੂੰ ਰਿਪ੍ਰੈਜੈਂਟ ਕਰਦਾ ਗਾ ਕਿ ਅਸੀਂ ਇਕੱਠੇ ਹਾਂਗੇ, ਚਾਹੇ ਉਹ ਇਨਡੋਰ ਇਵੈਂਟ ਹੋ ਰਿਹਾ ਚਾਹੇ ਆਊਟਡੋਰ ਇਵੈਂਟ ਹੋ ਰਿਹਾ, ਉਹਦੇ ਵਿੱਚ ਅਸੀਂ ਦਿਖਾ ਰਹੇ ਹਾਂ ਕਿ ਦੇਖੋ ਯਾਰ ਅਸੀਂ ਇੰਨੇ ਖੁੱਲ੍ਹ ਦਿਲ ਹਾਂ, ਅਸੀਂ ਇੱਦਾਂ ਪੈਸਾ ਲਾ ਰਹੇ ਹਾਂਗੇ, ਅਤੇ ਉਸ ਦੇ ਬਦਲੇ ਅਸੀਂ ਇੰਟਰਟੇਨਮੈਂਟ ਵੀ ਦੇ ਰਹੇ ਹਾਂਗੇ ਔਰ ਅਸੀਂ ਬੱਚਿਆਂ ਨੂੰ ਸੋਸ਼ਲਾਈਜ਼ ਵੀ ਕਰ ਰਹੇ ਹਾਂਗੇ। ਸੋ ਉਹ ਬਹੁਤ ਜ਼ਰੂਰੀ ਹੈ ਇੱਦਾਂ ਦੇ ਇਵੈਂਟਸ ਦੇ ਵਿੱਚ ਆਉਣਾ ਜੀ, ਜਿੰਨੇ ਇਵੈਂਟਸ ਹੁੰਦੇ ਨੇ ਚੰਗੀ ਗੱਲ ਹੀ ਹੈ ਸਾਡੇ ਸ਼ਹਿਰ ਦੇ ਵਿੱਚ। ਹੋਰ ਚੈਲੇਂਜ ਇੱਦਾਂ ਦੇ ਇਵੈਂਟਸ ਨੂੰ ਕੀ ਆਉਂਦੇ? ਦੇਖੋ ਚੈਲੇਂਜ ਆਉਂਦੇ ਹੈਗੇ, ਜਿਵੇਂ ਹੁਣ ਟੀਮ ਲੱਗੀ ਹੋਈ ਹੈਗੀ ਆਪਾਂ ਨੇ 12 ਅਕਤੂਬਰ, ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹ ਦੱਸੂਗਾ ਵੀ ਆਪਾਂ ਨੇ 12 ਅਕਤੂਬਰ ਹੀ ਕਿਉਂ ਚੂਜ਼ ਕੀਤਾ ਸੀਗਾ। ਲਾਸਟ ਈਅਰ ਆਪਣਾ 14 ਅਕਤੂਬਰ ਸੀਗਾ, ਇਹਦੇ ਵਿੱਚ ਰੀਜਨ ਕੀ ਸੀਗੇ? ਪਹਿਲਾਂ ਤੁਸੀਂ ਬਲਜੀਤ ਵੀਰ ਜੀ ਨਾਲ ਗੱਲ ਕਰੀ ਸੀ ਵੀ ਉਸ ਦਿਨ ਦੁਸਹਿਰਾ ਵੀ ਦੀਵਾਲੀ ਅੱਗੇ ਜਾ ਕੇ ਆ, ਬਟ ਦੀਵਾਲੀ ਦਾ ਕਾਰਨ ਇਹ ਹੁੰਦਾ ਆਪਣੇ ਸਾਊਥ ਆਸਟ੍ਰੇਲੀਆ ਦੇ ਵਿੱਚ, ਇੱਕ ਤਾਂ ਉਸ ਵੀਕ ਦੇ ਵਿੱਚ 1 ਅਕਤੂਬਰ ਤੋਂ ਲੈ ਕੇ ਨਾ 14 ਅਕਤੂਬਰ ਤੱਕ ਸਕੂਲ ਹੋਲੀਡੇ ਹੁੰਦੀਆਂ ਨੇ ਬੱਚਿਆਂ ਨੂੰ, 2 ਵੀਕ ਬੱਚੇ ਘਰ ਹੁੰਦੇ ਆ। ਮੈਨੂੰ ਨਹੀਂ ਲੱਗਦਾ ਆਪਣੇ ਕੁਛ ਪਰਸਨ ਨੇ ਜਿਹੜੇ ਬੱਚਿਆਂ ਨੂੰ ਲੈ ਕੇ ਘੁੰਮਣ ਘੁੰਮਣ ਜਾਂਦੇ ਹੋਣਗੇ ਬਾਹਰ, ਨਹੀਂ ਬੱਚੇ ਘਰ ਹੀ ਹੁੰਦੇ ਆ, ਆਪਾਂ ਕੰਮ ਕਰ ਰਹੇ ਹੁੰਦੇ ਸਾਰੇ, ਆਪਣੀ ਕਮਿਊਨਿਟੀ ਨੂੰ ਖਾਸ ਹੀ ਮੰਚ, ਆਪਣੀ ਕਮਿਊਨਿਟੀ ਨੂੰ ਖਾਸ ਹੀ ਆ ਵੀ ਇਹ ਵੀਕਐਂਡ ਤੇ ਜੌਬ ਕਰਦੇ ਹੁੰਦੇ। ਮੇਰੇ ਇੱਕ ਹੋਰ ਦਿਮਾਗ 'ਚ ਬੜੀ ਅਜੀਬ ਜਿਹੀ ਗੱਲ ਆ ਰਹੀ ਹੈ, ਵੈਸੇ ਪਤਾ ਨਹੀਂ ਉਸ ਨੂੰ ਕਿੱਦਾਂ ਇੰਜੋਏ ਕਰੋਗੇ ਤੁਸੀਂ, ਕਿ ਉਸੇ ਦਿਨ ਦੁਸਹਿਰਾ ਮਨਾ ਰਹੇ ਆ ਅਤੇ ਉਸੇ ਦਿਨ ਹੀ ਦੀਵਾਲੀ ਆ, ਕਿ ਵੀ ਪਹਿਲਾਂ ਤਾਂ ਜਦੋਂ ਰਾਵਣ ਦਾ ਵੱਧ ਹੋਇਆ ਸੀਗਾ ਦੁਸਹਿਰੇ ਵਾਲੇ ਦਿਨ, ਉਸ ਤੋਂ ਬਾਅਦ 20 ਦਿਨ ਲੱਗ ਗਏ ਸੀ ਅਯੋਧਿਆ ਪਹੁੰਚਣ 'ਤੇ ਸ਼੍ਰੀ ਰਾਮ ਚੰਦਰ ਜੀ ਨੂੰ, ਉਹ ਜ਼ਮਾਨਾ ਪੁਰਾਣਾ ਸੀ, ਟੈਕਨੋਲੋਜੀ ਘੱਟ ਸੀ, ਤੇ ਅੱਜ ਉਹ ਡਿਸਟੈਂਸ 1 ਦਿਨ 'ਚ ਹੀ ਪੂਰਾ ਹੋ ਸਕਦਾ, ਕੁਛ ਘੰਟਿਆਂ 'ਚ ਪੂਰਾ ਹੋ ਸਕਦਾ, ਤਾਂ ਕਰਕੇ ਉਹ 1 ਦਿਨ ਹੀ ਦੋਨੋਂ ਤੁਸੀਂ ਕਰ। ਮੈਂ ਤੁਹਾਨੂੰ ਉਹ ਵੀ ਦੱਸੂੰਗਾ ਜੀ 1 ਦਿਨ ਕਿਉਂ ਕਰ ਰਹੇ ਹਾਂ। ਹਾਂਜੀ, ਸੇਮ ਡੇ ਦੁਸਹਿਰਾ ਗਾ, ਹਾਂਜੀ ਦੀਵਾਲੀ ਆਪਾਂ 15-20 ਦਿਨ ਪਹਿਲਾਂ ਇਸ ਕਰਕੇ ਸੈਲੀਬ੍ਰੇਟ ਆਸਟ੍ਰੇਲੀਆ 'ਚ ਕਰ ਰਹੇ ਹਾਂ, ਆਪਣੀ ਕਮਿਊਨਿਟੀ ਕਾਫੀ ਹੈਗੀ ਜਿਹੜੇ ਦੀਵਾਲੀ ਦੇ ਤਿਉਹਾਰ 'ਤੇ ਇੰਡੀਆ ਚਲੇ ਜਾਂਦੇ ਆ। ਮੈਂ ਪਲਾਨ ਕਰ ਰਿਹਾ ਖੁਦ। ਹਾਂਜੀ, ਉਹ ਕੁਛ ਬੱਚਿਆਂ ਨੂੰ ਲੈ ਕੇ ਜਾਂ ਕੁਛ ਫੈਮਿਲੀਆਂ ਜਦੋਂ ਚਲੀਆਂ ਜਾਂਦੀਆਂ ਨੇ, ਕਮਿਊਨਿਟੀ ਘੱਟ ਜਾਂਦੀ ਆ। ਹਾਂਜੀ, ਠੀਕ ਹੈ ਜੀ। ਉੱਥੇ ਵੀ ਮੈਨੂੰ ਲੱਗਦਾ, ਮੈਂ ਵੀ ਗਿਆ ਇੱਕ ਵਾਰ ਦੀਵਾਲੀ 'ਤੇ ਬੱਚਿਆਂ ਨੂੰ ਲੈ ਕੇ, ਬਟ ਉੱਥੇ ਜਾ ਕੇ ਵੀ ਖਾਣ ਪੀਣ ਹੀ ਰਹਿ ਜਾਂਦਾ, ਦੀਵਾਲੀ ਬਾਰੇ ਬੱਚਿਆਂ ਨੂੰ ਉੱਥੇ ਵੀ ਕੁਛ ਨਹੀਂ ਪਤਾ ਲੱਗਦਾ। ਡਾਕਟਰਾਂ ਨੂੰ ਕਾਫੀ ਫਾਇਦਾ ਹੋ ਜਾਂਦਾ ਕਿਉਂਕਿ ਮਿਕਸ ਜਿਹੜੀਆਂ ਮਾੜੀਆਂ ਚੀਜ਼ਾਂ ਖਾ ਕੇ ਉੱਥੇ ਖਾ ਕੇ ਜਦੋਂ ਵਾਪਸ ਆਉਂਦੇ ਨੇ ਡਾਕਟਰ ਕਾਫੀ ਬਿਜੀ ਹੋ ਜਾਂਦੇ। ਹਾਂਜੀ, ਸੋ ਜੇ ਤੁਸੀਂ ਇੰਡੀਆ ਜਾ ਰਹੇ ਹੋ ਦੀਵਾਲੀ ਦੇ ਟਾਈਮ 'ਤੇ, ਐਨੀਵੇਜ਼ ਬਹੁਤ ਖਿਆਲ ਰੱਖੋ ਜੀ ਸਿਹਤ ਦਾ। ਕਹਿੰਦੇ ਮੱਝਾਂ ਦੀ ਗਿਣਤੀ ਘੱਟ ਆ, ਤੇ ਪਰ ਲੀਟਰ ਦੇ ਹਿਸਾਬ ਨਾਲ ਜੇ ਕੈਲਕੂਲੇਟ ਕਰੀਏ ਪ੍ਰੋਡਕਸ਼ਨ ਦੁੱਧ ਦੀ ਪਤਾ ਨਹੀਂ ਕਿੱਥੋਂ ਹੋਈ ਜਾਂਦੀ ਆ ਇੱਥੇ ਪੰਜਾਬ ਦੇ ਵਿੱਚ, ਬੜਾ ਕੁਛ ਆ ਜਿਹੜਾ ਸੋਚਣ ਵਾਲਾ ਹੈ, ਤੁਸੀਂ ਖੁਦ ਜਾਣਦੇ ਉਹਨਾਂ ਚੀਜ਼ਾਂ ਨੂੰ। ਅੱਛਾ, ਮੈਨੂੰ ਇਹ ਦੱਸੋ, ਜਦੋਂ ਮੇਲਾ ਜਿੱਦਾਂ ਦੀਵਾਲੀ ਤੁਸੀਂ ਮੇਲਾ, ਇਹ ਇਸ ਟਾਈਮ ਨੂੰ ਧਿਆਨ 'ਚ ਰੱਖ ਕੇ ਇਹਦਾ ਨਾਮ ਦੀਵਾਲੀ ਮੇਲਾ ਰੱਖ ਲਿਆ, ਜਾਂ ਇਹਦੇ ਵਿੱਚ ਕੋਈ ਰਿਫਲੈਕਸ਼ਨਸ ਹੋਣਾ ਚਾਹੀਦਾ, ਜਿੱਦਾਂ ਨਾ ਕਿ ਆਪਾਂ ਫੋਰਮਲ ਡਰੈਸ ਪਾਇਆ, ਜੇ ਕੋਟ ਪਾਇਆ ਤਾਂ ਅਸੀਂ ਉਹਨੂੰ ਫੋਰਮਲ ਡਰੈਸ ਅਕਾਊਂਟ ਕਰ ਲਿਆ ਕਿ ਵੀ ਉਹ ਫੋਰਮਲ ਡਰੈਸ ਆ ਗਈ, ਅਤੇ ਉੱਥੇ ਕੁਛ
ਰਿਪ੍ਰੈਜ਼ੈਂਟ ਕਰੂਗਾ ਜੇ ਹੁਣ ਨੌਨ ਆਸਟ੍ਰੇਲੀ ਜਾਂ ਇੰਡੀਅਨ ਜਾਂ ਆਸਟ੍ਰੇਲੀਅਨਸ ਕੋਈ ਵਿਜ਼ਿਟ ਕਰਦਾ ਉਹ ਕਹੂਗਾ ਕਿ ਯਾਰ ਇਹਨੂੰ ਤੁਸੀਂ ਦੀਵਾਲੀ ਮੇਲਾ ਕਹਿੰਦੇ ਹੋ, ਇਹਨੂੰ ਤੁਸੀਂ ਵਿਸਾਖੀ ਮੇਲਾ ਕਹਿੰਦੇ ਹੋ, ਇਹਨੂੰ ਤੁਸੀਂ ਫਲਾਣਾ ਮੇਲਾ ਕਹਿੰਦੇ ਹੋ, ਵੀ ਹੈ ਤਾਂ ਸਾਰੇ ਇੱਕੋ ਜੇ ਨਹੀਂ। ਮਤਲਬ ਕਿੱਦਾਂ ਉਹਨਾਂ ਨੂੰ ਦੇਖਣ ਦੇ ਵਿੱਚ ਕਿੱਦਾਂ ਉਹਨਾਂ ਨੂੰ ਲੱਗੇ ਕਿ ਯਾਰ ਹਾਂ ਯਾਰ ਜਿਹੜਾ ਮੇਲਾ ਇੱਦਾਂ ਦਾ ਹੁੰਦਾ ਉਹ ਦੀਵਾਲੀ ਮੇਲਾ ਕਹਾਉਂਦਾ, ਇੱਦਾਂ ਦਾ ਹੁੰਦਾ ਉਹ ਫਲਾਣਾ ਮੇਲਾ ਕਹਾਉਂਦਾ, ਕੁਛ ਇੱਦਾਂ ਦਾ ਕਰ ਰਹੇ ਹੋ ਕੁਛ? ਹਾਂਜੀ, ਇਹ ਅਸੀਂ ਲੋਕਾਂ ਨੂੰ ਪਹਿਲਾਂ ਇਹ ਸਾਰੀ ਪਬਲਿਕ ਨੂੰ ਮੈਸੇਜ ਦੇ ਰਹੇ ਹਾਂ ਵੀ ਆਪਾਂ ਪੈਂਟ ਕੋਟ ਪਾ ਕੇ ਤਾਂ ਵਿਆਹ ਵੀ ਦੇਖ ਲੈਂਦੇ ਹਾਂ, ਲੋਕਾਂ ਦੇ ਬਰਥਡੇ ਨੇ ਬੱਚਿਆਂ ਦੇ ਉੱਥੇ ਵੀ ਵਗ ਜਾਂਦੇ ਹਾਂ, ਆਪਣੀ ਜਿਹੜੀ ਟ੍ਰੈਡੀਸ਼ਨਲ ਪਹਿਰਾਵਾ ਆਪਣੇ ਪੰਜਾਬੀਆਂ ਦਾ ਲਾ ਲਓ ਕੁੜਤੇ ਪਜਾਮੇ ਆ, ਕੋਈ ਨਾਮ ਨੂਮ ਰੱਖਿਆ ਜੇ ਕੋਈ ਬੰਦਾ ਇਦਾਂ ਦਾ ਆ ਜਾਂਦਾ ਕੋਈ ਖੁੰਡਾ ਖੰਡਾ ਹੱਥ ਚ ਪੜਿਆ ਹੋਇਆ ਕੁੜਤਾ ਚਾਦਰਾ ਪਾਇਆ ਹੋਇਆ, ਹਾਂਜੀ ਹਾਂਜੀ, ਤੁਸੀਂ ਪਿੱਕ ਕਰੋਗੇ ਪਬਲਿਕ ਦੇ ਵਿੱਚ? ਅਸੀਂ ਪਿੱਕ ਕਰਾਂਗੇ ਜੀ, ਸਾਡੇ ਵਲੰਟੀਅਰ ਮੇਲ ਨੂੰ ਪਿੱਕ ਕਰੋਗੇ ਜਾਂ ਮਟਿਆਰ ਨੂੰ ਵੀ ਪਿੱਕ ਕਰਨਾ? ਅਸੀਂ ਦੇਖੋ ਜੀ, ਇਹ ਕੁੜੀਆਂ ਤੇ ਜਿਹੜੇ ਮੁੰਡੇ ਸਾਡੇ ਸਟੇਜ ਦਾ ਕੰਮ ਕਰਨਗੇ ਉਹਨਾਂ ਨੂੰ ਕਿਹਾ ਹੋਇਆ ਉਹਨਾਂ ਨੇ ਪਿੱਕ ਕਰਨਾ ਸਾਡੀ ਚਮਕਦਾ, ਜੇ ਤੁਸੀਂ ਕੁੜਤਾ ਚਾਦਰਾ ਪਾ ਕੇ ਆਏ ਹੋ ਖੁੰਡੇ ਵਾਲੇ ਬੰਦੇ ਫਿਰਦੇ ਨੇ, ਹਾਂਜੀ ਹਾਂਜੀ ਹਾਂਜੀ, ਫਰਲੇ ਛੱਡੇ ਹੁੰਦੇ ਨੇ ਤਾਂ ਥੋੜਾ ਤੁਰਿਓ ਫਿਰਿਓ, ਮਤਲਬ ਬੈਠਣ ਨਹੀਂ ਆਉਣਾ ਤੁਰਿਓ ਫਿਰਿਓ, ਬਿਕੋਜ਼ ਐਕਚੁਅਲੀ ਉਹ ਵੀ ਬਹੁਤ ਵੱਡਾ ਕੰਮ ਆ ਆਪਣੇ ਕਲਚਰ ਨੂੰ ਰਿਪ੍ਰੈਜ਼ੈਂਟ। ਲਾਸਟ ਇਅਰ ਆਪਣੇ ਕੋਲ ਇੱਕ ਮੁੰਡਾ ਆਇਆ ਸੀਗਾ, ਉਹਦੇ ਡੱਬੀ ਵਾਲਾ ਪਰਨਾ ਬੰਨਿਆ ਹੋਇਆ, ਕਾਲਾ ਕੁੜਤਾ ਪਾਇਆ ਹੋਇਆ, ਚਾਦਰਾ ਪਾਇਆ ਹੋਇਆ, ਖੁੰਡਾ ਉਹਦੇ ਹੱਥ ਸੀਗਾ, ਉਹਨੂੰ ਅਸੀਂ ਨੇ, ਉਹ ਹੈਗਾ ਆਪਣੇ ਫਰੈਂਡ ਸਰਕਲ ਚੋਂ ਸੀਗਾ, ਅਸੀਂ ਉਹਨੂੰ ਕਿਹਾ ਵੀ ਅਸੀਂ ਤੈਨੂੰ ਸਟੇਜ ਤੇ ਲੈ ਕੇ ਜਾਂਦੇ ਹਾਂ, ਪਰ ਉਹ ਸੰਗਦਾ ਇੰਨਾ ਸੀਗਾ ਕਹਿੰਦਾ ਮੈਂ ਸਟੇਜ ਤੇ ਨਹੀਂ ਜਾਣਾ, ਮੈਂ ਸਿਰਫ ਇੰਨਾ ਕਿ ਆਪਣੇ ਆਪ ਨੂੰ ਉਹ ਕਰਕੇ ਇੰਜੋਏ ਕਰਨਾ ਸੀਗਾ। ਤੇ ਅਸੀਂ ਇਸ ਵਾਰ ਕਰਾਂਗੇ ਜੋ ਵੀ ਪੂਰੇ ਪਹਿਰਾਵੇ ਦੇ ਵਿੱਚ ਆਪਣੇ ਕਲਚਰ ਦੇ, ਇਕੱਲੇ ਇਹ ਨਹੀਂ ਹੈਗਾ ਵੀ ਪੰਜਾਬੀ ਨੂੰ ਹੀ ਕਰਾਂਗੇ ਜੀ, ਡਿਫਰੈਂਟ ਕਮਿਊਨਿਟੀਆਂ ਜਿੰਨੀਆਂ ਵੀ ਕਮਿਊਨਿਟੀਆਂ ਆ ਰਹੀਆਂ ਨੇਗੇ, ਸੈਪਰੇਟ ਕਮਿਊਨਿਟੀਆਂ ਦੇ ਬੰਦੇ ਜੋ ਵੀ ਆਉਣਗੇ ਉਹਨਾਂ ਦੇ ਪਹਿਰਾਵੇ ਨੂੰ ਵੀ ਅਸੀਂ ਐਪਰੀਸ਼ੀਏਟ ਕਰਾਂਗੇ ਜ਼ਰੂਰ, ਜਿਹੜਾ ਜਿਹੜਾ ਆਪਣੇ ਪਹਿਰਾਵੇ 'ਚ ਆਊਗਾ। ਬੱਚੇ ਇੱਕ ਬਹੁਤ ਵੱਡਾ ਸਵਾਲ ਰਹਿੰਦਾ ਜਦੋਂ ਪੇਰੈਂਟਸ ਨੇਗੇ ਬੱਚਿਆਂ ਨੂੰ ਉੱਥੇ ਲੈ ਕੇ ਜਾਂਦੇ ਨੇਗੇ, ਇੱਕ ਤਾਂ ਬੱਚਿਆਂ ਦੀ ਸੇਫਟੀ ਸਿਕਿਉਰਿਟੀ ਦਾ ਬਹੁਤ ਰਹਿੰਦਾ ਦਿਮਾਗ ਦੇ ਵਿੱਚ, ਮੈਂ ਉਸ ਗਰਾਊਂਡ ਦੀ ਜੇ ਤੁਹਾਨੂੰ ਰੂਪਰੇਖਾ ਦੱਸਾਂ, ਉਹਦੇ ਆਲੇ ਦੁਆਲੇ ਇੱਕ ਫੈਂਸ ਲੱਗੀ ਹੋਈ ਆ ਜਿਹੜੀ ਕਿ ਮੈਨੂੰ ਲੱਗਦਾ 3 ਫੁੱਟ ਉੱਚੀ ਹੋਊਗੀ, 1 ਮੀਟਰ ਦੇ ਕਰੀਬ ਹੈ ਉਹ ਫੈਂਸ ਹੈ। ਸੋ ਉਹ ਫੈਂਸ ਦੇ ਉੱਪਰ ਦੀ ਬੱਚਾ ਨਹੀਂ ਟੱਪ ਸਕਦਾ, ਵੱਡਾ ਉਹਦੇ ਉੱਪਰ ਦੀ ਜੇ ਟੱਪਣਾ ਚਾਹੇ ਤਾਂ ਟੱਪ ਸਕਦਾ, ਬਟ ਅਗੇਨ ਮੈਨੂੰ ਲੱਗਦਾ ਆਲੇ ਦੁਆਲੇ ਇਨ ਐਂਡ ਆਊਟ ਆਪਸ਼ਨਸ ਹੈਗੇ ਨੇ, ਅਸੀਂ ਰਿਕਮੈਂਡ ਨਹੀਂ ਕਰਾਂਗੇ ਤੂੰ ਉੱਤੋਂ ਦੀ ਟੱਪ ਕੇ ਜਾਓ, ਅਤੇ ਬਟ ਬੱਚਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਕਈ ਵਾਰੀ ਬੱਚਾ ਨਾ ਰੋਡ 'ਤੇ ਚਲਾ ਜਾਂਦਾ, ਉਹ ਰੋਡ 'ਤੇ ਜਾਣ ਤੋਂ ਪ੍ਰੋਟੈਕਟ ਕਰਨ ਵਾਸਤੇ ਉਹ ਬੜੀ ਵਧੀਆ ਚੀਜ਼ ਆ। ਮੈਨੂੰ ਉਸ ਗਰਾਊਂਡ ਦੀ, ਇਹ ਬਹੁਤ ਸਾਰੇ ਗਰਾਊਂਡਾਂ ਦੇ ਵਿੱਚ ਨਹੀਂ ਹੈ, ਇਸ ਗਰਾਊਂਡ ਦੀ ਮੈਨੂੰ ਸਭ ਤੋਂ ਬਿਊਟੀਫੁਲ ਚੀਜ਼ ਲੱਗੀ ਹੈ ਸੇਫਟੀ ਸਾਈਡ ਤੋਂ। ਹੋਰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੋਗੇ, ਕਿਉਂਕਿ ਬੱਚਿਆਂ ਨੇ ਉਹ ਜੰਪਿੰਗ ਕੈਸਲ 'ਚ ਵੀ ਜਾਣਾ ਗਾ, ਹੋਰ ਬੜੀਆਂ ਸਾਰੀਆਂ ਚੀਜ਼ਾਂ ਕਰਨੀਆਂ ਜਿਹੜੀਆਂ ਤੁਸੀਂ ਉੱਥੇ ਪ੍ਰੋਵਾਈਡ ਕਰਵਾ ਰਹੇ ਹੋ, ਤਾਂ ਬੱਚਿਆਂ ਦੀ ਸੇਫਟੀ ਦੇ ਬਾਰੇ ਕੀ ਕੀ? ਬੱਚਿਆਂ ਦੀ ਸੇਫਟੀ ਵਾਸਤੇ ਜੀ ਦੇਖੋ, ਅਸੀਂ ਕੀਤਾ ਗਿਆ ਜਿਹੜਾ ਜੰਪਿੰਗ ਕਾਸਟਲ ਤੁਸੀਂ ਗੱਲ ਕਰੀ ਆ, ਉਹ ਜੰਪਿੰਗ ਕਾਸਟਲ ਅਸੀਂ ਕਿਸੇ ਤੋਂ ਬਾਹਰੋਂ ਨਹੀਂ ਲਗਵਾਇਆ। ਅੱਛਾ। ਅਸੀਂ ਟੀਮ ਨੇ ਹਾਇਰ ਕੀਤਾ ਉਹ। ਓਕੇ। ਉਹ ਹਾਇਰਿੰਗ ਪਰਸਨ ਆਉਣਗੇ, ਉਹ ਸੈਟਅਪ ਕਰਕੇ ਜਾਣਗੇ, ਉਹ ਬਿਲਕੁਲ ਫ੍ਰੀ ਆ। ਅੱਛਾ। ਬੱਚਿਆਂ ਵਾਸਤੇ ਕੋਈ ਉਹਦੀ ਟਿਕਟ ਨਹੀਂ ਹੈ, ਉਹਦਾ ਕੋਈ ਡਾਲਰ ਨਹੀਂ ਦੇਣਾ ਕਿਸੇ ਨੂੰ, ਉਹ ਬੱਚੇ ਜਾਣਗੇ ਆਪਣਾ ਇੰਜੋਏ ਕਰਨਗੇ, ਹੋਰ ਆ ਜਾਇਆ ਕਰਨਗੇ, ਕੁਛ ਚਲੇ ਜਾਇਆ ਕਰਨਗੇ, ਜਿਹੜੇ ਹੈਗੇ ਨੇ ਵੱਡੇ ਬੱਚੇ ਜੀ, ਜਿਹੜੇ ਹੈਗੇ ਛੋਟੇ ਬੱਚੇ 2-3 ਸਾਲ ਤੋਂ ਲੈ ਕੇ 5-6 ਸਾਲ ਤੱਕ ਦੇ, ਉਹਨਾਂ ਵਾਸਤੇ ਇੱਕ ਐਗਜੀਬਿਸ਼ਨ ਤੁਸੀਂ ਆਪਾਂ ਦੇਖਦੇ ਹਾਂ, ਅਸੀਂ ਆਪਾਂ ਬਣਾਉਂਦੇ ਹਾਂ ਬੱਚਿਆਂ ਦੇ ਖੇਡਣ ਵਾਸਤੇ, ਸਾਈਡ 'ਤੇ ਛੋਟੀ ਕੇਜ ਲੱਗੀ ਹੁੰਦੀ ਆ ਉਹਦੇ, ਓਕੇ, ਤਕਰੀਬਨ 2 ਫੁੱਟ ਉੱਚੀ ਜੀ, ਤਾਂ ਕਿ ਬੱਚਾ ਬਾਹਰ ਨਾ ਜਾਵੇ, ਉਹਦੇ ਅੰਦਰ ਤੁਸੀਂ ਬੱਚਾ ਛੱਡ ਦਿਓ, ਕੇਜ ਲੱਗੀ ਹੋਊ, ਕੇਜ ਦਾ ਗੇਟ ਬੰਦ ਹੋ ਜਾਂਦਾ, ਛੋਟੇ ਬੱਚੇ ਉਹ ਪੂਰਾ ਸੈਟਅਪ ਕਰ ਰਹੇ ਹੋ ਤੁਸੀਂ ਉੱਥੇ, ਹਾਂਜੀ ਉਹ ਜਿਹੜਾ ਮਾਲਸ ਵਗੈਰਾ ਦੇ ਵਿੱਚ, ਹਾਂਜੀ ਹਾਂਜੀ ਹਾਂਜੀ, ਸਮਝ ਗਿਆ, ਉਹ ਪੂਰਾ ਸੈਟਅਪ ਹੋਊਗਾ, ਉਹ ਬੱਚੇ ਛੋਟੇ ਉਹਦੇ ਅੰਦਰ ਵਾੜ ਦਿਓ, ਆਪ ਬਾਹਰ ਜਿੱਥੇ ਮਰਜ਼ੀ ਮੇਲਾ ਦੇਖੋ,
ਕਿਸੇ ਬੱਚੇ ਨੂੰ ਤੁਸੀਂ ਕੋਈ ਪਰਚੀ ਪੁਰਚੀ ਦਿਓਗੇ ਵੀ ਆਹ ਬੱਚੇ ਦੀ ਪਰਚੀ ਆ, ਉਹ ਬੱਚੇ ਦੇ ਗੱਲ ਚ ਟੰਗੀ ਹੋਈ ਆ ਵੀ ਤੁਸੀਂ ਆਪਦਾ ਬੱਚਾ ਲੈ ਜਾਓ ਜਾਂ ਨਹੀਂ ਨਹੀਂ ਦੂਜੇ ਦਾ ਬੱਚਾ ਤੂੰ ਜਾ ਲੈ, ਨਹੀਂ ਉੱਥੇ ਐਸੀ ਪਰਚੀ ਜਾਓ ਕਹਿੰਦਾ ਮੇਰੇ ਵਾਲਾ ਵੀ ਰੱਖੋ, ਨਹੀਂ ਅਸੀਂ ਉਹ ਨਹੀਂ ਕਰਦੇ, ਸਾਡਾ ਜਾਨੀ ਉੱਥੇ ਇੱਕ ਬੰਦਾ ਵਲੰਟੀਅਰ ਜ਼ਰੂਰ ਹੋਊਗਾ ਜਿਹੜਾ ਬੱਚੇ ਨੂੰ ਬਾਹਰ ਨਹੀਂ ਆਉਣ ਦੇਊਗਾ। ਜੇ ਤੁਸੀਂ ਬੱਚਾ ਮੰਨ ਲਓ ਤੁਸੀਂ ਬੱਚਾ ਅੰਦਰ ਛੱਡ ਗਏ, ਜੇ ਤੁਸੀਂ ਘੁੰਮਣ ਵਾ ਗਏ ਕੁਛ ਖਾਣ ਵਾ ਗਏ, ਇਹ ਨਹੀਂ ਹੈਗਾ ਕੋਈ ਹੋਰ ਆਇਆ ਉਹਨੇ ਬੱਚਾ ਅੰਦਰ ਵਾੜਨਾ, ਗੇਟ ਖੋਲ ਲਿਆ ਦੂਜਾ ਬੱਚਾ ਬਾਹਰ ਨਿਕਲ ਗਿਆ, ਅਸੀਂ ਉਹ ਨਹੀਂ ਆਉਣ ਦਿੰਦੇ। ਉੱਥੇ ਇੱਕ ਵਲੰਟੀਅਰ ਖੜਾ ਹੋਊਗਾ ਜਿਹੜੇ ਨੇ ਗੇਟ 'ਤੇ, ਬਸ ਉਹਨੇ ਬੱਚਿਆਂ ਨੂੰ ਬਾਹਰ ਨਹੀਂ ਨਿਕਲ ਦੇਣਾ। ਜੀ ਤੁਸੀਂ ਆਓ ਆਪਣਾ ਘੁੰਮ ਫਿਰ ਕੇ ਮੇਲਾ ਦੇਖ ਕੇ, ਅੱਧੇ ਘੰਟੇ ਬਾਅਦ ਘੰਟੇ ਬਾਅਦ ਆ ਕੇ ਆਪਣੇ ਬੱਚੇ ਨੂੰ ਪਿੱਕ ਕਰਕੇ ਲੈ ਜਾਓ, ਉਹਦੇ 'ਚ ਉਹ ਹੋਊਗਾ। ਅਤੇ ਦੂਸਰਾ ਸੇਫਟੀ ਵਾਸਤੇ ਜਿਹੜਾ ਹੈਗਾ, ਉੱਥੇ ਅਸੀਂ ਨੇ ਐਂਬੂਲੈਂਸ ਹਾਇਰ ਕੀਤੀ ਹੋਈ ਹੈ। ਅੱਛਾ, ਇਨਕੇਸ ਕੋਈ ਐਮਰਜੈਂਸੀ ਆਉਂਦੀ ਆ, ਐਂਬੂਲੈਂਸ ਵਾਲੇ ਪੂਰਾ ਦਿਨ ਉੱਥੇ ਰਹਿਣਗੇ, ਐਂਬੂਲੈਂਸ ਵੀ ਖੜੂਗੀ, ਉਹਨਾਂ ਦੇ ਜਿਹੜੇ ਵਲੰਟੀਅਰ ਆਪਣੇ ਉਹ ਹੁੰਦੇ ਆਗੇ ਕਰੂ ਮੈਂਬਰ, ਉਹ ਵੀ ਉੱਥੇ ਰਹਿਣਗੇ ਪੂਰਾ ਦਿਨ। ਸ਼ਰਾਬ ਪੀਣਾ ਪੰਜਾਬੀ ਦੇ ਨਾਲ, ਪੰਜਾਬ ਦੇ ਨਾਲ, ਜਾਂ ਕਹਿ ਲਈਏ ਇਹਨੂੰ ਪਤਾ ਨਹੀਂ ਸ਼ਰਾਬ ਕਹੀਏ ਜਾਂ ਗੁੱਟ ਕਹੀਏ ਬੈਟ ਕਹੀਏ, ਕਿਉਂਕਿ ਸਾਰਿਆਂ ਨੇ ਇਹਨੂੰ ਵੀਡੀਓ ਨੂੰ ਵਾਚ ਕਰਨਾ, ਹਰ ਇੱਕ ਦੀ ਆਪਣੀ ਇੱਛਾ ਗੀ, ਆਪਣੀ ਪਰਸਨਲ ਲਾਈਫ ਆ। ਤੁਸੀਂ ਉਸ ਐਕਟੀਵਿਟੀ ਨੂੰ, ਕਿਉਂਕਿ ਪਿਛਲੇ ਮੈਂ 15 ਸਾਲਾਂ ਤੋਂ ਐਕਟਿਵ ਹਾਂ, ਬਹੁਤ ਵਾਰੀ ਕਿਹਾ ਕਿ ਹਾਂ ਡਿੱਕੀਆਂ ਨਾ ਖੁੱਲ੍ਹਣ ਕਾਰਾਂ ਦੀਆਂ ਜਦੋਂ ਵੀ ਕੋਈ ਇੱਦਾਂ ਦਾ ਇਵੈਂਟ ਹੁੰਦਾ, ਉਹ ਕਿਉਂਕਿ ਨਵੇਂ ਬੱਚੇ ਵੀ ਆ ਜਾਂਦੇ ਨੇ ਤਾਂ ਡਿੱਕੀਆਂ ਵੀ ਖੁੱਲ੍ਹੀ ਜਾਂਦੀਆਂ ਨੇਗੀਆਂ, ਉਹ ਖੁੱਲ੍ਹਣੀਆਂ ਨੇਗੀਆਂ, ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ, ਆਪਾਂ ਐਡਵਾਈਸ ਹੀ ਕਰ ਸਕਦੇ ਹਾਂ। ਤੁਸੀਂ ਆਪਣੇ ਵੱਲੋਂ ਕਿ ਉਹ ਸਾਰਾ ਇਨਵਾਇਰਮੈਂਟ ਜਿਹੜਾ ਤੁਹਾਡੇ ਮੇਲੇ ਨੂੰ ਇੰਪੈਕਟ ਨਾ ਕਰੇ, ਕਿਸ ਤਰ੍ਹਾਂ ਤੁਸੀਂ ਉਸਨੂੰ ਹੈਂਡਲ ਕਰੋਗੇ ਕਿ ਜਦੋਂ ਕੋਈ ਬੰਦਾ ਇੱਕ ਉਸ ਸਿਚੁਏਸ਼ਨ ਦੇ ਵਿੱਚ ਤੁਹਾਡੇ ਕੋਲ ਆਉਂਦਾ, ਜਾਂ ਉਹਦਾ ਕੋਈ ਲੈਵਲ ਮੇਨਟੇਨ ਕੀਤਾ ਹੋਇਆ ਜਾਂ ਪੂਰਾ ਡਰਾਈ ਜ਼ੋਨ ਰੱਖੀ ਹੋਈ ਆ, ਕਿੱਦਾਂ ਲੋਕ ਲੈਣ ਇਸ ਪੂਰੀ ਉਸਨੂੰ? ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਨਾ ਡਿੱਗੀਆਂ ਦੀ, ਡਿੱਗੀਆਂ ਦੇਖੋ ਆਪਣੇ ਭਰਾ ਨੇ ਸਾਰੇ ਹਟਦੇ ਤਾਂ ਹੈ ਨਹੀਂ, ਪਰ ਸਾਡੇ ਵੱਲੋਂ ਬਿਲਕੁਲ ਡਰਾਈ ਜ਼ੋਨ ਰੱਖਿਆ ਹੋਇਆ, ਜੋ ਅਸੀਂ ਕਹਿ ਰਹੇ ਹਾਂ ਵੀ ਡਰਾਈ ਜ਼ੋਨ ਆ। ਡਰਾਈ ਜ਼ੋਨ ਦਾ ਮਤਲਬ ਇਹ ਨਹੀਂ ਹੈਗਾ ਕੱਲ੍ਹ ਨੂੰ ਸਾਨੂੰ ਕੋਈ ਵੀ ਆ ਕੇ ਬਲੇਮ ਕਰੇ ਵੀ ਉੱਥੇ ਤਾਂ ਦਾਰੂ ਪੀ ਕੇ ਬੰਦਾ ਤੁਰਿਆ ਫਿਰਦਾ ਸੀ, ਠੀਕ ਆ। ਸਾਡੇ ਕੋਲ ਬ੍ਰੈਥ ਟੈਸਟ ਨਹੀਂ ਕਰ ਰਹੇ, ਬ੍ਰੈਥ ਟੈਸਟ ਨਹੀਂ ਕਰ ਰਹੇ, ਬਟ ਐਥੀਕਲ ਰਿਸਪੋਂਸਿਬਿਲਿਟੀ ਆ ਕਿ ਇੱਕ ਰਿਕੁਐਸਟ ਕਰਤੀ ਆ ਭਰਾਵਾਂ ਨੇ, ਛੋਟਿਆਂ ਨੇ, ਵੱਡਿਆਂ ਨੇ, ਕਿ ਤੁਸੀਂ ਆਪਣੇ ਹਿਸਾਬ ਦੇ ਨਾਲ ਧਿਆਨ ਰੱਖੋ, ਇੰਜੋਏ ਕਰੋ, ਮਤਲਬ ਉਸ ਲਿਮਿਟ 'ਚ ਕਰੋ। ਬੈਨੀਪਾਲ ਜੀ, ਬੈਨੀਪਾਲ ਜੀ ਇਹ ਹੈਗਾ ਜਿਹੜਾ ਬ੍ਰੈਥ ਟੈਸਟ ਆ ਇਹ ਪੁਲਿਸ ਵਾਲੇ ਕਰਦੇ ਨੇ ਫਾਈਨ ਕਰਨ ਵਾਸਤੇ, ਬਟ ਆਪਣੇ ਕੋਲ ਸਕਿਉਰਿਟੀ ਸਕਿਉਰਿਟੀ ਹੈਗੇ ਸਾਰੇ ਓਜੀ ਜਿਹੜੇ ਪੱਬਾਂ ਦੀ ਸਕਿਉਰਿਟੀ ਕਰਦੇ ਆ। ਅੱਛਾ ਅੱਛਾ ਅੱਛਾ, ਮਤਲਬ ਉਹਨਾਂ ਨੂੰ ਪਤਾ ਬੰਦੇ ਨੂੰ ਚੱਕ ਕੇ ਬਾਹਰ ਕਿੱਦਾਂ ਛੱਡ ਗਏ, ਉਹਨਾਂ ਨੂੰ ਇਹ ਵੀ ਪਤਾ ਵੀ ਬੰਦੇ ਨੂੰ ਕਿੱਦਾਂ ਮਰੋੜ ਕੇ ਬਾਹਰ ਕੱਢਣਾ, ਉਹਨਾਂ ਨੂੰ ਇਹ ਵੀ ਪਤਾ ਹੈਗਾ ਉਹ ਅੱਖਾਂ ਦੇਖ ਕੇ ਦੱਸ ਦਿੰਦੇ ਨੇ ਵੀ ਇਹਦੀ ਕਿੰਨੀ ਕੁ ਪੀਤੀ ਹੋਈ ਆ। ਮਤਲਬ ਮੁੱਖ ਦੀ ਗੱਲ ਇਹ ਆ ਕਿ ਕਮੇਟੀ ਦੇ ਤੁਹਾਡੇ ਵੱਲ ਹੱਥ ਹੀ ਬੰਨੇ ਹੋਏ ਨੇਗੇ ਕਿ ਵੀ ਪਲੀਜ਼ ਤੁਸੀਂ ਆਪਣੇ ਮੇਲੇ ਨੂੰ ਆਪਣੇ ਮੇਲੇ ਦੀ ਤਰ੍ਹਾਂ ਇੰਜੋਏ ਕਰੋ ਅਤੇ ਪਿਆਰ ਨਾਲ ਸਾਰਿਆਂ ਨੂੰ ਸਰਵ ਕਰੋ, ਅਤੇ ਬਟ ਦੂਜੇ ਪਾਸੇ ਸਿਕਿਉਰਿਟੀ ਵੀ ਰੱਖੀ ਹੋਈ ਆ ਕਿ ਜੇ ਤੁਸੀਂ ਉਸ ਰੇਂਜ 'ਚੋਂ ਬਾਹਰ ਜਾਂਦੇ ਹੋ ਜਿੱਥੇ ਜਾ ਕੇ ਮੇਲਾ ਇੰਪੈਕਟ ਹੁੰਦਾ ਬੈਟ ਲਈ, ਤਾਂ ਸਿਕਿਉਰਿਟੀ ਨੇ ਆਪਣਾ ਕੰਮ ਕਰਨਾ, ਫਿਰ ਕੱਲ੍ਹ ਨੂੰ ਸਾਨੂੰ ਬਲੇਮ ਨਾ ਕਰੋ, ਇਹੀ ਆ ਨਾ। ਹਾਂਜੀ, ਕਿਉਂਕਿ ਸਾਡੀ ਕਮੇਟੀ ਦੀ ਸਾਰੀ ਦੀ ਪਹਿਲੀ ਹੀ ਸਿਕਿਉਰਿਟੀ ਨੂੰ ਇਹੀ ਰਿਕੁਐਸਟ ਹੁੰਦੀ ਆ ਵੀ ਤੁਸੀਂ ਉਹਨਾਂ ਨੂੰ ਪਿਆਰ ਨਾਲ ਹੈਂਡਲ ਕਰਨਾ ਸਾਰੇ ਬੰਦਿਆਂ ਨੂੰ, ਬਟ ਜੇ ਕੋਈ ਲਿਮਿਟ ਤੋਂ ਬਾਹਰ ਆ ਉਹਨੂੰ ਬਾਹਰ ਦਾ ਰਸਤਾ ਦਿਖਾ ਦੋਗੇ, ਫਿਰ ਸਾਡੀ ਕਮੇਟੀ ਕੋਈ ਆ ਕੇ ਮੈਂਬਰ ਇਹ ਵੀ ਨਹੀਂ ਕਹੂਗਾ ਵੀ ਇਹ ਮੇਰਾ ਚਾਚਾ ਸੀਗਾ, ਤਾਇਆ ਸੀਗਾ ਜਾਂ ਮੇਰਾ ਭਰਾ ਸੀਗਾ, ਵੀ ਕੋਈ ਗੱਲ ਨਹੀਂ ਇਹਨੂੰ ਇਸ ਵਾਰ ਮੌਕਾ ਦੇ ਦਿਓ, ਸਾਡੇ ਵੱਲੋਂ ਉਹਨੂੰ ਕੋਈ ਮੌਕਾ ਨਹੀਂ ਹੋਊਗਾ। ਜੇ ਸਿਕਿਉਰਿਟੀ ਨੇ ਜੋ ਕੱਢਤਾ ਉਹਦੇ ਲਈ ਸਾਡੇ ਵੱਲੋਂ ਕੋਈ ਮੌਕਾ ਨਹੀਂ ਜੀ, ਉਹ ਸਿਕਿਉਰਿਟੀ ਦਾ ਹੀ ਫੈਸਲਾ ਹੋਊਗਾ ਜੋ ਉਹਨਾਂ ਨੂੰ ਠੀਕ ਲੱਗਦਾ। ਪੁਰਾਣੇ ਜਿੰਨੇ ਇੱਥੇ ਹੋਰ ਬਹੁਤ ਸਾਰੇ ਮੇਲੇ ਹੁੰਦੇ ਨੇ ਕਰਵਾਉਣ ਵਾਲੇ ਅਲੱਗ ਅਲੱਗ ਹੈਗੇ ਨੇ, ਤੁਸੀਂ ਵੀ ਕਰਵਾਏ ਨੇ ਮੇਲੇ, ਤਾਂ ਉਹ ਮੇਲਿਆਂ ਨੂੰ ਐਨਾਲਾਈਜ਼ ਕਰਦੇ ਹੋਏ ਤੁਸੀਂ ਜਦੋਂ ਵੀ ਮੀਟਿੰਗ ਕਰਦੇ ਹੋਗੇ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਚੈਲੇਂਜਿੰਗ ਹੁੰਦੀਆਂ ਨੇ ਅਤੇ ਤੁਸੀਂ ਉਹਨਾਂ ਨੂੰ ਕਿੱਥੇ ਕਿੱਥੇ ਹੈਂਡਲ ਕਰ ਰਹੇ ਹੋ ਕਿੱਦਾਂ, ਜਿਹੜੀਆਂ ਆਪਾਂ ਨਹੀਂ ਡਿਸਕਸ ਕੀਤੀਆਂ ਹੁਣ ਤੱਕ?
ਚੈਲੰਜ ਕੋਈ ਇੰਨੇ ਜ਼ਿਆਦਾ ਨਹੀਂ ਮਿਲਦੇ ਸਾਨੂੰ ਜੀ, ਇਹ ਵੀ ਕਹੀਏ, ਕਿਉਂਕਿ ਸਾਰੇ ਛੋਟਾ ਜਿਹਾ ਐਡੀਲੇਡ ਆ। ਐਡੀਲੇਡ ਦੀ ਬੜੀ ਬਿਊਟੀ ਹੈਗੀ ਇਹ ਕਿ ਸਾਰੇ ਇੱਕ ਦੂਜੇ ਨੂੰ ਜਾਣਦੇ, ਸਾਰੇ ਜਾਣਦੇ। ਤੁਸੀਂ ਗੁਰਦੁਆਰਾ ਸਾਹਿਬ ਚੱਲ ਜਾਓ, ਮੰਦਿਰ ਚੱਲ ਜਾਓ, ਮਤਲਬ ਜੇ ਤੁਸੀਂ ਹੱਥ ਨਹੀਂ ਮਿਲਾ ਰਹੇ ਤਾਂ ਤੁਸੀਂ ਨਜ਼ਰ ਮਿਲਾ ਕੇ ਤਾਂ ਇੱਕ ਦੂਜੇ ਨੂੰ ਸਤਿ ਸ਼੍ਰੀ ਅਕਾਲ ਹੈਲੋ ਕਰੀ ਦਿੰਦੇ ਹਾਂ ਜੀ। ਇਹ ਬੜੀ ਵੱਡੀ ਚੀਜ਼ ਹੈ, ਇਹ ਚੀਜ਼ ਹੈਗੀ, ਹਰ ਇੱਕ ਨੂੰ ਜਾਣਦੇ ਆ। ਮੋਸਟਲੀ ਇਹ ਸੀਗਾ ਜੀ, ਜਿਹੜਾ ਐਡੀਲੇਡ ਆ ਇੱਥੇ ਜਦੋਂ ਪਹਿਲੇ ਆਉਣੇ ਸ਼ੁਰੂ ਹੋਏ ਸੀਗੇ 2008 'ਚ ਹੀ ਜ਼ਿਆਦਾ ਸਟੂਡੈਂਟ ਸ਼ੁਰੂ ਹੋਇਆ ਸੀ, ਅਸੀਂ 9 ਦੇ ਵਿੱਚ ਆਏ ਸੀਗੇ ਸਾਰੇ ਜਾਣੇ, ਤੁਸੀਂ ਸਾਡੇ ਤੋਂ ਪਹਿਲੇ ਆ ਗਏ, ਠੀਕ ਹੈ ਜੀ। ਬਾਕੀ ਹਰ ਇੱਕ ਬੰਦਾ ਇੱਥੇ, ਉਹ ਤਾਂ ਹੈ ਨਹੀਂਗਾ ਵੀ ਦੂਸਰੇ ਮੁਲਕਾਂ ਵਾਂਗੂ ਕੋਈ ਡੌਂਕੀ ਲਾ ਕੇ ਆ ਗਿਆ, ਉਹਨੂੰ ਕੋਈ ਨੌਲੇਜ ਨਹੀਂ ਹੈਗੀ, ਸਾਰੇ ਪੜ੍ਹੇ ਲਿਖੇ ਨੇ। ਹੁਣ ਤਾਂ ਸਾਰੇ, ਮੈਨੂੰ ਇਹ ਲੱਗ ਰਿਹਾ ਵੀ 70% ਫੈਮਲੀਆਂ ਵਾਲੇ ਬੰਦੇ ਨੇ, ਠੀਕ ਹੈ, ਸਿਆਣੇ ਹੋ ਚੁੱਕੇ ਨੇਗੇ, ਕੋਈ ਇਹ ਤਾਂ ਹੈ ਨਹੀਂਗਾ ਵੀ ਉਹ ਮਚਿਓਰ ਨੇ। ਜਿਹੜੇ ਥੋੜ੍ਹੇ ਬਹੁਤੇ ਮਚਿਓਰ ਹੁੰਦੇ ਨੇਗੇ ਉਹਨਾਂ ਨੂੰ ਕੰਟਰੋਲ ਕਰਨਾ, ਸਾਨੂੰ ਬਹੁਤ ਜ਼ਿਆਦਾ ਪ੍ਰਾਊਡ ਹੈਗਾ। ਇੱਥੋਂ ਦੇ ਸਾਰੇ ਜਿਹੜੇ ਰਹਿਣ ਵਾਲੇ ਨੇ ਉਹਨਾਂ ਤੇ ਬਹੁਤ ਜ਼ਿਆਦਾ ਮਾਣ ਆ, ਔਰ ਬੜੇ ਵਧੀਆ ਤਰੀਕੇ ਨਾਲ ਅਸੀਂ ਇਸ ਪੂਰੀ ਸਿਟੀ ਨੂੰ ਸਾਰੇ ਆਪਣੀ ਕਮਿਊਨਿਟੀ ਦੇ ਤੌਰ ਤੇ ਜਦੋਂ ਕੈਰੀ ਕਰਦੇ ਹਾਂ ਕਿ ਪਿਆਰ ਕਰਦੇ ਨੇ ਸਾਰੇ ਐਡੀਲੇਡ ਨੂੰ, ਜਿਹੜੇ ਐਡੀਲੇਡ ਦੇ ਰਹਿਣ ਵਾਲੇ ਨੇਗੇ। ਹਾਂ, ਕੁਛ ਵੱਖਰੇ ਹੈਗੇ ਨੇ ਜਿਹੜੇ ਵੀਜ਼ਾ ਵੂਜ਼ਾ ਲੈ ਕੇ ਇੱਥੋਂ ਚੱਲ ਜਾਂਦੇ ਨੇ, ਪਰ ਉਹ ਵੀ ਸਾਡੇ ਆਪਣੇ ਪਿਆਰੇ ਨੇ। ਅਤੇ ਉਹ ਮਤਲਬ ਜਦੋਂ ਜਿਹੜੇ ਵਿਜ਼ਟਰ ਨੇਗੇ, ਜਿਹੜੇ ਬਜ਼ੁਰਗ ਆ ਰਹੇ ਨੇਗੇ ਜਾਂ ਪੇਰੈਂਟ ਆ ਰਹੇ ਨੇਗੇ, ਉਹਨਾਂ ਵਾਸਤੇ, ਉਹਨਾਂ ਦੇ ਇੰਟਰਟੇਨਮੈਂਟ ਵਾਸਤੇ ਕੁਛ ਤੁਸੀਂ ਔਰਗੇਨਾਈਜ਼ ਕੀਤਾ ਹੋਇਆ? ਹਾਂਜੀ, ਜਿਹੜੇ ਪੇਰੈਂਟਸ ਆ ਰਹੇ ਨੇ, ਦੇਖੋ ਅਸੀਂ ਬੱਚਿਆਂ ਦੀਆਂ ਪਰਫੋਰਮੈਂਸਾਂ ਵੀ ਰੱਖੀਆਂ ਹੋਈਆਂ ਨੇਗੀਆਂ, ਉਸ ਤੋਂ ਬਾਅਦ ਵੱਡੇ ਬੱਚੇ ਵੀ ਨੇ, ਛੋਟੇ ਵੀ ਨੇ, ਪੇਰੈਂਟਸ ਵੀ ਨੇ। ਜਿਵੇਂ ਹੁਣ ਸਾਡੇ ਪਿਛਲੀ ਮੀਟਿੰਗ ਦੇ ਵਿੱਚ ਹੀ ਹੋਇਆ ਸੀਗਾ, ਜਿੰਨਾ ਟਾਈਮ ਸਾਡੇ ਕੋਲ ਖਾਲੀ ਬਚਦਾ ਹੋਊਗਾ ਅਸੀਂ ਆਪਣੇ ਪੇਰੈਂਟਸ ਤੋਂ ਬੋਲੀਆਂ, ਕਿਉਂਕਿ ਬੀਬੀਆਂ ਨੂੰ, ਮਾਤਾਵਾਂ ਨੂੰ ਬੋਲੀਆਂ ਜ਼ਿਆਦਾ ਹੁੰਦੀਆਂ ਨੇ, ਪੁਰਾਣੀਆਂ ਬੋਲੀਆਂ, ਪੁਰਾਣਾ ਮਾਹੌਲ ਤਿਆਰ ਕਰਾਂਗੇ ਅਸੀਂ, ਕੋਈ ਨਵੀਆਂ ਡਿਜੀਟਲ ਬੋਲੀਆਂ ਨਹੀਂ ਹੋਣਗੀਆਂ ਵੀ ਹਾਂ ਅਸੀਂ ਸਪੀਕਰ ਤੇ ਲਾਤੀਆਂ, ਡੀਜੇ ਵਾਲੇ ਨੇ ਲਾਤੀਆਂ, ਲੋਕ ਨੱਚੋ। ਛੱਜ ਛੁੱਜ ਵੀ ਰੱਖਣਾ ਕੁਛ ਏਦਾਂ ਦਾ ਕਰ ਸਕਦੇ ਹੋ ਇੰਤਜ਼ਾਮ, ਛੱਜ ਕੱਟਣ ਵਾਲੇ ਕੋਈ ਉਹਦੇ ਤੇ ਵੀ ਉਹ ਕੀਤਾ? ਦੇਖੋ ਅਸੀਂ ਹਰ ਇੱਕ, ਦੇਖੋ ਸਾਡੀਆਂ ਜਿਹੜੀਆਂ ਮੀਟਿੰਗਾਂ ਨੇ ਵੀਕ ਦੇ ਵਿੱਚ ਦੋ ਦੋ ਮੀਟਿੰਗਾਂ ਚੱਲ ਰਹੀਆਂ ਨੇ ਹੁਣ ਸਾਡੀ ਟੀਮ ਦੀਆਂ, ਸੈਪਰੇਟ, ਕਦੇ ਕਿਸੇ ਕਮਿਊਨਿਟੀ ਨਾਲ, ਕਦੇ ਕਿਸੇ ਕਮਿਊਨਿਟੀ ਨਾਲ। ਬਟ ਇਹ ਤੁਸੀਂ ਨੇ ਅੱਜ ਸਾਨੂੰ ਨਵਾਂ ਦਿੱਤਾ ਹੈਗਾ, ਆਹ ਸੰਡੇ ਨੂੰ ਸਾਡੇ ਨਾਲ ਤਾਂ ਜਿੰਨਾ ਬੈਠੋ ਮੈਂ ਦੋ ਚਾਰ ਆਈਡੀਆ ਦੇ ਜਾਵਾਂਗਾ ਤੁਹਾਨੂੰ, ਤੁਹਾਡਾ ਕੰਮ ਹੀ ਵਧਾਉਣਾ। ਨਹੀਂ, ਸਾਡਾ ਕੰਮ, ਅਸੀਂ ਕਹਿੰਦੇ ਹਾਂ ਵੀ ਦੇਖੋ ਜੇ ਹੁਣ ਅਸੀਂ ਇਹ ਉਪਰਾਲਾ ਕੀਤਾ ਨਾ, ਸਾਡਾ ਜਿੰਨਾ ਬਿਜੀ ਜਾਊਗਾ, ਚੰਗੀ ਗੱਲ, ਅਸੀਂ ਪੂਰਾ ਆਪਣੇ ਵੱਲੋਂ 100% ਦੇਣ ਲਈ, ਸਾਡੀ ਸਾਰੀ ਟੀਮ 100% ਦੇਊਗੀ। ਅੱਛਾ ਕਰਮਜੀਤ ਜੀ, ਦੇਖਣ ਵਾਲਿਆਂ ਦੇ ਮਨ 'ਚ ਵੀ ਬਹੁਤ ਆਈਡੀਆ ਆ ਗਏ ਨੇ ਹੁਣ ਤੱਕ ਆਪਣੇ ਆਪਣੇ ਤਰੀਕੇ ਨਾਲ, ਕਿਉਂਕਿ ਮੇਰਾ ਜੀ ਕਰਦਾ ਹੁੰਦਾ ਕਿ ਮੈਂ ਕੋਈ ਮੇਲਾ ਕਰਾਵਾਂ ਇਹੋ ਜਿਹਾ, ਪਰ ਬਿਜ਼ੀ ਲਾਈਫ ਦੇ ਵਿੱਚ ਹਰ ਇੱਕ ਬੰਦਾ ਹਰ ਚੀਜ਼ ਵਾਸਤੇ ਨਹੀਂ ਬਣਿਆ ਹੁੰਦਾ, ਪਰ ਬਹੁਤ ਸਾਰੇ ਆਈਡੀਆਜ਼ ਤੁਹਾਡੇ ਕੋਲ ਹੁੰਦੇ ਨੇ, ਤੁਸੀਂ ਓਪਨ ਹੋ ਗਏ ਇਸ ਵਾਸਤੇ ਕਿ ਤੁਹਾਨੂੰ ਆਈਡੀਆ ਤੁਹਾਡੇ ਨਾਲ ਸ਼ੇਅਰ ਕੀਤੇ ਜਾਣ, ਜੇ ਕੀਤੇ ਜਾਣ ਤਾਂ ਕਿੱਥੇ ਕੰਟੈਕਟ ਕੀਤਾ ਜਾਵੇ, ਔਰ ਕਿਸ ਹੱਦ ਤੱਕ ਤੁਸੀਂ, ਕਈ ਵਾਰੀ ਬੜਾ ਈਜ਼ੀ ਆਈਡੀਆ ਹੁੰਦਾ ਹੈਗਾ ਜਿਹਨੂੰ ਇੰਪਲੀਮੈਂਟ ਕੀਤਾ ਜਾ ਸਕਦਾ, ਬਹੁਤ ਜ਼ਿਆਦਾ ਚੇਂਜ ਕਰਨ ਦੀ ਲੋੜ ਨਹੀਂ ਹੁੰਦੀ? ਹਾਂਜੀ, ਤਾਂ ਉਹ ਉੱਥੇ ਕਿੱਦਾਂ? ਦੇਖੋ ਜਿੰਨੇ ਆਈਡੀਆ ਹੈਗੇ ਹੈਗੇ ਕਿਸੇ ਵੀ ਮਾਂ ਕੋਲ, ਭੈਣ ਕੋਲ, ਭਾਈ ਕੋਲ, ਕੋਈ ਵੀ ਆਈਡੀਆ ਹੈਗਾ, ਕੋਈ ਵੀ ਕੁਛ ਕਰਨਾ ਚਾਹੁੰਦਾ, ਆਪਣੇ ਵੱਲੋਂ ਵੀ ਕੁਛ ਉੱਥੇ ਕਰਨਾ ਚਾਹੁੰਦਾ, ਤਾਂ ਸਾਨੂੰ ਪਹਿਲੇ ਕੰਟੈਕਟ ਕਰ ਲੈਣ, ਜੇ ਉਹਨਾਂ ਨੂੰ ਕਿਸੇ ਚੀਜ਼ ਦੀ ਵੀ ਲੋੜ ਹੋਊਗੀ ਤਾਂ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ, ਕਿਉਂਕਿ ਜੇ ਹੁਣ ਇਹ ਤਾਂ ਹੈ ਨਹੀਂ ਗਾ ਵੀ ਮੌਕੇ 'ਤੇ ਆ ਕੇ ਸੇਮ ਡੇ ਕੋਈ ਬੰਦਾ ਆ ਕੇ ਕਹਿ ਦੇ ਵੀ ਅਸੀਂ ਆਹ ਕਰਨਾ, ਸਾਨੂੰ ਆਹ ਸਮਾਨ ਚਾਹੀਦਾ, ਆਪਾਂ ਮੌਕੇ 'ਤੇ ਨਹੀਂ ਕਰ ਸਕਦੇ, ਠੀਕ ਆ। ਪਰ ਜੇ ਪਹਿਲਾਂ ਸਾਡੇ ਪੋਸਟਰਾਂ ਤੋਂ ਨੰਬਰ ਲੈ ਲਓ, ਸਾਡੇ ਆਪਣੀ ਵੀਡੀਓ ਦੇ ਵਿੱਚ ਵੀ ਤੁਸੀਂ ਨੰਬਰ ਚਲਾ ਦਿਓ, ਜਿਹੜੇ ਬੰਦੇ ਵੀਡੀਓ ਦੇਖਣਗੇ ਵਾਚ ਕਰਨਗੇ ਉਹ ਆਪਣੇ ਨੰਬਰਾਂ 'ਤੇ ਕੰਟੈਕਟ ਕਰ ਲੈਣਗੇ, ਪੋਸਟਰ ਨੂੰ ਚਲਾ ਦਿਓ, ਪੋਸਟਰ ਦੇ ਥੱਲੇ ਹੀ ਨੰਬਰ ਦਿੱਤੇ ਹੋਏ ਆ ਸਾਰੇ ਬੰਦਿਆਂ ਦੇ, ਉਹਨਾਂ 'ਚੋਂ ਪਹਿਲਾ ਨੰਬਰ ਆ
ਬਲਜੀਤ ਵੀਰ ਦਾ, ਦੂਸਰਾ ਜਗਦੀਪ ਦਾ, ਤੀਸਰਾ ਰੂਪ ਰਾਏ ਦਾ, ਚੌਥਾ ਨੰਬਰ ਮੇਰਾ ਗਾ, ਠੀਕ ਹੈ ਜੀ, ਪੰਜਵਾਂ ਦੂਸਰੇ ਮੁੰਡੇ ਦਾ ਗਾ, ਕਿਸੇ ਵੀ ਨੰਬਰ 'ਤੇ ਕਾਲ ਕਰ ਲਓ, ਤੁਹਾਨੂੰ 100% ਉਹਦਾ ਰਿਪਲਾਈ ਨਾਲ ਦੀ ਨਾਲ ਮਿਲੂਗਾ। ਤੁਸੀਂ ਕੋਈ ਅਲੱਗ ਤੋਂ ਯੂਨੀਫਾਰਮ ਵਗੈਰਾ ਬਣਾਈ ਆ ਜਾਂ ਤੁਸੀਂ ਉੱਥੇ ਲੱਭ ਲਈ ਹੈਗਾ ਉਹ ਬੰਦਾ ਜਾਂਦਾ ਜਿਹੜਾ ਫਲਾਣੇ ਤਰ੍ਹਾਂ ਦੇ ਕੱਪੜੇ ਪਾਏ ਹੋਏ ਨੇ, ਵੀ ਇਹ ਕਮੇਟੀ ਵਾਲਾ ਬੰਦਾ? ਅਸੀਂ ਕਰਨ ਦੀ ਸੋਚ ਰਹੇ ਹਾਂ, ਬਟ ਅਸੀਂ ਕਰਨਾ ਚਾਹੁੰਦੇ ਨਹੀਂ। ਸਾਨੂੰ ਕੁਛ ਬੰਦਿਆਂ ਨੇ ਪਹਿਲੇ ਵੀ ਆਈਡੀਆ ਦਿੱਤਾ ਵੀ ਜਿਹੜੀ ਟੀਮ ਆ ਉਹਦੇ ਤੁਸੀਂ ਇੱਕੋ ਰੰਗ ਦੇ ਕੋਈ ਕੁੜਤੇ ਪਜਾਮੇ ਪਾ ਲਓ ਜਾਂ ਇਹ ਕਰ ਲਓ, ਬਟ ਅਸੀਂ ਇਹ ਚਾਹੁੰਦੇ ਹਾਂ ਵੀ ਸਿਰਫ ਗਲ ਦੇ ਵਿੱਚ ਆਈ ਕਾਰਡ ਤਾਂ ਪਾਉਣਾ ਪੈਣਾ ਨਹੀਂ, ਸਿਕਿਉਰਿਟੀ ਇਹ ਨਹੀਂ ਪਤਾ ਸਾਨੂੰ ਵੀ ਬਾਰੇ ਮਾਰੇ, ਕਿਉਂਕਿ ਸਿਕਿਉਰਿਟੀ ਹੈ ਜਿਹੜੀ ਸਾਡੀ ਇੱਕ ਬੰਦੇ ਨੂੰ ਡੀਲ ਕੀਤੀ ਹੋਈ ਆ, ਉਹਨੂੰ ਤਾਂ ਪਤਾ ਹੈਗਾ ਵੀ ਇਹ ਬਲਜੀਤ ਸਿੰਘ ਆ, ਅਸੀਂ ਉਹਨੂੰ ਦੱਸ ਦਿਆਂਗੇ ਵੀ ਇਹ ਰੋਬੀ ਬੈਨੀਪਾਲ ਆ, ਬਟ ਜਿਹੜੇ ਉਹਦੇ ਨਾਲ 8-10 ਬੰਦੇ ਹੋਰ ਕੰਮ ਕਰਦੇ ਉਹਨਾਂ ਨੂੰ ਨਹੀਂ ਨਾ ਪਤਾ, ਇਸ ਕਰਕੇ ਸਾਨੂੰ ਆਈ ਕਾਰਡ ਅਸੀਂ ਜ਼ਰੂਰ ਪਾਉਂਦੇ ਹਾਂ ਸਾਰੀ ਟੀਮ ਦੇ। ਅਸੀਂ ਇਹ ਨਹੀਂ ਵੀ ਇਕੱਲਿਆਂ ਦੇ ਪਾਉਂਦੇ ਹਾਂ, ਜਿੰਨੇ ਉੱਥੇ ਵਲੰਟੀਅਰ ਵੀ ਕੰਮ ਕਰਦੇ ਸਾਡੇ ਨਾਲ ਅਸੀਂ ਉਹਨਾਂ ਦੇ ਵੀ ਆਈ ਕਾਰਡ ਗੱਲ 'ਚ ਪਾਉਂਦੇ ਹਾਂ ਵੀ ਭਾਈ ਇਹਨੂੰ ਪਾ ਕੇ ਰੱਖੋ, ਤੁਹਾਨੂੰ ਕੋਈ ਸਿਕਿਉਰਿਟੀ ਵਾਲਾ ਨਾ ਬੋਲੇ ਜਾਂ ਕੋਈ ਨੂੰ ਪਬਲਿਕ ਦੇ ਵਿੱਚੋਂ ਵੀ ਜਿਹੜਾ ਤੁਸੀਂ ਕੁਐਸਚਨ ਕੀਤਾ ਵੀ ਬੰਦਾ ਲੱਭਣਾ, ਤੁਹਾਨੂੰ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਮੈਨੂੰ ਹੀ ਲੱਭਣਾ, ਤੁਸੀਂ ਸਾਰੇ ਮੇਲੇ 'ਚ ਲੱਭਦੇ ਫਿਰੋ, ਜਿਹੜਾ ਵੀ ਤੁਹਾਨੂੰ ਗੱਲ 'ਚ ਕਾਰਡ ਪਾਏ ਵਾਲਾ ਵਲੰਟੀਅਰ ਬੰਦਾ ਮਿਲਦਾ ਉਹਨੂੰ ਕਹਿ ਦਿਓ ਵੀ ਮੈਂ ਫਲਾਣੇ ਮੈਂ ਬਲਜੀਤ ਸਿੰਘ ਨੂੰ ਮਿਲਣਾ, ਉਹਨੇ ਨਾਲ ਦੀ ਨਾਲ ਆਪਣੇ ਫੋਨ ਤੋਂ ਸਾਨੂੰ ਫੋਨ ਕਰੂਗਾ, ਉਹ ਸਾਨੂੰ ਉਸੇ ਲੋਕੇਸ਼ਨ 'ਤੇ ਬੁਲਾ ਲੂਗਾ ਵੀ ਇੱਥੇ ਤੁਹਾਨੂੰ ਕੋਈ ਬੰਦਾ ਮਿਲਣਾ ਚਾਹੁੰਦਾ ਹੈਗਾ, ਇਹਨੂੰ ਜਾ ਕੋਈ ਪ੍ਰੋਬਲਮ ਆ, ਇਹਨੂੰ ਆਪਾਂ ਕਿਵੇਂ ਸੋਲਵ ਕਰੀਏ। ਅਸੀਂ ਵਲੰਟੀਅਰ ਨੂੰ ਇੱਕ ਇਹ ਵੀ ਦੱਸ ਦਿੰਦੇ ਹਾਂ ਜੀ, ਜਿੰਨੇ ਸਾਡੇ ਨਾਲ ਵਲੰਟੀਅਰ ਹੁੰਦੇ ਨੇ ਟੀਮ ਦੇ ਮੈਂਬਰ, ਅਸੀਂ ਮੇਨ ਜਿਹੜੇ ਰੱਖੇ ਹੁੰਦੇ ਆ ਉਹ 5 ਜਣੇ ਰੱਖੇ ਹੁੰਦੇ ਆ ਇਨਫੋਰਮੇਸ਼ਨ ਡੈਸਕ ਵਾਸਤੇ ਜੀ, ਜਿਹੜਾ ਜੇ ਮੇਲੇ ਦੇ ਵਿੱਚ ਕੋਈ ਵੀ ਗੱਲਬਾਤ ਆ, ਕੋਈ ਗਲਤ ਹੋ ਰਿਹਾ ਜਾਂ ਕੁਛ ਵੀ ਹੋ ਰਿਹਾ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆ, ਸਾਡੀ ਟੀਮ ਦੇ ਮੈਂਬਰ ਘੁੰਮਦੇ ਹੋਣਗੇ ਕਾਰਡ ਲੈ ਕੇ, ਉਹਨਾਂ ਨੂੰ ਤੁਸੀਂ ਦੱਸੋ ਵੀ ਸਾਨੂੰ ਆਹ ਪ੍ਰੋਬਲਮ ਆ, ਉਹ ਤੁਹਾਨੂੰ ਨਾਲ ਦੀ ਨਾਲ ਸਾਨੂੰ ਮਿਲਾਉਣਗੇ। ਇਹ ਨਹੀਂ ਹੈਗਾ ਵੀ ਉਹ ਆਪ ਹੀ ਡਿਸੀਜਨ ਲੈ ਲੈਣਗੇ ਵੀ ਅਸੀਂ ਇਹ ਕਰ ਦਈਏ, ਪਰ ਉਹ ਨਾਲ ਮੇਨ ਟੀਮ ਨੂੰ ਬੁਲਾ ਲੈਣਗੇ ਉਹਦੀ ਵੀ ਇੱਥੇ ਆਹ ਪ੍ਰੋਬਲਮ ਆ ਰਹੀ ਹੈ ਜੀ, ਦੇਖੋ ਆਪਾਂ ਇਹਨੂੰ ਕਿਵੇਂ ਹੱਲ ਕਰਦੇ। ਹਾਂਜੀ ਠੀਕ ਹੈ, ਐਂਬੂਲੈਂਸ ਉੱਥੇ ਹੋ ਗਈ ਆ, ਬੱਚਿਆਂ ਦੀ ਸੇਫਟੀ ਸਿਕਿਉਰਿਟੀ ਉੱਥੇ ਹੋ ਗਈ ਆ, ਪਿਕਅਪ ਡਰੋਪ ਅਪ ਪੁਆਇੰਟ ਹੋ ਗਿਆ, ਪਾਰਕਿੰਗ ਦਾ ਕੋਈ ਇਸ਼ੂ ਨਹੀਂ ਆ ਰਿਹਾ ਉੱਥੇ। ਸੋ ਈਵੈਂਟ ਦੇ ਵਿੱਚ ਜੇ ਕੋਈ ਬੰਦਾ ਐਕਸਟਰਾ ਜ਼ਿਆਦਾ ਓਵਰ ਡਰਿੰਕਿੰਗ ਹੋ ਕੇ ਆਉਂਦਾ, ਤੁਹਾਡੇ ਵੱਲੋਂ ਤਾਂ ਡਰਾਈ ਜ਼ੋਨ ਉਹਨੂੰ ਅਨਾਊਂਸ ਕੀਤਾ ਗਿਆ, ਪਰ ਫਿਰ ਵੀ ਜੇ ਕੋਈ ਓਵਰ ਜਿਹੜਾ ਕਪੈਸਿਟੀ ਦੇ ਵਿੱਚ ਆ ਜਿਹੜੀ ਹਾਰਮ ਕਰ ਰਹੀ ਆ ਦੂਜਿਆਂ ਨੂੰ, ਤਾਂ ਉਹਦੇ ਵਾਸਤੇ ਸਿਕਿਉਰਿਟੀ ਦਾ ਤੁਹਾਡਾ ਪੁਖਤਾ ਇੰਤਜ਼ਾਮ ਆ। ਅਤੇ ਦੋ ਜਿਹੜੀਆਂ ਖੇਡਾਂ ਜਿਹੜੀਆਂ ਮੈਂ ਉਹਨਾਂ ਦੇ ਬਾਰੇ ਬਹੁਤ ਕਿਰਿਓਸਿਟੀ ਆ ਮੇਰੇ ਦਿਮਾਗ ਦੇ ਵਿੱਚ, ਔਰ ਬਹੁਤ ਸਾਰੇ ਦੇਖਣ ਵਾਲੇ ਵੀ ਸੋਚਦੇ ਹੋਣਗੇ, ਇੱਕ ਕੋਈ ਵੀ ਮੇਲਾ ਹੋਵੇ ਕੋਈ ਵੀ ਪ੍ਰੋਗਰਾਮ ਹੋਵੇ ਉਹਦੇ ਵਿੱਚ ਜਿਹੜੀ ਮਿਊਜ਼ਿਕ ਚੇਅਰ ਮਿਊਜ਼ਿਕ ਵਾਲਾ ਕਿਹੜਾ ਪ੍ਰੋਗਰਾਮ ਹੁੰਦਾ ਉਹ? ਹਾਂਜੀ ਹਾਂ, ਉਹ ਮਿਊਜ਼ਿਕ ਚੇਅਰ ਦਾ ਹੁੰਦਾ ਹੈਗਾ, ਦੇਖੋ ਉਹ ਜਦੋਂ ਵੀ ਆਪਣੇ ਕੋਲ ਅਸੀਂ ਦੇਖਦੇ ਹੁੰਦੇ ਹਾਂਗੇ ਵੀ ਇੱਕ ਤਾਂ ਬੀਬੀਆਂ ਦਾ ਤਾਂ ਇਹ ਮੇਨ ਹੀ ਆ, ਉਹ ਤਾਂ ਮੇਰੇ ਖਿਆਲ 'ਚ ਉਹ ਇੱਕ ਨਹੀਂ ਕਰਵਾਉਣਾ ਚਾਹੀਦਾ, 2 ਘੰਟੇ ਬਾਅਦ ਵਾਰਮ ਅਪ ਕਰਨ ਵਾਸਤੇ ਕਰਵਾਈ ਦੇ ਨਹੀਂ, ਅਸੀਂ ਉਹ ਤਾਂ ਵਾਰਮ ਉਹ ਵੀ ਤੁਹਾਨੂੰ ਦੱਸਦੇ ਹਾਂ, ਅਸੀਂ ਇਸ ਵਾਰ ਵਾਰਮ ਅਪ ਐਵਰੀ 2 ਆਵਰ ਜਿੱਦਾਂ ਬ੍ਰੇਕ ਲੈਂਦੇ ਆਪਾਂ ਡਰਾਈਵ ਕਰਦੇ ਕਰਦੇ 2 ਆਵਰ ਬਾਅਦ ਮਿਊਜ਼ੀਕਲ ਚੇਅਰ ਇਹਦੇ ਵਿੱਚ ਵੀ ਤੁਹਾਨੂੰ ਦੱਸਦੇ ਹਾਂ ਜੀ ਮਨੀਪਾਲ ਜੀ, ਇਹ ਕੀ ਹੈਗਾ ਨਾ, ਹੁਣ ਜਿਹੜਾ ਸਟੇਜ ਦਾ ਟਾਈਮ ਆ ਸਾਡਾ ਮੇਲੇ ਦਾ ਟਾਈਮ ਮੰਨ ਲਓ, ਹਾਂਜੀ ਸਾਡਾ 1 ਵਜੇ ਸਟਾਰਟ ਹੋਣਾ, ਰਾਤ ਦੇ 9 ਵਜੇ ਤੱਕ ਦਾ ਟਾਈਮ ਆ, ਹਾਂਜੀ ਸਾਡੇ ਕੋਲ 100+ ਬੱਚੇ ਨੇ ਜਿਹੜੇ ਪਰਫੋਰਮ ਕਰ ਰਹੇ ਨੇ, ਯੂਜ਼ ਨੰਬਰ 100+ ਹੋ ਚੁੱਕੇ ਨੇ, ਹਜੇ ਆਪਣੇ ਕੋਲ 4 ਵੀਕ 3 ਹੋਰ ਵੀ ਰਹਿੰਦੇ ਨੇ, ਅਸੀਂ 2 ਵੀਕ ਪਹਿਲੇ ਰਜਿਸਟ੍ਰੇਸ਼ਨ ਬੰਦ ਕਰ ਦਿੰਦੇ ਹਾਂ, ਕਿਉਂਕਿ 2 ਵੀਕ ਦੇ ਵਿੱਚ ਪੇਪਰ ਵਰਕ ਹੀ ਇੰਨਾ ਹੋ ਜਾਂਦਾ ਹੈਗਾ, ਜਿਹੜਾ ਸੈਟਅਪ ਕਰਨਾ ਉਹਦੀ ਟਾਈਮਿੰਗ ਬਣਾਉਣੀ ਆ, ਅਸੀਂ 2 ਵੀਕ ਪਹਿਲੇ ਉਹ ਕਰਾਂਗੇ, ਆਹ ਸਾਡੇ ਕੋਲ 3 ਵੀਕ ਬਚਦੇ ਨੇਗੇ, ਇਹ 3 ਵੀਕਾਂ ਦੇ ਵਿੱਚ ਮੈਨੂੰ ਲੱਗਦਾ ਵੀ ਜ਼ਿਆਦਾ ਨਹੀਂ ਤਾਂ 20-25 ਬੱਚੇ ਤਾਂ ਹੋਰ ਆ ਹੀ ਜਾਣੇ, ਕਿਉਂਕਿ ਮੇਰੇ ਕੋਲ ਕੱਲ੍ਹ ਵੀ ਕੁਛ ਬੰਦਿਆਂ ਦੀਆਂ ਕਾਲਜ ਆਈਆਂ ਨੇ ਵੀ ਅਸੀਂ ਆਪਣੇ ਬੱਚਿਆਂ ਨੂੰ ਉਹ ਕਰਾਉਣਾ ਗਾ, ਕੋਈ
ਬੱਚਾ ਕਹਿੰਦਾ ਵੀ ਮੈਂ ਇਕੱਲੇ ਨੇ ਸੋਲੋ ਡਾਂਸ ਕਰਨਾ, ਕੋਈ ਬੱਚਾ ਕਹਿ ਰਿਹਾ ਹੈਗਾ ਵੀ ਮੈਂ ਆਪਣੇ ਤੌਰ 'ਤੇ ਆਪਣੀ ਕਮਿਊਨਿਟੀ ਦੇ ਬਾਰੇ ਕੁਛ ਜਾਣਦਾ ਉਹ ਦੱਸਣਾ ਗਾ, ਠੀਕ ਹੈ। ਇੱਕ ਇਹਦੇ ਵਿੱਚ ਮੇਨ ਦੇ ਕਰ ਰਹੇ ਹਾਂ ਅਸੀਂ ਨੇ, ਤੁਸੀਂ ਨੇ ਵੀ ਮੇਲੇ ਦੇਖੇ ਨੇ, ਆਸਟ੍ਰੇਲੀਆ ਦੇ ਵੀ ਦੇਖ ਲਏ, ਇੰਡੀਆ ਦੇ ਵੀ ਦੇਖ ਲਏ, ਤੁਸੀਂ ਤਾਂ ਕਾਫੀ ਦੁਨੀਆਂ ਦੇ ਮੇਲੇ ਦੇਖ ਲਏ ਆ, ਪਰ ਮੈਂ ਵੀ ਦੇਖੇ ਆ ਮੇਲੇ ਜਿਹੜੇ ਇੱਥੇ ਦੇ ਮੇਲੇ ਨੇ ਫੋਰਨ ਕੰਟਰੀਆਂ ਦੇ, ਇਹਨਾਂ ਦੇ ਵਿੱਚ ਆਪਾਂ ਇਹ ਸੋਚ ਕੇ ਆਪਣੀ ਕਮਿਊਨਿਟੀ ਜਾਂ ਆਪਣੇ ਕੁਛ ਲੋਕ ਜਾਂਦੇ ਆ ਵੀ ਯਾਰ ਆਊਟਿੰਗ ਕਰਿਆ ਨੇ, ਆਪਾਂ ਕੰਮ ਕਰ ਕਰਕੇ ਥੱਕੇ ਪਏ ਹਾਂ, ਫਿਰ ਬੱਚੇ ਛੁੱਟੀਆਂ 'ਚ ਨੇ, ਘਰ ਬੈਠੇ ਨੇ, ਇਹਨਾਂ ਨੂੰ ਘੁਮਾ ਲਿਆਉਂਦੇ ਹਾਂ, ਉੱਥੇ ਖਾਇਆ ਆਵਾਂਗੇ, ਗੇੜਾ ਕੱਢ ਕੇ ਮੁੜਿਆ ਆਵਾਂਗੇ। ਬਟ ਜਿਹੜਾ ਇਹ ਦਿਵਾਲੀ ਮੇਲਾ ਨਾ, ਇਹ ਦਿਵਾਲੀ ਮੇਲੇ ਦੇ ਵਿੱਚ ਤੁਹਾਨੂੰ ਕੁਛ ਸੰਦੇਸ਼ ਮਿਲੂਗਾ, ਯਾਨੀ ਕਿ ਵੱਡਿਆਂ ਨੂੰ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਪਤਾ, ਬੱਚਿਆਂ ਨੂੰ ਜਿਹੜੇ ਬੱਚੇ ਉਰੇ ਜਨਮੇ ਨੇ, ਉਰੇ ਰਹਿ ਰਹੇ ਨੇ, ਉਰੇ ਪੜ੍ਹ ਰਹੇ ਨੇ, ਨਾ ਤਾਂ ਉਹਨਾਂ ਨੂੰ ਇਹ ਪਤਾ ਵੀ ਦੁਸਹਿਰਾ ਕੀ ਆ। ਆਪਾਂ ਕਹਿ ਦਿੰਦੇ ਹਾਂ ਘਰੇ ਵੀ ਅੱਜ ਦੁਸਹਿਰਾ, ਘਰੇ ਖੀਰ ਬਣਾ ਕੇ ਮੱਥਾ ਟੇਕਿਆ ਹੁੰਦਾ ਗਾ, ਉਹ ਚੱਕ ਕੇ ਕੌਲੀਆਂ ਖੀਰ ਖਾ ਲੈਂਦੇ ਨੇ। ਦਿਵਾਲੀ ਵੇਲੇ ਆਪਾਂ ਨੂੰ ਪਤਾ, ਆਪਾਂ ਲਿਆ ਕੇ ਮੱਥਾ ਟੇਕਦੇ ਹਾਂ, ਮਠਿਆਈ ਲਿਆਉਂਦੇ ਹਾਂ, ਉਹ ਵੀ ਖਾ ਲੈਂਦੇ ਨੇ, ਬਟ ਉਹਨਾਂ ਨੂੰ ਪਤਾ ਕੁਛ ਨਹੀਂ ਵੀ ਦਿਵਾਲੀ ਕੀ ਆ ਅਤੇ ਦੁਸਹਿਰਾ ਕੀ ਆ। ਇਸ ਕਰਕੇ ਅਸੀਂ ਉਸ ਦਿਨ ਨਾ ਕੁਛ ਸਪੀਚ ਵੀ ਰੱਖ ਰਹੇ ਹਾਂ, ਸਿਆਣੇ ਜਿਹੜੇ ਆਪਣੇ ਪੇਰੈਂਟਸ ਆਏ ਹੋਏ ਨੇ ਜਿਨ੍ਹਾਂ ਨੂੰ ਜ਼ਿਆਦਾ ਨੌਲੇਜ ਆ, ਮੈਂ ਨਹੀਂ ਕਹੂੰਗਾ ਵੀ ਮੈਨੂੰ ਨੌਲੇਜ ਆ, ਮੈਂ ਦੇ ਅਸੀਂ ਉਹ ਚੀਜ਼ਾਂ ਉਹ ਕਰ ਰਹੇ ਹਾਂ ਵੀ ਜਿਨ੍ਹਾਂ ਨੂੰ ਜ਼ਿਆਦਾ ਨੌਲੇਜ ਆ ਉਹਨਾਂ ਦੇ ਵਿੱਚੋਂ ਇੱਕ ਜਾਣਾ, ਇੱਕ ਬੰਦਾ ਸਪੀਚ ਕਰੇ 10 ਤੋਂ 15 ਮਿੰਟ ਦੀ, ਉਹ ਬੱਚਿਆਂ ਨੂੰ ਸਾਡਿਆਂ ਨੂੰ ਦੁਸਹਿਰੇ ਬਾਰੇ ਦੱਸੇ ਵੀ ਦੁਸਹਿਰਾ ਕੀ ਚੀਜ਼ ਸੀਗਾ, ਦੁਸਹਿਰਾ ਕਿਉਂ ਮਨਾਇਆ ਜਾਂਦਾ। ਅਤੇ ਅਸੀਂ ਇੱਕੋ ਬੰਦਾ ਕਰ ਰਹੇ ਸੀਗੇ, ਪਰ ਉਹ ਅੰਕਲ ਸਾਡੇ ਰਿਸਪੈਕਟਡ ਨੇ, ਉਹ ਕਹਿੰਦੇ ਇੱਕ ਬੰਦੇ ਤੋਂ ਨਹੀਂ ਕਰਾਉਂਦੇ, ਅਸੀਂ ਤੁਹਾਨੂੰ 2 ਬੰਦੇ ਦਿੰਦੇ ਹਾਂ, ਇੱਕ ਬੰਦਾ ਦੁਸਹਿਰੇ ਬਾਰੇ ਬੋਲੇ, ਇੱਕ ਦਿਵਾਲੀ ਬਾਰੇ ਬੋਲੇਗਾ, ਤਾਂ ਕਿ ਸਾਡੇ ਬੱਚਿਆਂ ਨੂੰ ਕੁਛ ਪਤਾ ਤਾਂ ਲੱਗੇ ਨਾ ਵੀ ਮੇਲਾ ਕਿਉਂ ਕਰਾਉਂਦੇ ਨੇ। ਇਹ ਨਹੀਂ ਹੈਗਾ ਵੀ ਆਪਾਂ ਕਰਾਊਡ ਇਕੱਠੀ ਕਰ ਲਈ ਕਰਾਉਂਦੇ ਹਾਂ। ਅਤੇ ਬਾਕੀ ਜਿਹੜਾ ਇਹਦਾ ਸੰਦੇਸ਼ ਹੈਗਾ ਪਬਲਿਕ ਦੇ ਵਿੱਚ, ਉਹ ਬਹੁਤ ਵਧੀਆ ਰਿਸਪੋਂਸ ਹੈਗਾ। ਅਸੀਂ ਆਪਣੇ ਗੁਰੂ ਘਰਾਂ 'ਚ ਵੀ ਗਏ ਹਾਂ, ਗੁਰੂ ਘਰਾਂ ਵਾਲੇ ਵੀ ਹਰ ਸਾਲ ਪੂਰੀ ਸਪੋਰਟ ਕਰਦੇ ਆ, ਪਬਲਿਕ ਨੂੰ ਉੱਥੇ ਅਨਾਊਂਸ ਕਰ ਕਰਕੇ ਦੱਸਦੇ ਆ ਵੀ ਭਾਈ ਆਪਣਾ ਵਧੀਆ ਆਪਣੇ ਤਿਉਹਾਰ ਹੈਗਾ ਆਪਣਾ। ਦੇਖੋ ਗੋਰਿਆਂ ਦਾ ਫੈਸਟੀਵਲ ਹੈਗਾ ਕ੍ਰਿਸਮਿਸ, ਲਾਈਟਸ ਆਫ ਕ੍ਰਿਸ, ਆਪਣਾ ਦਿਵਾਲੀ ਹੈ ਮੇਨ। ਇਸੇ ਕਰਕੇ ਦਿਵਾਲੀ ਦੇ ਮੇਲੇ ਤਾਂ ਪਹਿਲੇ ਵੀ ਹੁੰਦੇ ਸੀਗੇ, ਹੁਣ ਵੀ ਹੁੰਦੇ ਆ, ਪਰ ਆਪਣੇ ਐਡੀਲੇਡ ਦੇ ਵਿੱਚ ਇੱਕੋ ਮੇਲਾ ਹੁੰਦਾ, ਪਹਿਲੇ ਇੱਕ ਹੁੰਦਾ ਹੋਇਆ ਸੀਗਾ, ਉਦੋਂ ਚਲੋ ਦੂਸਰੀ ਕਮੇਟੀ ਸੀ ਜਿਹੜੀ ਉਹ ਕਰਾਉਂਦੀ ਸੀ, ਹੁਣ ਉਹ ਉਹਨਾਂ ਨੇ ਬੰਦ ਕਰ ਲਿਆ, ਠੀਕ ਆ, ਹੁਣ ਅਸੀਂ ਟੇਕ ਓਵਰ ਕਰ ਲਿਆ। ਅਸੀਂ ਵੀ ਕਿੰਨਾ ਕੁ ਅੱਗੇ ਅਸੀਂ ਕਿਸੇ ਨੂੰ ਹੋਰ ਦੇ ਦਾਂਗੇ, ਅਸੀਂ ਲੰਬਾ ਤਾਂ ਅਸੀਂ ਵੀ ਨਹੀਂ ਕਰ ਸਕਦੇ ਵੀ ਹਾਂ ਉਹ ਚੱਲੀ ਜਾਵੇ, ਪਰ ਕੀ ਹੈ ਸਾਡੀ ਟੀਮ ਦੇ ਵਿੱਚ ਅਸੀਂ 4-5 ਜਾਣੇ ਆ ਜਿਹੜੇ ਪੁਰਾਣੇ ਆ, ਨਹੀਂ ਸਾਡੀ ਟੀਮ 'ਚ ਸਾਰੇ ਨਵੇਂ ਮੁੰਡੇ ਕੁੜੀਆਂ ਕੰਮ ਕਰ ਰਹੇ ਨੇ, ਉਹਨਾਂ ਨੂੰ ਅਸੀਂ ਦੱਸ ਉਹਨਾਂ ਨੂੰ ਰੂਪ ਰੇਖਾ ਦਿੰਦੇ ਹਾਂ, ਪਰ ਜਿੰਨਾ ਪੇਪਰ ਵਰਕ ਦਾ ਕੰਮ ਆ, ਜਿੰਨਾ ਪਲਾਨ ਬਣਾਉਣੇ ਨੇ, ਜੋ ਵੀ ਕਰਨਾ ਉਹ ਕਰ ਰਹੇ ਨੇ, ਉਹ ਤਿਆਰ ਕਰਕੇ ਸਾਨੂੰ ਪੁੱਛਦੇ ਨੇ ਵੀ ਇੱਦਾਂ ਕਰਿਆ ਜੀ ਦੱਸੋ ਠੀਕ ਆ, ਜੇ ਕਿਤੇ ਲੱਗਦਾ ਗਿਆ ਵੀ ਇਹਦੇ 'ਚ ਕੁਛ ਚੇਂਜ ਕਰਨੀ ਹੈ ਤਾਂ ਅਸੀਂ ਉਹਨਾਂ ਨੂੰ ਦੱਸ ਦਿੰਦੇ ਵੀ ਇਹਨੂੰ ਚੇਂਜ ਕਰ ਲਓ, ਨਹੀਂ ਬਿਲਕੁਲ ਉਹ ਵਧੀਆ ਕਰ ਰਹੇ ਨੇਗੇ, ਉਹਨਾਂ ਨੂੰ ਨੌਲੇਜ ਆ ਰਹੀ ਆ, ਉਹ ਆਪਣੇ ਫਰੈਂਡ ਸਰਕਲ ਨੂੰ ਨਾਲ ਹੋਰ ਜੋੜ। ਅੱਛਾ, ਦਿਵਾਲੀ ਮੇਲੇ ਦੇ ਬਾਰੇ 'ਚ ਮੈਂ ਇੱਕ ਹੋਰ ਜਿਹੜੀ ਗੱਲ ਦਰਸ਼ਕਾਂ ਦੇ ਨਾਲ ਕਰਨੀ ਚਾਹੁੰਦਾ ਅਤੇ ਤੁਹਾਡੇ ਤੋਂ ਵੀ ਥੋੜ੍ਹੀ ਉਹਦੇ ਵਿੱਚ ਹਾਮੀ ਜਾਂ ਜਾਣਨਾ ਚਾਹੁੰਦਾ, ਕਈ ਵਾਰੀ ਕੀ ਹੁੰਦਾ ਕਿ ਕੋਈ ਸਬਜੈਕਟ ਹੁੰਦਾ, ਦਿਵਾਲੀ ਹੋ ਗਿਆ, ਵਿਸਾਖੀ ਹੋ ਗਿਆ, ਹੋਰ ਅਲੱਗ ਤਰ੍ਹਾਂ ਦੇ ਮੇਲੇ ਹੋ ਗਏ, ਕਈ ਵਾਰੀ ਉਹ ਚਾਹੁੰਦੇ ਨੇ ਕਿ ਕੋਈ ਬੰਦੇ ਹੋਰ ਨੇਗੇ, ਉਹ ਚਾਹੁੰਦੇ ਨੇ ਯਾਰ ਅਸੀਂ ਵੀ ਕਰਵਾਈਏ, ਕੋਈ ਇੱਦਾਂ ਦਾ ਆਪਸ਼ਨ ਵੀ ਹੋ ਸਕਦਾ ਗਾ ਕਿ ਯਾਰ ਦਿਵਾਲੀ ਮੇਲਾ ਹੋਵੇ ਇੱਕੋ ਹੀ, ਅਤੇ ਹੁਣ ਕਈਆਂ ਨੂੰ ਬਹੁਤ ਜ਼ੋਰ ਦੀ ਆਇਆ ਦਿਵਾਲੀ ਮੇਲਾ ਕਰਾਉਣਾ, ਉਹ ਚਾਹੁੰਦੇ ਨੇ ਕਿ ਅਸੀਂ ਵੀ ਕਰਵਾਈਏ, ਤਾਂ ਉਹ ਜੇ ਤੁਹਾਡੇ ਨਾਲ ਕੰਟੈਕਟ ਕਰਨ, ਤੁਸੀਂ ਕਹੋ ਕਿ ਐਤਕੀ ਦਾ ਪ੍ਰਬੰਧਨ ਤੁਸੀਂ ਦੇਖ ਲਓ, ਅਗਲੀ ਵਾਰ ਫਿਰ ਅਸੀਂ ਕਰਵਾ ਲਾਂਗੇ। ਦੇਖੋ ਇਹ ਵੀ ਪਾਰਟ ਹੈ ਇੱਕ, ਦੇਖੋ ਆਪਣਾ ਮੇਲੇ ਦਾ
ਅਸੀਂ ਹਰ ਇੱਕ ਨੂੰ ਆਫਰ ਕਰਦੇ ਹਾਂ ਵੀ ਤੁਸੀਂ ਮਿਲ ਲਾ ਜੇ ਕਿਸੇ ਹੋਰ ਨੇ ਕਰਾਉਣਾ ਤਾਂ ਜੋ ਸਾਡੀ ਬਾਹਰ ਇਮੇਜ ਇਕੱਠਿਆਂ ਦੀ ਜਾਵੇ ਕਿ ਅਸੀਂ ਇੱਕ ਆ ਗਿਆ ਔਰ ਇੱਕ ਹੀ ਹੋ ਰਿਹਾ ਯੂਨਿਟੀ ਦੀ ਇਮੇਜ ਜਾਵੇ। ਦੇਖੋ ਰਵੀ ਇੱਕ ਮੈਂ ਕਾਫੀ ਵਧੀਆ ਦੇਖਿਆ ਗਾ ਆਪਣੇ ਐਡੀਲੇਡ ਦੇ ਵਿੱਚ, ਜੇ ਤੁਸੀਂ ਇੱਕ ਕਿਸੇ ਵੀ ਪ੍ਰੋਗਰਾਮ ਦੀ ਇੱਕ ਡੇਟ ਅਨਾਊਂਸ ਕਰ ਦਿਓ ਨਾ, ਆਪਣੇ ਇੰਨੇ ਕੁ ਸਿਆਣੇ ਬੰਦੇ ਹੈਗੇ ਆ, ਕੋਈ ਕਿਸੇ ਨੂੰ ਟੇਕ ਓਵਰ ਨਹੀਂ ਕਰਦਾ। ਇਸ ਵਾਰੀ ਹੋਈਆਂ ਬਲਕਿ ਇੱਕ ਦੋ ਮੇਲਿਆਂ ਦੀਆਂ ਨਾ ਡੇਟ ਅੱਗੇ ਪਿੱਛੇ ਹੋਈਆਂ, ਮੈਨੂੰ ਪਤਾ ਨਹੀਂ ਕਿਹੜੇ ਮੇਲਿਆਂ ਦੀਆਂ ਹੋਈਆਂ ਨੇ। ਨਹੀਂ ਪਹਿਲੇ ਉਹ ਬਾਈ ਮਿਸਟੇਕ ਜੇ ਕਿਸੇ ਨੇ ਰੱਖ ਲਈ ਆ ਡੇਟ, ਉਸ ਤੋਂ ਬਾਅਦ ਜਿਹੜੇ ਬੰਦੇ ਨੇ ਪਹਿਲੇ ਡੇਟ ਰੱਖੀ ਹੋਈ ਆ ਉਹਦੀ ਰੱਖ ਛੱਡ ਕੇ ਦੂਸਰਾ ਬੰਦਾ ਜਿਹੜਾ ਮਾਗਰੋਹ ਕਰ ਰਿਹਾ ਜੀ ਉਹਨੂੰ ਨਹੀਂ ਪਤਾ, ਜਦੋਂ ਪਤਾ ਲੱਗ ਗਿਆ ਉਹਨਾਂ ਨੇ ਚੇਂਜ ਕਰੀਆਂ। ਕਿੰਨੀ ਪ੍ਰਾਊਡ ਵਾਲੀ ਗੱਲ ਹੈ ਨਾ, ਕਿਉਂਕਿ ਪਿੱਛੇ ਜੇ ਕੀ ਹੋਇਆ ਸੀਗਾ ਨਾ ਜੀ, ਉੱਧਰ ਇੱਕ ਆਪਣੇ ਮੇਲਾ ਹੋ ਰਿਹਾ ਸੀ, ਇੱਕ ਆਪਣੇ ਸਿੰਗਰ ਆ ਰਿਹਾ ਸੀਗਾ, ਉਹ ਜਦੋਂ ਉਹਨਾਂ ਦੀ ਸੇਮ ਡੇਟ ਸੀ, ਉਹ ਜਦੋਂ ਸਾਨੂੰ ਵੀ ਪਤਾ ਲੱਗਿਆ ਕਿਉਂਕਿ ਜਿਹੜੇ ਮੁੰਡੇ ਆਪਣਾ ਕੰਮ ਕਰ ਰਹੇ ਨੇਗੇ ਟੀਮ ਦੇ ਵਿੱਚ ਕਿਤੋਂ ਨਾ ਕਿਤੋਂ ਪਤਾ ਲੱਗ ਜਾਂਦਾ ਪਹਿਲਾਂ ਹੀ, ਜਦੋਂ ਤੱਕ ਫਿਰ ਸੋਸ਼ਲ ਮੀਡੀਆ 'ਤੇ ਐਡਵਰਟਾਈਜਮੈਂਟ ਆਉਂਦੀ ਆ ਉਦੋਂ ਪਹਿਲੇ ਗੱਲ ਦਾ ਪਤਾ ਲੱਗ ਜਾਂਦਾ ਵੀ ਕੀ ਹੋ ਰਿਹਾ। ਉਹ ਇੱਦਾਂ ਹੀ ਹੋਇਆ ਸਾਡੇ ਕੋਲ, ਕਿਸੇ ਕੋਈ ਬੰਦੇ ਬੈਠੇ ਕਹਿੰਦੇ ਵੀ ਐਂ ਕਰਕੇ ਸੇਮ ਡੇਟ ਦੋ ਪ੍ਰੋਗਰਾਮ ਹੋ ਰਹੇ ਨੇ ਵੀ ਇੱਕ ਤਾਂ ਮੇਲਾ ਹੋ ਰਿਹਾ ਸ਼ਾਮ ਨੂੰ ਉਸੇ ਦਿਨ ਇੱਕ ਸਿੰਗਰ ਹੋ ਰਿਹਾ। ਬੇਸਿਕਲੀ ਸਾਡੇ ਪਾਟੇ ਖਾਂ ਅਤੇ ਨਾਡੂ ਖਾਂ ਵੀ ਬਹੁਤ ਸਿਆਣੇ ਹੋ ਗਏ ਆ, ਪਹਿਲਾਂ ਵਾਲੇ ਨਹੀਂ ਰਹੇ, ਉਹਨਾਂ ਨੂੰ ਪਤਾ ਕਿ ਅਸੀਂ ਪਾਣੀ 'ਚ ਡਿੱਗ ਸਕਦੇ ਹਾਂ। ਹਾਂਜੀ, ਫਿਰ ਉਹਨਾਂ ਨੇ ਜਾਣੀ ਕਿ ਉਹ ਡੇਟ ਚੇਂਜ, ਇੱਕ ਜਾਣੇ ਨੇ ਜਿਹੜਿਆਂ ਦਾ ਸਿੰਗਰ ਸੀ ਉਹ ਸਿੰਗਰ ਦੀ ਅਨਾਊਂਸਮੈਂਟ ਬਾਅਦ ਦੇ ਵਿੱਚ ਹੋਣੀ ਸੀ, ਉਹਨਾਂ ਦਾ ਮੇਲੇ ਦੀ ਪਹਿਲੇ ਹੋਈ ਵੀ ਸੀ, ਉਹ ਮੇਲੇ ਵਾਲਿਆਂ ਦੀ ਡੇਟ ਛੱਡ ਕੇ ਉਹਨਾਂ ਨੇ ਆਪਣੇ ਔਰਗੇਨਾਈਜ਼ਰਾਂ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਸਿੰਗਰ ਦੂਸਰੇ ਦਿਨ ਅਰੇਂਜ ਕਰ। ਵੈਰੀ ਗੁੱਡ ਜੀ, ਵੈਰੀ ਗੁੱਡ। ਇਹ ਹੁੰਦਾ ਇਸੇ ਤਰ੍ਹਾਂ ਜੇ ਅਸੀਂ ਕਹੀਏ ਆਪਾਂ ਨੇ ਜਿਹੜਾ ਦਿਵਾਲੀ ਮੇਲਾ ਇਹਦੀ ਜਿਹੜੀ ਡੇਟ ਆ ਅਪ੍ਰੈਲ ਦੇ ਵਿੱਚ ਅਨਾਊਂਸ ਕੀਤੀ, ਇਹਦੇ ਵਿੱਚ ਜਿਹੜੀਆਂ ਅੰਦਰ ਦੀਆਂ ਗੱਲਾਂ ਨੇ ਹੁਣ ਮੈਂ ਤੁਹਾਨੂੰ ਇਹੀ ਦੱਸਾਂ ਵੀ ਅਸੀਂ ਇਹਨਾਂ ਨੇ ਪਹਿਲਾਂ 28 ਸਤੰਬਰ ਰੱਖਿਆ। ਅੱਛਾ ਅੱਛਾ। ਇਸ ਮੇਲੇ ਦਾ ਅਸੀਂ ਆਖਿਆ ਵੀ ਸਕੂਲ ਦੇ ਪਹਿਲਾਂ ਹੀ ਰੱਖ ਲਈਏ ਅਤੇ ਵੀ ਚਲੋ ਇੱਕ ਮਹੀਨਾ ਪਹਿਲਾਂ ਕਰ ਲੈਂਦੇ ਹਾਂ, 28 ਸਤੰਬਰ ਕਰ ਲੈਂਦੇ ਹਾਂ। ਮੇਨ ਕੀ ਆ, 28 ਸਤੰਬਰ ਇਸ ਕਰਕੇ ਰੱਖਦੇ ਸੀਗੇ ਜਿਹੜਾ ਫਸਟ ਵੀਕ ਹੁੰਦਾ ਗਾ ਅਕਤੂਬਰ ਦਾ, ਉਹਦੇ ਵਿੱਚ ਇੱਕ ਹੋਰ ਕਮਿਊਨਿਟੀ ਆ ਉਹ ਆਪਣਾ ਕੋਈ ਕੰਮ ਕਰਾਉਂਦੀ ਹੁੰਦੀ, ਉਹ ਵੀ ਆਪਣਾ ਕੋਈ ਮੇਲਾ ਕਰਦੀ ਹੈ, ਜਾਣੀ ਕਿ ਅਸੀਂ ਕਿਸੇ ਦਾ ਨਾਮ ਨਹੀਂ ਲੈ ਸਕਦੇ, ਕਿਸੇ ਨੂੰ ਨਹੀਂ ਕਹਿੰਦੇ, ਉਹ ਮੇਲਾ ਕਰਦੇ ਨੇ। ਬਲਜੀਤ ਬਾਈ ਹੋਣੀ ਮੇਰੇ ਨਾਲ ਬੈਠੇ ਕਹਿੰਦੇ ਵੀ ਆਪਾਂ ਲੌਂਗ ਵੀਕਐਂਡ ਆਉਂਦਾ ਵੀ ਇੱਥੇ ਰੱਖ ਲਈਏ, ਮੈਂ ਕਿਹਾ ਵੀ ਨਹੀਂ, ਫਲਾਣੀ ਕਮਿਊਨਿਟੀ ਆਪਣਾ ਮੇਲਾ ਕਰਦੀ ਆ, ਉਹ ਆਪਣੇ ਨਾਲ ਹੀ ਹੁੰਦੇ ਆ, ਇਹ ਡੇਟ ਆਪਾਂ ਉਹਨਾਂ ਦੀ ਕਲੈਸ਼ ਨਹੀਂ ਕਰਨੀ। ਕਹਿੰਦੇ ਜੀ ਠੀਕ ਆ। ਫਿਰ ਅਸੀਂ ਦੇਖਿਆ ਵੀ ਉਸ ਤੋਂ ਬਾਅਦ ਫਸਟ ਵੀਕ ਕਰ ਲਓ ਹੋਰ ਅੱਗੇ ਨੂੰ ਹੋਏ, ਨਹੀਂ ਨਹੀਂ ਪਹਿਲਾਂ ਫਸਟ ਵੀਕ 'ਤੇ ਆਈ 1-2 ਅਕਤੂਬਰ ਵਾਲੇ, ਥੋੜ੍ਹਾ ਪਿੱਛੇ ਨੂੰ ਜਾ ਕੇ ਪਿੱਛੇ ਨੂੰ ਦੇਖੀਏ, ਫਿਰ ਉੱਥੇ ਵੀ ਇੱਕ ਆਪਣੀ ਹੋਈ ਕਮਿਊਨਿਟੀ ਦਾ ਮੇਲਾ ਸੀ, ਮੇਲਾ ਉਹ ਪ੍ਰੋਗਰਾਮ ਸੀਗਾ ਕੋਈ, ਮੈਂ ਕਿਹਾ ਵੀ ਇੱਥੇ ਉਹ ਬੰਦੇ ਪ੍ਰੋਗਰਾਮ ਕਰਦੇ ਹੁੰਦੇ ਆ, ਜਾਂ ਤਾਂ ਆਪਾਂ ਕਨਫਰਮ ਕਰੋ ਉਹਨਾਂ ਤੋਂ ਜੀ ਵੀ ਤੁਸੀਂ ਕਰਨਾ। ਫਿਰ ਕਹਿੰਦੇ ਜੀ ਆਪਾਂ ਕਨਫਰਮ ਵੀ ਨਾ ਕਰੋ, ਅਗਲੇ ਇਹ ਨਹੀਂ ਪਤਾ, ਉਹ ਕਹਿੰਦੇ ਨੇ ਹਾਂਜੀ ਅਸੀਂ ਕਰਾਂਗੇ, ਜਾਂ ਬਾਅਦ ਦੇ ਵਿੱਚ ਅਗਲੇ ਦਾ ਚੇਂਜ ਹੋ ਜੇ ਫਿਰ ਆਪਾਂ ਕਹਾਂਗੇ ਯਾਰ ਤੁਸੀਂ ਤਾਂ ਕਰਿਆ ਨਹੀਂ, ਸਾਨੂੰ ਵੀ ਨਹੀਂ ਕਰਨ ਦਿੱਤਾ। ਅਸੀਂ ਆਖਿਆ ਵੀ ਡੇਟ ਹੀ ਛੱਡ ਦਿਓ, 28 ਸਤੰਬਰ ਅਸੀਂ ਰੱਖ ਲਈ। ਅਸੀਂ ਆਖਿਆ ਵੀ 28 ਸਤੰਬਰ ਰੱਖੋ। ਜਦੋਂ 28 ਸਤੰਬਰ ਦੇ ਅਸੀਂ ਪੋਸਟਰ ਬਣਨ ਵਾਸਤੇ ਹਜੇ ਭੇਜਿਆ ਸੀਗਾ ਮੁੰਡਿਆਂ ਨੂੰ, ਉਸੇ ਦਿਨ ਸ਼ਾਮ ਨੂੰ ਸਾਨੂੰ ਵਿਰਸਾ ਨਾਈਟ ਵਾਲੇ ਲਾਡੀ ਆਪਣਾ ਵੀਰ ਉਹਨਾਂ ਦਾ ਸਟੇਟਸ ਮਿਲ ਗਿਆ, ਉਹਨਾਂ ਨੇ ਵਿਰਸਾ ਨਾਈਟ ਅਨਾਊਂਸ ਕਰਤੀ। ਮੇਰੀ ਉਹਨਾਂ ਨਾਲ ਗੱਲ ਹੋਈ ਨਾਲ ਦੀ ਨਾਲ, ਉਹ ਉਹਨਾਂ ਨੇ ਕਿਹਾ ਕਹਿੰਦੇ ਵੀ ਸਾਡਾ ਨਾ ਜਿਹੜਾ ਹਾਲ ਵਗੈਰਾ ਉਹ ਇਨਡੋਰ ਕਰ ਰਹੇ ਨੇ, ਉਹ ਕਹਿੰਦੇ ਸਾਡਾ ਜਿੰਨਾ ਹੈਗਾ ਸੀ ਕੰਟਰੈਕਟ ਸਾਈਨ ਹੋ ਗਿਆ, ਪੇਮੈਂਟ ਅਸੀਂ ਉਹਨਾਂ ਨੂੰ ਕਰਤੀ ਆ, ਵੀ ਹੁਣ ਤੁਸੀਂ ਦੱਸੋ ਕੀ ਕਰਨਾ। ਅਸੀਂ ਵੀ ਅਸੀਂ ਕਲੈਸ਼ ਥੋੜ੍ਹਾ ਕਰਨਾ, ਵੀ ਕੋਈ ਗੱਲ ਨਹੀਂ ਹਜੇ ਆਪਣੇ ਕੋਲ ਟਾਈਮ ਹੈ। ਫਿਰ ਅਸੀਂ ਸਾਰੇ ਦੁਬਾਰਾ ਬੈਠ ਕੇ ਦੂਸਰੇ ਦਿਨ ਮੀਟਿੰਗ ਕੀਤੀ, ਫਿਰ ਸਾਨੂੰ 12 ਅਕਤੂਬਰ ਆ, ਇੱਥੇ ਨਾ ਤਾਂ ਕੋਈ ਸਿੰਗਰ ਆ, ਨਾ ਕੋਈ ਹੋਰ ਪ੍ਰੋਗਰਾਮ ਐਡੀਲੇਡ ਦੇ ਵਿੱਚ, ਕੋਈ ਮੇਲਾ ਨਹੀਂ, ਕੁਛ ਨਹੀਂ ਹੈਗਾ। 12 ਅਕਤੂਬਰ ਦਾ ਮੇਲਾ
ਫਿਰ ਅਸੀਂ ਅਨਾਊਂਸ ਕੀਤਾ ਵੀ 12 ਅਕਤੂਬਰ ਆਪਾਂ ਅਨਾਊਂਸ ਕਰੀਏ ਵੀ ਸਕੂਲ ਹੋਲੀਡੇ ਦਾ ਲਾਸਟ ਵੀਕ ਆ, ਇਸ ਤੋਂ ਅੱਗੇ ਵੀ ਨਹੀਂ ਜਾ ਸਕਦੇ ਕਿਉਂਕਿ ਦੀਵਾਲੀ ਹੋਰ ਨੇੜੇ ਆ ਜਾਣੀ ਆ, ਛੋਟੀਆਂ ਟਿਕਟਾਂ ਪਹਿਲਾਂ ਹੀ ਕਰੀਆਂ ਹੁੰਦੀਆਂ ਨੇ 3-4 ਮਹੀਨੇ, ਅਤੇ ਇਸ ਕਰਕੇ ਕਿਉਂਕਿ ਮੋਸਟਲੀ ਮੈਂ ਦੇਖਦਾ ਹੁੰਦਾ ਵੀ ਜਿਹੜੇ ਦੀਵਾਲੀ ਮੇਲੇ 'ਤੇ ਇੰਡੀਆ ਜਾਂਦੇ ਆ ਉਹ 1 ਵੀਕ ਪਹਿਲਾਂ ਜਾਂਦੇ ਹੁੰਦੇ ਆ, ਅਸੀਂ ਇਸੇ ਕਰਕੇ ਵਿਚਾਲੇ 2 ਵੀਕ ਦਾ ਗੈਪ ਹੈ ਵੀ ਆਪਾਂ 12 ਨੂੰ ਰੱਖੋ, 1 ਵੀਕ ਬੰਦੇ ਉਰੀ ਹੋਣਗੇ, ਉਸ ਤੋਂ ਬਾਅਦ ਜਿਹੜੇ ਬੰਦੇ ਨੇ ਜਾਣਾ ਉਹ ਜਾਣਗੇ, ਇਹ ਕਰਕੇ ਜੀ ਫਿਰ ਦੀਵਾਲੀ ਮੇਲਾ ਅਨਾਊਂਸ ਕਰਨ ਤੋਂ ਬਾਅਦ ਸੋਚਿਆ, ਅਸੀਂ ਦੁਸਹਿਰੇ ਬਾਰੇ ਪਹਿਲਾਂ ਸੋਚ ਨਹੀਂ ਸੀ ਰਹੇ, ਬਟ ਫਿਰ ਜਦੋਂ ਸਾਨੂੰ ਕੁਛ ਕਹਿਣ ਲੱਗ ਗਏ ਬੰਦੇ ਕਿ ਵੀ ਦੁਸਹਿਰਾ ਉਸ ਦਿਨ, ਅਸੀਂ ਕਿਹਾ ਵੀ ਦੁਸਹਿਰਾ ਹੈਗਾ, ਫਿਰ ਸਾਨੂੰ ਕੁਛ ਹੀ ਬੰਦੇ ਜਾਣੀ ਕਿ ਜਦੋਂ ਅਸੀਂ ਮਾਰਕੀਟ ਦੇ ਵਿੱਚ ਨਾ ਸਪੋਂਸਰਸ਼ਿਪ ਲੈਣ ਵਾਸਤੇ ਫਾਈਨਾਂਸ ਦਾ ਉਹ ਕਰ ਰਹੇ ਸੀ, ਉਹਦੇ ਵਿੱਚ ਸਾਨੂੰ ਕੁਛ ਬੰਦੇ ਸਿਆਣੇ ਇਹੋ ਜਿਹੇ ਮਿਲੇ, ਕਹਿੰਦੇ ਵੀ ਯਾਰ ਤੁਸੀਂ ਦੀਵਾਲੀ ਦਾ ਤਾਂ ਕਰ ਹੀ ਰਹੇ ਹੋ, ਜੇ ਤੁਸੀਂ ਦੁਸਹਿਰੇ ਦਾ ਕਰ ਲਓ ਲੋਕਾਂ ਨੂੰ ਇੱਕੋ ਜਗ੍ਹਾ ਦੋਹੇ ਚੀਜ਼ਾਂ ਦੇਖਣ ਨੂੰ ਮਿਲਣਗੀਆਂ, ਵੀ ਨਾਲੇ ਦੁਸਹਿਰਾ ਜਿਹੜਾ ਆਪਣੀ ਕਮਿਊਨਿਟੀ ਦੇ ਵਿੱਚ ਅੱਜ ਤੱਕ ਐਡੀਲੇਡ 'ਚ ਕਿਸੇ ਨੇ ਕਰਾਇਆ, ਫਿਰ ਅਸੀਂ ਨੇ ਉਹਨੂੰ ਐਡ ਕੀਤਾ, ਅਸੀਂ ਆਖਿਆ ਵੀ ਕੋਈ ਗੱਲ ਨਹੀਂ ਵੀ ਜਦ ਅਸੀਂ ਇੰਨਾ ਖਰਚਾ ਕਰ ਰਹੇ ਹਾਂ ਥੋੜ੍ਹਾ ਜਿਹਾ ਰਾਵਣ ਨੂੰ ਹੋਰ ਬਣਾ ਲਵਾਂਗੇ ਵੱਡਾ, ਵੀ ਰਾਵਣ ਦਾ ਉਹ ਕਰ ਲੈਂਦੇ ਹਾਂ, ਬਟ ਵਾਹਿਗੁਰੂ ਦੀ ਮਿਹਰ ਆ ਜਦੋਂ ਅਸੀਂ ਨੇ ਕੌਂਸਲ ਤੋਂ ਅਪਰੂਵਲ ਲਈ ਆ ਉਹਨਾਂ ਨੇ ਵੀ ਥੋੜ੍ਹੀ ਜਿਹਾ ਕੰਡੀਸ਼ਨਾਂ ਲਾਈਆਂ, ਉਹ ਅਸੀਂ ਪਹਿਲੀ ਮੀਟਿੰਗ ਦੇ ਵਿੱਚ ਉਹਨਾਂ ਨੇ ਕੰਡੀਸ਼ਨਾਂ ਲਾਈਆਂ, ਜਦੋਂ ਦੂਸਰੀ ਮੀਟਿੰਗ ਕਰੀ ਉਦੋਂ ਨੂੰ ਸਾਰਾ ਉਹਨਾਂ ਨੂੰ ਪ੍ਰੂਫ ਕਰਤਾ ਵੀ ਕੀ ਆ, ਕਿਉਂਕਿ ਉਹਨਾਂ ਨੇ ਜਦੋਂ ਦੇਖਿਆ ਉਹਨਾਂ ਨੇ ਵੀ ਸਰਚ, ਹੁਣ ਤੁਹਾਨੂੰ ਪਤਾ ਵੀ ਆਸਟ੍ਰੇਲੀਅਨ ਗੋਰੇ ਨੇ ਗੂਗਲ ਸਰਚ ਕਰਦੇ ਨੇ, ਉਹਨਾਂ ਨੇ ਦੇਖ ਕੇ ਐਡਾ ਵੱਡਾ ਰਾਵਣ, ਕਹਿੰਦੇ ਤੁਸੀਂ ਤਾਲੇ ਦਾਲੇ ਦੀਆਂ ਫੈਕਟਰੀਆਂ ਫੂਕ ਦੋਗੇ ਅਤੇ ਤੁਹਾਡਾ ਜਿਹੜਾ ਇੰਨਾ ਕਰਾ, ਕਿਉਂਕਿ ਆਪਾਂ ਲਾ ਇਸੇ ਕੁ ਏਰੀਏ 'ਚ ਕਰਾਉਂਦੇ ਹਾਂ ਗੁੱਡਵਿਲ ਹਾਕੀ ਗਰਾਊਂਡ, ਫਾਇਰ ਵਾਲੇ ਰਹਿਣਗੇ ਅਵੇਲੇਬਲ ਉਸ ਟਾਈਮ ਜਦੋਂ ਰਾਵਣ ਨੂੰ ਉਹ ਕੀਤਾ ਜਾਊਗਾ? ਹਾਂਜੀ ਉਹ ਆਪਾਂ ਨੇ ਬਾਹਰੋਂ ਕੋਈ ਅੰਗ ਉਹਨਾਂ ਦਾ ਉੱਡ ਕੇ ਨਾਲ ਵਾਲੀਆਂ ਸੱਚੀ ਫੈਕਟਰੀਆਂ ਚਲਾ ਜਾਂਦਾ, ਹਾਂਜੀ ਹਾਂਜੀ ਨਹੀਂ ਪਿੰਡ ਵੰਡ ਵੀ ਹੋ ਸਕਦੀ, ਨਹੀਂ ਆਪਾਂ ਨੇ ਉਹ ਕੀਤਾ ਹੈਗਾ ਜਿਹੜੀ ਤੁਸੀਂ ਬਲਜੀਤ ਵੀਰ ਤੋਂ ਵੀ ਪੁੱਛੀ ਸੀ ਨਾ ਵੀ ਉਹਦਾ ਰਾਵਣ ਦਾ ਕੀ ਹੋਊਗਾ, ਰਾਵਣ ਦੇ ਆਲੇ ਦੁਆਲੇ 10 ਮੀਟਰ ਤੱਕ ਆਪਣੀ ਬਾਉਂਡਰੀ ਹੋਊਗੀ, ਕੋਈ ਬੱਚਾ ਕੋਈ ਵੀ ਨੇੜੇ ਨਹੀਂ ਜਾਊਗਾ ਉਹਦੇ, ਜਿੱਥੇ ਤੱਕ ਉਹ ਫਾਇਰ ਜਾ ਸਕਦਾ, ਹਾਂ ਹਾਂਜੀ ਹਾਂ ਸੇਫਟੀ ਹੋਊਗੀ, ਹਾਂਜੀ ਹਾਂਜੀ ਫਿਰ ਅਸੀਂ ਨੇ ਉਹ ਕੀਤਾ ਵੀ ਚਲੋ ਕੋਈ ਗੱਲ ਨਹੀਂ, ਕੌਂਸਲ ਨੇ ਵੀ ਵਧੀਆ ਸਾਥ ਦਿੱਤਾ, ਉਹਨਾਂ ਨੇ ਅਪਰੂਵ ਉਹਦੀ ਕਰਤਾ, ਕੰਡੀਸ਼ਨਲ ਤੋਂ ਇਹਨਾਂ ਕੰਟਰੀਆਂ 'ਚ ਮਾੜੀਆਂ ਮੋਟੀਆਂ ਚੱਲਦੀਆਂ ਰਹਿੰਦੀਆਂ ਨੇ, ਕੰਡੀਸ਼ਨ ਵੀ ਉਹਨਾਂ ਨੇ ਕੁਛ, ਹੁਣ ਜਿਹੜੀ ਕੰਡੀਸ਼ਨ ਆ ਉਹ ਵੀ ਕੋਈ ਬਾਲੀ ਵੱਡੀ ਨਹੀਂ, ਉਹਨਾਂ ਨੇ ਵੈਦਰ ਦੀ ਰੱਖੀ ਆ, ਉਹ ਆਪਾਂ ਨੂੰ ਵੀ ਪਤਾ ਵਿੰਡੀ ਹੋਇਆ ਤਾਂ ਤੁਸੀਂ, ਜੇ ਵਿੰਡੀ ਹੋਇਆ ਜਾਂ ਟੂ ਹੌਟ ਹੋਇਆ, ਪਰ ਟੂ ਹੌਟ ਆਪਾਂ ਨੇ ਇਹਨੂੰ ਹੋਣ ਨਹੀਂ ਦੇਣਾ, ਕਿਉਂਕਿ ਜਦੋਂ ਆਪਣਾ ਪ੍ਰੋਗਰਾਮ 9 ਵਜੇ ਤੱਕ ਹੈਗਾ, ਗੁੱਡੀਆਂ ਫੁੱਕ ਲਿਆਉਣੀ ਆਪਣੇ, ਨਹੀਂ ਟੂ ਹੋਣ ਨਹੀਂ ਦੇਣਾ, ਮਤਲਬ ਨਹੀਂ ਰਾਵਣ ਦੇ ਲਈ ਨਹੀਂ ਹੋਣ ਦੇਣਾ, ਕਿਉਂਕਿ ਜਦੋਂ ਤਾਂ ਰਾਵਣ ਦਾ ਟਾਈਮ ਆਉਣਾ ਗਾ ਆਪਾਂ ਨੇ ਦੁਸਹਿਰੇ ਦਾ ਸੈਲੀਬ੍ਰੇਟ ਕਰਨਾ ਗਾ, ਠੀਕ ਆ, ਆਪਣੇ ਮੋਸਟਲੀ ਇਸ ਟਾਈਮ ਦੇ ਵਿੱਚ 5 ਵਜੇ ਤੋਂ ਬਾਅਦ ਠੰਡ ਹੋਣੀ ਸ਼ੁਰੂ ਹੋ ਜਾਂਦੀ ਆ, ਨਹੀਂ ਨਹੀਂ ਸਹੀ ਗੱਲ, ਜੇ ਉਸ ਤੋਂ ਪਹਿਲਾਂ ਗਰਮੀ ਹੋਊਗੀ ਥੋੜ੍ਹੀ ਬਹੁਤੀ ਹੋ ਸਕਦੀ ਆ, ਬਟ 5 ਵਜੇ ਤੋਂ ਮੋਸਟਲੀ ਟੈਂਪਰੇਚਰ ਡਾਊਨ ਆ ਜਾਂਦਾ ਗਾ, ਸੋ ਇੱਕ ਹੋਰ ਰੱਸਾਕਸੀ ਦੀ ਗੇਮ ਹੁੰਦੀ ਹੈ ਜਿਹੜੀ ਇਹਨਾਂ ਮੇਲਿਆਂ ਦੀ ਬਹੁਤ ਵੱਡੀ ਅਟਰੈਕਸ਼ਨ ਦਾ ਕਾਰਨ ਹੁੰਦੀ ਆ, ਅਤੇ ਉਹ ਉਹ ਹੋ ਰਹੀ ਹੈ, ਫਿਰ ਬੰਦਾ ਖਾਵੇ ਪੀਵੇ ਤਸੱਲੀ ਨਾਲ, ਜਿਹੜਾ ਐਂਡ 'ਚ ਜੁੜਿਆ ਹੁੰਦਾ ਇੱਕ ਬੰਦਾ ਪੂਰਾ ਉਹ ਪੂਰਾ ਤਿਆਰ ਕਰਕੇ ਲਿਆਉਂਦਾ, ਹਾਂਜੀ ਟੀਮ ਵੱਲੋਂ ਅਸੀਂ ਰੱਸਾਕਸੀ ਦੀ ਵੀ ਗੇਮ ਹੋਊਗੀ, ਬਟ ਅਸੀਂ ਇਹ ਪਹਿਲਾਂ ਅਨਾਊਂਸ ਇਸ ਕਰਕੇ ਉਸ ਤੇ ਪੋਸਟਰ ਤੇ ਨਹੀਂ ਕਰਦੇ, ਅਸੀਂ ਇਹਦੀ ਰਜਿਸਟ੍ਰੇਸ਼ਨ ਨਹੀਂ ਕਰਦੇ ਹੁੰਦੇ, ਓਕੇ ਓਕੇ, ਕੋਈ ਵੀ ਮਤਲਬ ਜਿਹੜੀਆਂ ਇਹ ਇਵੈਂਟ ਨੇਗੇ ਜਿਵੇਂ ਰੱਸਾਕਸੀ ਹੋ ਗਈ ਆ ਜਾਂ ਕੋਈ ਹੋਰ ਇਵੈਂਟ ਕਰਾਉਂਦੇ ਆ, ਅਤੇ ਆਪਣੇ ਤੁਸੀਂ ਪਹਿਲਾਂ ਗੱਲ ਕਰੀ ਸੀ ਮਿਊਜ਼ਿਕ ਚੇਅਰ ਦੀ, ਮਿਊਜ਼ਿਕ ਚੇਅਰ ਦੀਆਂ ਅਸੀਂ ਇਹ ਨਹੀਂ ਹੈਗਾ ਵੀ ਇੱਕੋ ਕਰਾਉਂਦੇ ਹਾਂ, ਅਸੀਂ ਬੱਚਿਆਂ ਦੀ ਅੱਡ ਕਰਾਉਂਦੇ ਹਾਂ, ਬਜ਼ੁਰਗਾਂ ਦੀ ਅਲੱਗ ਕਰਾ ਦਿੰਦੇ ਹਾਂ, ਜਿਹੜੀਆਂ ਆਪਣੀਆਂ ਪੇਰੈਂਟਸ ਮਾਮਾ ਆ ਜਾਂਦੀਆਂ ਨੇ ਉਹਨਾਂ ਦੀ ਸੈਪਰੇਟ ਕਰਾ ਦਿੰਦੇ ਹਾਂ,
ਜੀ ਜਿਵੇਂ ਤੁਸੀਂ ਪਹਿਲੇ ਕਿਹਾ ਵੀ ਦੋ ਤਿੰਨ ਰਾਊਂਡ ਕਰਾ ਦਿਆ ਕਰੋ ਦੋ ਦੋ ਘੰਟਿਆਂ ਬਾਅਦ, ਬਟ ਉਹ ਦੋ ਦੋ ਘੰਟਿਆਂ ਬਾਅਦ ਨਹੀਂ ਕਰਾਉਂਦੇ, ਉਹ ਅਸੀਂ ਦੇਖਦੇ ਹਾਂ ਵੀ ਬਾਈ ਦੀ ਵੇ ਕੋਈ ਬੱਚਾ ਹੈਗਾ, ਹੁਣ ਲਿਸਟ ਬਣੀ ਹੋਈ ਆ, ਉਹ ਲਿਸਟ ਦੇ ਵਿੱਚ ਐਡ ਕਰਦੇ ਹਾਂ, ਇਹਨੂੰ ਰਜਿਸਟ੍ਰੇਸ਼ਨ ਨਹੀਂ ਕਰਦੇ। ਰਜਿਸਟ੍ਰੇਸ਼ਨ ਇਸ ਕਰਕੇ ਨਹੀਂ ਕਰਦੇ ਵੀ ਇਹਦੇ ਨਾਲ ਜਿਹੜੇ ਬੰਦੇ ਨੇ ਰਜਿਸਟ੍ਰੇਸ਼ਨ ਕਰਾਤੀ ਕਈ ਵਾਰ ਨਹੀਂ ਆਉਂਦੇ, ਠੀਕ ਹੈ ਜੀ, ਕਈ ਵਾਰ ਲੇਟ ਹੋ ਜਾਂਦੇ ਆ, ਫਿਰ ਅਸੀਂ ਉਸੇ ਟਾਈਮ 'ਤੇ ਦੇਖਦੇ ਹਾਂ ਵੀ ਆਹ ਬੱਚਾ ਇਹਨੇ ਪਰਫੋਰਮ ਕਰਨਾ, ਇਹਦੀ ਪਰਫੋਰਮੈਂਸ ਚੱਲਦੇ ਚੱਲਦੇ ਅਸੀਂ ਅਨਾਊਂਸ ਕਰ ਦਿੰਦੇ ਹਾਂ ਵੀ ਇਸ ਤੋਂ ਬਾਅਦ ਅਗਲੇ 5 ਮਿੰਟ 10 ਮਿੰਟ ਦੀ ਮਿਊਜ਼ਿਕ ਚੇਅਰ ਹੋਊਗੀ, ਆਹ ਏਜ ਵਾਲਿਆਂ ਦੀ, ਉਹ ਸਾਈਡ 'ਤੇ ਆ ਜਾਓ। ਉਹ ਪਹਿਲੇ ਸਾਈਡ 'ਤੇ ਆ ਜਾਂਦੇ ਨੇ, ਬਹੁਤ ਸਿਆਣੇ ਉਹ ਨੇਗੇ ਜਦੋਂ ਅਨਾਊਂਸ ਕਰੀਦਾ, ਬਿਲਕੁਲ ਇਹ ਨਹੀਂ ਹੈਗਾ ਵੀ ਟਾਈਮ ਵੇਸਟ ਨਹੀਂ ਕਰਦਾ ਕੋਈ ਵੀ, ਉਹ ਨਾਲ ਦੀ ਨਾਲ ਸਾਈਡ 'ਤੇ ਆ ਜਾਂਦੇ ਨੇ, ਉਹਨਾਂ ਨੂੰ ਉਹ ਪਰਫੋਰਮੈਂਸ ਲੰਘਦੀ ਆ, ਜਦੋਂ ਨੂੰ ਦੂਸਰੀ ਪਰਫੋਰਮੈਂਸ ਸਟੇਜ 'ਤੇ ਤਿਆਰ ਹੁੰਦੀ ਆ, ਉਦੋਂ ਤੱਕ ਨੂੰ ਅਸੀਂ ਇਹ ਰਾਊਂਡ ਖਤਮ ਕਰ ਲੈਂਦੇ ਹਾਂ ਜੀ। ਉਹਨਾਂ ਨੂੰ ਉੱਥੇ ਕੈਸ਼ ਪ੍ਰਾਈਜ਼ ਵੀ ਦੇ ਦਿੰਦੇ ਹਾਂ ਜਿਹੜੇ ਜਿੱਤਦੇ ਹੈਗੇ, ਠੀਕ ਆ। ਇਸ ਵਾਰ ਅਸੀਂ ਸੋਚ ਰਹੇ ਹਾਂ ਵੀ ਕੈਸ਼ ਪ੍ਰਾਈਜ਼ ਨਾ ਦੇਈਏ, ਅਸੀਂ ਉਹਨਾਂ ਨੂੰ ਕੋਈ ਗਿਫਟ ਵਗੈਰਾ ਦੇਈਏ, ਤਾਂ ਕਿ ਕਿਉਂਕਿ ਪੈਸੇ ਤਾਂ ਹਰੇਕ ਲੈ ਕੇ ਖਰਚ ਲੈਂਦਾ, ਜਿਹੜਾ ਗਿਫਟ ਹੋਊਗਾ ਉਹ ਯਾਦ ਰਹਿੰਦਾ ਬਾਅਦ ਦੇ ਵਿੱਚ ਵੀ ਆਹ ਮੈਨੂੰ ਫਲਾਣੀ ਜਗ੍ਹਾ ਤੋਂ ਮਿਲਿਆ ਸੀਗਾ ਜੀ। ਹੋਰ ਕੋਈ ਜਿਹੜਾ ਅਟਰੈਕਸ਼ਨ ਦਾ ਕਾਰਨ ਹੋਵੇ ਜਿਹੜਾ ਮੈਂ ਕਵਰ ਨਾ ਕੀਤਾ ਹੋਵੇ ਜਾਂ ਤੁਸੀਂ ਨਾ ਅਜੇ ਤੱਕ ਦੱਸਿਆ, ਕਿਉਂ ਆਉਣ ਲੋਕ ਸਾਡੇ ਮੇਲੇ ਦੇ ਵਿੱਚ? ਦੇਖੋ ਇਹਦੇ ਵਿੱਚ ਮੇਨ ਤਾਂ ਇਹੀ ਹੈਗਾ ਵੀ ਇੱਕ ਤਾਂ ਕਮਿਊਨਿਟੀ ਜਿਹੜੀ ਪਹਿਲਾਂ ਆਪਾਂ ਗੱਲ ਕਰਦੇ ਸੀਗੇ ਵੀ ਸਾਰੀ ਇਕੱਠੀ ਹੋਣੀ ਚਾਹੀਦੀ ਹੈ, ਦੂਸਰਾ ਹੈਗਾ ਇਹਦੇ ਵਿੱਚ ਆਉਣ ਦੇ ਲਈ ਆਪਣੇ ਬੱਚਿਆਂ ਨੂੰ ਤੁਸੀਂ ਜ਼ਰੂਰ ਦਿਖਾਓ, ਆਪਣੇ ਫੈਸਟੀਵਲਾਂ ਬਾਰੇ ਆਪਣੇ ਤਿਉਹਾਰਾਂ ਬਾਰੇ ਜ਼ਰੂਰ ਜਾਣੂ ਕਰਾਓ ਵੀ ਆਪਣੇ ਕੀ ਸੀਗੇ, ਕੀ ਦੀਵਾਲੀ ਸੀ, ਕੀ ਦੁਸਹਿਰਾ ਸੀਗਾ, ਕਿਉਂ ਆਪਣੇ ਲੋਕ ਇਕੱਠੇ ਹੁੰਦੇ ਸੀਗੇ, ਠੀਕ ਹੈ ਜੀ। ਦੇਖੋ ਬਾਕੀ ਉਸ ਦਿਨ ਦੁਸਹਿਰਾ ਆਪਾਂ ਪਹਿਲੇ ਵੀ ਗੱਲ ਕਰੀ ਆ, ਲੋਕਾਂ ਨੇ ਮਠਿਆਈ ਖਰੀਦ ਕੇ ਲਿਆਉਣੀ ਆ, ਸ਼ਾਮ ਨੂੰ ਮੱਥਾ ਵੀ ਟੇਕਣਾ ਜਾਂ ਸਵੇਰੇ ਟੇਕਣਾ, ਉੱਥੇ ਜਿਹੜੀਆਂ ਆਪਣੇ ਕੋਲ ਫੂਡ ਸਟਾਲ ਨੇ ਉਹਨਾਂ ਦੇ ਵਿੱਚ ਮਠਿਆਈ ਦੀਆਂ ਵੀ ਸਟਾਲ ਨੇ, ਤਾਂ ਵੱਧ ਤੋਂ ਵੱਧ ਬਿਜ਼ਨਸ ਦੋ ਉਹਨਾਂ ਨੂੰ, ਤਾਂ ਅਗਲੀ ਵਾਰੀ ਉਹ ਵੱਧ ਤੋਂ ਵੱਧ ਤੁਹਾਨੂੰ ਵੀ ਸਪੋਰਟ ਕਰਨਾ ਔਰ ਦੂਜੇ ਸਾਰੇ ਮੇਲਿਆਂ ਨੂੰ ਵੀ ਸਪੋਰਟ ਕਰਨਾ। ਹਾਂਜੀ, ਇਸੇ ਤਰ੍ਹਾਂ ਹੀ ਹੁੰਦਾ, ਇੱਕ ਸਾਈਕਲ ਹੈਗਾ ਕੈਸ਼ ਫਲੋ ਦਾ ਜਿਹੜਾ ਪੈਸੇ ਦਾ, ਤੁਸੀਂ ਉਹਨਾਂ ਨੂੰ ਸਪੋਰਟ ਕਰੋ ਕਮ ਸੇ ਕਮ, ਜੇ ਤੁਸੀਂ ਕੋਈ ਇੱਦਾਂ ਦਾ ਕਾਊਂਟਰ ਲੱਗਿਆ ਹੋਇਆ ਜਿਹੜਾ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਰਿਹਾ ਆਪਣੇ ਪ੍ਰੋਡਕਟ ਬਾਰੇ, ਦੈਨ ਜੇ ਤੁਸੀਂ ਉੱਥੇ ਖੜ੍ਹ ਕੇ ਉਹਨਾਂ ਤੋਂ ਥੋੜ੍ਹੀ ਇਨਫੋਰਮੇਸ਼ਨ ਲੈ ਲਓਗੇ, ਤੁਸੀਂ ਉਹ ਪ੍ਰੋਡਕਟ ਲੈਤਾ ਨਹੀਂ ਲੈਤਾ ਉਹ ਬਾਅਦ ਦੀ ਗੱਲ ਆ, ਤਾਂ ਉਹਦੇ ਨਾਲ ਉਹਨਾਂ ਨੂੰ ਫੀਲ ਹੁੰਦਾ ਕਿ ਸਾਡਾ ਉੱਥੇ ਗਿਆ ਦਾ ਵਰਥ ਹੋ ਗਿਆ, ਅਤੇ ਉਹਦੇ ਨਾਲ ਤੁਹਾਡਾ ਕੁਛ ਨਹੀਂ ਨੁਕਸਾਨ ਜਾਂਦਾ ਹੁੰਦਾ, ਬਟ ਇਹ ਹੈਗਾ ਕਿ ਉਸ ਜੋ ਜਿਹੜਾ ਵੀ ਸਪੋਂਸਰਸ ਆਗਾ ਉਹ ਨੈਕਸਟ ਟਾਈਮ ਓਪਨ ਰਹਿੰਦਾ ਹੋਰ ਪ੍ਰੋਗਰਾਮਾਂ ਵਾਸਤੇ ਵੀ ਅਤੇ ਸੇਮ ਪ੍ਰੋਗਰਾਮ। ਅੱਜ ਦਾ ਸਫ਼ਰ ਜਿਹੜੀ ਗੱਲਬਾਤ ਦਾ ਇੱਥੇ ਤੱਕ ਹੀ, ਸੋ ਸਾਨੂੰ ਦਿਓ ਇਜਾਜ਼ਤ, ਅਸੀਂ ਅਗਲੀ ਕਿਸੇ ਹੋਰ ਵੀਡੀਓ ਦੇ ਵਿੱਚ ਤੁਹਾਡੇ ਨਾਲ ਰਾਬਤਾ ਬਣਾਵਾਂਗੇ, ਮੇਲੇ ਦੀ ਵੀ ਕਵਰੇਜ ਕਰਕੇ ਤੁਹਾਡੇ ਤੱਕ ਆਵਾਂਗੇ। ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਤੁਸੀਂ ਇਸ ਚੈਨਲ ਨੂੰ ਅਜੇ ਤੱਕ ਲਾਈਕ ਨਹੀਂ ਕੀਤਾ, ਜੋ ਵੀ ਤੁਸੀਂ ਕਹਿੰਦੇ ਨੇ ਹੁੰਦੇ ਤਿਲ ਫੁੱਲ, ਤੁਸੀਂ ਆਪਣੇ ਵੱਲੋਂ ਯੋਗਦਾਨ ਪਾਉਣਾ ਚਾਹੁੰਦੇ ਹੋ ਕਲਿੱਕ ਕਰਕੇ ਜਾਂ ਸ਼ੇਅਰ ਕਰਕੇ ਤੁਸੀਂ ਕਰ ਸਕਦੇ ਹੋ, ਅਸੀਂ ਓਪਨ ਹਾਂ ਇਸ ਵਾਸਤੇ। ਸੋ ਜ਼ਿੰਦਗੀ ਨੂੰ ਜ਼ਿੰਦਾਬਾਦ ਰੱਖੋ, ਹੱਸਦੇ ਵਸਦੇ ਰਹੋ। ਐਡੀਲੇਡ ਬਿਊਟੀਫੁੱਲ ਸਿਟੀ ਇਨ ਦਾ ਵਰਲਡ ਜਿਹੜੀ ਬਣਾਈ ਗਈ ਆ, ਉਹ ਕਿਸੇ ਨੇ ਬਣਾਈ ਆ, ਉਹ ਅਸੀਂ ਸਾਰਿਆਂ ਨੇ ਬਣਾਈ ਆ। ਅਸੀਂ ਆਲੇ ਦੁਆਲੇ ਨੂੰ ਬਹੁਤ ਸਾਫ਼ ਸੁਥਰਾ ਰੱਖਦੇ ਹਾਂ, ਇਸ ਲਈ ਅਸੀਂ ਸਾਰੇ ਮੁਬਾਰਕਬਾਦ ਦੇ ਹੱਕਦਾਰ ਹਾਂਗੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਨੂੰ ਬਿਊਟੀਫੁੱਲ ਸਿਟੀ ਬਣਾ ਕੇ ਰੱਖੀਏ, ਔਰ ਬੈਸਟ ਲਿਵੇਬਲ ਸਿਟੀ ਬਣਾ ਕੇ ਅਸੀਂ ਰੱਖੀਏ ਵਰਲਡ ਦੇ ਵਿੱਚ। ਉਹ ਤਾਂ ਹੀ ਪੋਸੀਬਲ ਆ ਜੇ ਅਸੀਂ ਟੂਗੈਦਰ ਹੋ ਕੇ ਚੰਗੇ ਇਵੈਂਟ ਕਰਾਂਗੇ। ਸਫਾਈ ਮੇਲੇ 'ਚ ਵੀ ਰੱਖਣੀ ਆ, ਇਹ ਹੀ ਕਹਿਣ ਲੱਗੇ ਨੇ ਹੁਣ ਇਹ, ਅਤੇ ਮੈਂ ਮੇਲੇ ਦੇ ਵਿੱਚ ਸਫਾਈ ਦੇਖੋ, ਚਲੋ ਆਪਾਂ ਨੇ ਕਲੀਨਰ ਹੈਰ ਕੀਤੇ ਹੋਏ ਹੈਗੇ, ਬਿਨ ਹੈਰ ਕੀਤੇ ਹੋਏ ਆ, ਸਾਰੇ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਨੇ। ਅਸੀਂ ਕੁਛ ਚੀਜ਼ਾਂ ਨੇ, ਬੈਨੀਪਾਲ ਨੇ ਮੈਨੂੰ ਵਾਰ ਵਾਰ ਕਿਹਾ ਉੱਥੇ ਕੀ ਮਿਲੂਗਾ, ਉੱਥੇ ਕੀ ਦੇਖਣ ਨੂੰ ਹੋਊਗਾ, ਅਸੀਂ ਸਾਰੀਆਂ ਚੀਜ਼ਾਂ ਨਹੀਂ ਦੱਸ ਸਕਦੇ, ਕੁਛ ਤੁਹਾਨੂੰ ਸਰਪ੍ਰਾਈਜ਼ ਵੀ ਮਿਲੂਗਾ, ਸਰਪ੍ਰਾਈਜ਼ ਵੀ ਹੋਣਗੇ ਸਾਰੀਆਂ ਚੀਜ਼ਾਂ ਜੀ। ਅਸੀਂ ਮੈਂ ਅੱਜ ਹੀ ਵੀਡੀਓ 'ਚ ਦੱਸਤੀਆਂ ਨਾ,
ਫਿਰ ਉਹ ਨਹੀਂ ਮਿਲਣਾ ਅਸੀਂ ਉੱਥੇ ਬਹੁਤ ਇਹ ਤਾਂ ਥੋੜੀਆਂ ਚੀਜ਼ਾਂ ਦੱਸੀਆਂ ਨੇ ਬਾਕੀ ਸਰਪ੍ਰਾਈਜ਼ ਤੁਸੀਂ ਇੰਨਾ ਯੋਗਦਾਨ ਪਾ ਰਹੇ ਹੋ ਇੰਨੇ ਐਫਰਟਸ ਕਰ ਰਹੇ ਹੋ ਪਰ ਸਾਡਾ ਸਾਰਿਆਂ ਦਾ ਯੋਗਦਾਨ ਦਰਸ਼ਕਾਂ ਦੇ ਤੌਰ 'ਤੇ ਜਾਂ ਵਿਜ਼ਟਰ ਦੇ ਤੌਰ 'ਤੇ ਇਹੀ ਰਹੂਗਾ ਕਿ ਅਸੀਂ ਸਫਾਈ ਰੱਖਾਂਗੇ ਅਸੀਂ ਆਪਣੇ ਭਾਂਡੇ ਤੋਂ ਚੱਕ ਕੇ ਪਿੰਡ ਦੇ ਵਿੱਚ ਪਾਵਾਂਗੇ ਜਿਹੜੇ ਅਸੀਂ ਵਰਤਾਂਗੇ ਉੱਥੇ ਅਸੀਂ ਇੱਕ ਇੱਕ ਭਾਂਡਾ ਹੋਰ ਵੀ ਚੱਕ ਕੇ ਪਾਵਾਂਗੇ ਮੰਨਦੇ ਹੋ ਨਾ ਕਹਿ ਦੇਵਾਂ ਪ੍ਰੋਮਿਸ ਤੁਹਾਡੇ ਦੇ ਉੱਤੇ ਇਸ ਵਾਰੀ ਆਪਾਂ ਨੇ ਇਸ ਮੇਲੇ ਦੇ ਵਿੱਚ ਸਭ ਤੋਂ ਬੈਸਟ ਪਰਫੋਰਮੈਂਸ ਦੇਣੀ ਹੈਗੀ ਸਫਾਈ ਦੇ ਮਾਮਲੇ ਦੇ ਵਿੱਚ ਐਜ਼ ਏ ਵਿਜ਼ਟਰ ਐਜ਼ ਏ ਇੰਡੀਅਨ ਕਮਿਊਨਿਟੀ ਇਹਦੇ ਪਿੱਛੇ ਬਹੁਤ ਵੱਡਾ ਕਾਰਨ ਇਹ ਵੀ ਆ ਕਿ ਸਾਡੇ ਬੱਚੇ ਵੱਡੇ ਹੋ ਗਏ ਨੇ ਉਹਨਾਂ ਬੱਚਿਆਂ ਦੇ ਨਾਲ ਇੱਥੋਂ ਦੇ ਗੋਰੇ ਬੱਚੇ ਜਿਹੜੇ ਇੱਥੋਂ ਦੇ ਔਜ਼ੀ ਬੱਚੇ ਨੇ ਕਿ ਸਕੂਲ 'ਚ ਪੜ੍ਹਦੇ ਨੇ ਉਹ ਵੀ ਉੱਥੇ ਵਿਜ਼ਿਟ ਕਰਨਗੇ ਮੇਲਿਆਂ ਦੇ ਵਿੱਚ ਮੈਂ ਨਹੀਂ ਚਾਹੁੰਦਾ ਔਰ ਅਸੀਂ ਕੋਈ ਵੀ ਨਹੀਂ ਤੁਸੀਂ ਵੀ ਨਹੀਂ ਚਾਹੁੰਦੇ ਕਿ ਉਹਨਾਂ ਦੀ ਕਲਾਸ ਦੀ ਡਿਸਕਸ਼ਨ ਦੇ ਵਿੱਚ ਇਹ ਹਿੱਸਾ ਹੋਵੇ ਕਿ ਆਈ ਵੈਂਟ ਦੇ ਆਰ ਇਨ ਐਨ ਇੰਡੀਅਨ ਫੈਸਟੀਵਲ ਦ ਪੀਪਲ ਡੋਂਟ ਨੋ ਹਾਊ ਟੂ ਕੀਪ ਕਲੀਨ ਦੈਮਸੈਲਫ ਔਰ ਸਰਾਊਂਡਿੰਗ ਸੋ ਉਹ ਅਸੀਂ ਧੱਬਾ ਨਹੀਂ ਲੱਗਣ ਦੇਣਾ ਅਸੀਂ ਆਪਣੇ ਸਰਾਊਂਡਿੰਗ ਨੂੰ ਕਲੀਨ ਰੱਖਣਾ ਇਜ਼ ਦੈਟ ਰਾਈਟ ਰਾਈਟ ਹਾਂ ਸੋ ਚੜ੍ਹਦੀ ਕਲਾ ਰੱਖੋ ਜੀ ਜ਼ਿੰਦਗੀ ਜਿੰਦਾਬਾਦ ਸਤਿ ਸ਼੍ਰੀ ਅਕਾਲ